ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਖਿਆਲ ਹੈ ਕਿ ਸਾਰਿਆਂ ਨੇ ਚਾਹ ਪਾਣੀ ਛਕ ਲਿਆ ਤਾਜ਼ਾ ਹੋ ਚੁੱਕੇ ਹਾਂ ਫਰੈਸ਼ ਇਸ ਕਰਕੇ ਹੁਣ ਜਿੰਨਾ ਕੁ ਚਿਰ ਆਪਾਂ ਗੱਲਬਾਤ ਕਰਨੀ ਹੈ ਸਾਰੀ ਬਿਰਤੀ ਗੱਲਬਾਤ 'ਤੇ ਇਕਾਗਰ ਕਰੀਏ ਕੋਈ ਅਜੇ ਹੀ ਹਰਕਤ ਕੋਈ ਇਹ ਜੀ ਕਾਰਵਾਈ ਹੋ ਨਾ ਹੋਵੇ ਖਾਸ ਕਰਕੇ ਜਿਹੜੇ ਫੋਨ ਐ ਮੋਬਾਈਲ ਫੋਨ ਉਹ ਜਿਹਨੇ ਅਜੇ ਸਾਇਲੈਂਟ ਮੋਡ ਤੇ ਨਹੀਂ ਲਾਏ ਤੇ ਮੇਰੀ ਬੇਨਤੀ ਐ ਸਨੇਮਰ ਕਿ ਉਹਨੂੰ ਸਾਇਲੈਂਟ ਮੋਡ ਤੇ ਲਾ ਲਓ ਕਿਉਂਕਿ ਜੇ ਇੱਕ ਵੀ ਬੈਲ ਵਿੱਚ ਵੱਜ ਗਈ ਸਮਝ ਲਓ ਆਪਣੀ ਜਿਹੜੀ ਗੱਲਬਾਤ ਐ ਉਹ ਸਾਰੀ ਇਕਾਗਰਤਾ ਦਾ ਸਵਾਦ ਕਰ ਕਰਾ ਹੋ ਜਾਊਗਾ ਵਿਚਾਰਾਂ ਗੰਭੀਰ ਕਰਨੀਆਂ ਆਪਾਂ ਕੋਈ ਉਸ ਤਰ੍ਹਾਂ ਸ਼ੁਗਲ ਦੀ ਗੱਲ ਨਹੀਂ ਕਰਨੀ ਕੌਮ ਉੱਤੇ ਕੀ ਕੁਝ ਵਾਪਰਿਆ ਤੇ ਅੱਗੇ ਕੀ ਕੁਝ ਵਾਪਰਨ ਜਾ ਰਿਹਾ ਹੈ ਅਜੇ ਕਈ ਵਾਰ ਸਾਨੂੰ ਇਹ ਹੁੰਦਾ ਜਿਵੇਂ ਉਹ ਫੇਜ ਖਤਮ ਹੈ ਹੁਣ ਬਸ ਉਹ ਕੱਲਾ ਅਤੀਤ ਨਹੀਂ ਉਹ ਸਾਡਾ ਵਰਤਮਾਨ ਵੀ ਹੈ ਤੇ ਉਹਦਾ ਪਰਛਾਵਾਂ ਬੜਾ ਡਰਾਉਣਾ ਪਰਛਾਵਾਂ ਸਾਡੇ ਭਵਿੱਖ ਤੇ ਵੀ ਪੈ ਰਿਹਾ ਸੋ ਇਸ ਕਰਕੇ ਆਪਾਂ ਜਿੰਨਾ ਕੁ ਚਿਰ ਵਿਚਾਰਾਂ ਕਰਨੀਆਂ ਹਨ ਉਹ ਪੂਰੇ ਇਕਾਗਰ ਚਿੱਤ ਹੋ ਕੇ ਪੂਰੀ ਗੰਭੀਰਤਾ ਨਾਲ ਕਰੀਏ ਸਰਦਾਰ ਜਸਪਾਲ ਸਿੰਘ ਨੇ ਕੁਝ ਛੱਡ ਬੀਤੀਆਂ ਉਹ ਜੱਗ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮੁੱਖ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਕਿ ਸਿੱਖ ਕੌਮ ਦਾ ਅਕਸ ਕਿਵੇਂ ਵਿਗਾੜਿਆ ਗਿਆ ਪ੍ਰੈਸ ਦੇ ਰਾਹੀਂ ਪ੍ਰੈਸ ਦੇ ਰੋਲ ਤੇ ਉਹਨਾਂ ਨੇ ਫੋਕਸ ਕੀਤਾ ਕੱਲੂਕਾਰੇ ਦੀ ਅਸੀਂ ਗੱਲ ਕਰਦੇ ਹਾਂ ਕੱਲੂਕਾਰੇ ਦਾ ਮਤਲਬ ਇਹ ਹੈ ਜਦੋਂ ਕੋਈ ਬਹੁਤ ਵੱਡਾ ਜ਼ੁਲਮ ਵੱਡੀ ਪੱਦਰ ਦਾ ਕਤਲੇਆਮ ਕਿਸੇ ਕੌਮ ਦਾ ਹੁੰਦਾ ਜਿਹਨੂੰ ਅੱਜ ਦੀ ਅਸੀਂ ਮਾਡਰਨ ਈਡੀਅਮ ਚ ਨਸਲਕੁਸ਼ੀ ਵੀ ਕਹਿ ਦਿੰਨੇ ਆ ਜੈਨੋਸਾਈਡ ਜਦੋਂ ਮਨੁੱਖਤਾ ਦਾ ਇੱਕ ਵਰਗ ਮਨੁੱਖਤਾ ਦੇ ਦੂਜੇ ਵਰਗ ਦਾ ਨਸਲਕੁਸ਼ੀ ਕਰਦਾ ਹੈ ਕਤਲੋਗਾਰਤ ਕਰਦਾ ਹੈ ਤਾਂ ਮਨ 'ਚ ਨਫ਼ਰਤ ਹੋਣੀ ਬਹੁਤ ਜ਼ਰੂਰੀ ਹੈ ਨਫ਼ਰਤ ਤੋਂ ਬਿਨਾ ਏਡੀ ਵੱਡੀ ਪੱਧਰ ਤੇ ਇਹ ਕਾਰੋਬਾਰ ਨਹੀਂ ਹੋ ਸਕਦਾ ਸੋ ਇੱਕ ਨਫ਼ਰਤ ਹੋਣੀ ਬਹੁਤ ਜ਼ਰੂਰੀ ਹੈ ਇੱਕ ਅੱਜ ਦੇ ਯੋਗ 'ਚ ਜਿੰਨੀਆਂ ਵੀ ਨਸਲ ਕੁਸ਼ੀਆਂ ਹੋ ਰਹੀਆਂ ਹਨ ਉਹ ਉਹ ਵਾਈਲਡ ਪੈਸ਼ਨ ਚੋਂ ਨਹੀਂ ਜਿਵੇਂ ਪਹਿਲਾਂ ਹੁੰਦਾ ਸੀ ਜਿਹਨੂੰ ਅਸੀਂ ਅਥਰੇ ਮਨੋਬੇ ਕਹਿ ਲਗੇ ਵੀ ਬੰਦੇ ਦੇ ਅੰਦਰ ਕੋਈ ਹਲ ਉੱਠੀ ਝਲ ਉੱਠਿਆ ਦੂਜੇ ਨੂੰ ਮਾਰਦਾ ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਜੋ ਜ਼ੁਲਮ ਕੀਤੇ ਸੀ ਉਹ ਵਾਈਲਡ ਪੈਸ਼ਨ ਚੋਂ ਕੀਤਾ ਸੀ ਦਿੱਲੀ ਲੁੱਟਣੀ ਹੈ ਲੋਕਾਂ ਤੇ ਦਹਿਸ਼ਤ ਪਾਉਣੀ ਹੈ ਉਸ ਮੌਕੇ ਦਸਤੂਰ ਸੀ ਕਿ ਆਪਦਾ ਖੌਫ ਪੈਦਾ ਕਰ ਦਿਓ ਉਹਦੇ 'ਚ ਕੋਈ ਵੱਡੀ ਯੋਜਨਾ ਕੋਈ ਵੱਡੀ ਗਿੰਤੀ ਮਿੰਤੀ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਹੁੰਦੀ ਮੌਕੇ ਤੇ ਮਨ 'ਚੋਂ ਉੱਠਦੀਆਂ ਸੀ ਗੱਲਾਂ ਜਿਵੇਂ ਆਪਾਂ ਪਿੰਡਾਂ 'ਚ ਹੁਣ ਵੀ ਦੇਖਦੇ ਆਂ ਬੰਦੇ ਕਈ ਵਾਰ ਮੌਕੇ ਤੇ ਹਾਲਾਤ ਇਹੋ ਜਿਹਾ ਬਣਿਆ ਤੇ ਕਤਲ ਹੋ ਗਿਆ ਆਪਣੀਆਂ ਉਹਨਾਂ ਗੱਲਾਂ ਤੇ ਕਾਬੂ ਨਾ ਰਹਿ ਸਕਿਆ ਪਰ ਜਦੋਂ ਵੱਡੀ ਪੱਧਰ ਤੇ ਉਹਤੇ ਕਤਲੇਆਮ ਕਰਨਾ ਜਿੱਥੇ ਨਾਫਰਤ ਜ਼ਰੂਰੀ ਹੈ ਮਨ 'ਚ ਕਿਉਂਕਿ ਨਹੀਂ ਜਮੀਰ ਇੰਨਾ ਬੋਝ ਨਹੀਂ ਚੱਲ ਸਕਦੀ ਕੁਛ ਵੀ ਹੈ ਭਾਵੇਂ ਕੋਈ ਪੁਲਿਸ ਦਾ ਅਫਸਰ ਹੈ ਭਾਵੇਂ ਫੌਜ ਵਾਲੇ ਹੈ ਜਾਂ ਇੱਕ ਵਰਗ ਹੈ ਜਦੋਂ ਦੂਜੇ ਵਰਗ ਨੂੰ ਗਿਨ ਮਿਥ ਕੇ ਤਰੀਕੇ ਨਾਲ ਬਕੈਦਾ ਮਾਰਦਾ ਹੈ ਤਾਂ ਉਹ ਨਾਫਰਤ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਉਹ ਇੱਕ ਪਹਿਲਾ ਫੇਜ਼ ਹੁੰਦਾ ਹੈ ਇਹ ਜਿੱਤੇ ਹਮਲਾ ਕਰਨਾ ਉਹਦੇ ਖਿਲਾਫ ਇੱਕ ਨਫ਼ਰਤ ਪੈਦਾ ਕਰ ਦਿਓ ਤਾਂ ਕਿ ਉਹ ਜੋ ਚਾਹੁੰਦੇ ਨੇ ਕਿ ਉਹ ਜਿਸ ਤਰੀਕੇ ਦਾ ਕਤਲੇਆਮ ਕਰਨਾ ਹੈ ਅਸੀਂ ਉਹ ਪੂਰਾ ਹੋ ਸਕੇ ਕੋਈ ਝਿਜਕ ਨਾ ਆਵੇ ਮਨ 'ਚ ਪਹਿਲੇ ਸਮਿਆਂ ਦੇ ਵਿੱਚ ਨਫ਼ਰਤ ਦਾ ਆਧਾਰ ਆਪਾਂ ਨੂੰ ਪਤਾ ਧਰਮ ਹੁੰਦਾ ਸੀ 19ਵੀਂ ਸਦੀ ਤੋਂ ਪਹਿਲਾਂ ਜਾਂ 18ਵੀਂ ਸਦੀ ਤੱਕ ਜੋ ਸੰਸਾਰ ਦੇ ਵਿੱਚ ਵੱਡੇ ਕਤਲੇਆਮ ਹੋਏ ਆ ਆਪਾਂ ਨੂੰ ਪਤਾ ਉਹ ਧਰਮ ਦੇ ਆਧਾਰ ਤੇ ਹੋਏ ਐ। ਇਸਲਾਮ ਤੇ ਇਸਾਈਅਤ ਦੀਆਂ جنگਾਂ ਬਹੁਤ ਲੰਮੀਆਂ ਚੱਲੀਆਂ। ਪਰ ਅੱਜ ਜਿਹੜੇ ਕਤਲੇਆਮ ਹੁੰਦੇ ਆ ਉਹ ਸਿੱਧੇ ਧਰਮ ਦੇ ਆਧਾਰ ਤੇ ਨਹੀਂ ਹੁੰਦੇ। ਧਰਮ ਦਾ ਐਲੀਮੈਂਟ ਹੁੰਦਾ ਉਹਦੇ 'ਚ ਬਹੁਤ ਮਹੱਤਵਪੂਰਨ। ਉਹਦਾ ਆਧਾਰ ਕੋਈ ਹੋਰ ਸਿਰਜਿਆ ਜਾਂਦਾ। ਇਸ ਕਰਕੇ ਜਦੋਂ ਧਰਮ ਦੇ ਆਧਾਰ ਤੇ ਕਤਲੇਆਮ ਹੁੰਦੇ ਸੀ ਤਾਂ ਜਿਹੜਾ ਵਿਕਟਮ ਹੈ ਵਿਕਟਮ ਜਿਹੜਾ ਧਰਮ ਹੈ ਜਿਹਦੇ ਉੱਤੇ ਹਮਲਾ ਹੋ ਰਿਹਾ ਹੈ ਉਸ ਚੋਂ ਕੋਈ ਵਰਗ ਹਮਲਾਵਰ ਨਾਲ ਨਹੀਂ ਸੀ ਖੜਦਾ ਐਵੇਂ ਕੀ ਕਹਿਣਾ ਕੋਈ ਗਿੰਤੀ ਦੇ ਬੰਦੇ ਜਿਨ੍ਹਾਂ ਦਾ ਕੋਈ ਈਮਾਨ ਨਹੀਂ ਹੁੰਦਾ ਬਹੁਤ ਗਿੰਤੀ ਦੇ ਬੰਦੇ ਇਹ ਹੁੰਦੇ ਸੀ ਜਿਹੜੇ ਆਪਾਂ ਕਹੀਏ ਮੁਗਲਾਂ ਦੇ ਸਾਰੇ ਪੀੜ ਦੇ ਵਿੱਚ ਆਪਾਂ ਨੂੰ ਕੋਈ ਸਿੱਖਿਆ ਨਹੀਂ ਮਿਲਦਾ ਜਿਹੜਾ ਉਸ ਕਤਲੇਆਮ ਦੇ ਵਿੱਚ ਉਹਨਾਂ ਹਮਲਾਵਰਾਂ ਨਾਲ ਜਾ ਖੜਿਆ ਹੋਵੇ। ਸੋ ਉੱਥੇ ਜੇ ਕੋਈ ਜਾਂਦਾ ਵੀ ਸੀ ਤਾਂ ਉਹ ਆਪਾਂ ਕਹਿ ਸਕਦੇ ਹਾਂ ਕਿ ਬੰਦੇ ਮੇਨ ਜਿਹਦਾ ਈਮਾਨ ਨਹੀਂ ਸੀ ਕੋਈ ਹੁੰਦਾ। ਅੱਜ ਦੀ ਅਸੀਂ ਜੋ ਪਿਕਚਰ ਦੇਖ ਰਹੇ ਹਾਂ ਕਿਤੇ ਵੀ ਦੇਖ ਰਹੇ ਹਾਂ ਭਾਵੇਂ ਰਾਖ ਚ ਵਾਪਰਦਾ ਭਾਵੇਂ ਪਾਕਿਸਤਾਨ ਚ ਵਾਪਰਦਾ ਭਾਵੇਂ ਹਿੰਦੁਸਤਾਨ ਚ ਵਾਪਰਿਆ। ਇਹਦੇ ਚ ਅਜੀਬ ਗੱਲ ਇਹ ਹੋ ਰਹੀ ਹੈ ਕਿ ਜਿਹੜਾ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਵਰਗ ਹੈ ਉਹਦੇ ਵਿੱਚੋਂ ਵੀ ਇੱਕ ਵਰਗ ਉਸ ਜ਼ਾਲਮ ਤੇ ਹਮਲਾਵਰ ਧਿਰ ਨਾ ਜਾ ਕੇ ਖੜਦਾ ਹੈ ਇਹਦਾ ਆਧਾਰ ਕੀ ਹੈ ਬਸ ਜੇ ਅਸੀਂ ਇਹ ਸਮਝ ਜੀਏ ਗੱਲ ਤਾਂ ਸਾਨੂੰ ਸਾਰੀ ਕਹਾਣੀ ਸਮਝ ਆ ਜਾਊਗੀ ਜਿੱਥੇ ਪਹਿਲੇ ਸਮੇਂ ਤੇ ਗੱਲ ਈਮਾਨ ਦੀ ਹੁੰਦੀ ਸੀ ਬੰਦੇ ਦੀ ਕਿ ਜਿਹਦਾ ਈਮਾਨ ਨਹੀਂ ਉਹੀ ਅਜੇਹੀ ਕਾਰਵਾਈ ਕਰ ਸਕਦਾ ਹੈ ਅੱਜ ਕੱਲਾ ਈਮਾਨ ਨਹੀਂ ਅੱਜ ਗਿਆਨ ਦੇ ਨਾਲ ਉਹਦਾ ਸੰਬੰਧ ਜੁੜਦਾ ਜਾ ਕੇ ਕਿਉਂਕਿ ਸਾਡੀ ਸੋਚਣ ਦੀ ਆਦਤ ਅਜੇ ਪੁਰਾਣੀ ਬਣੀ ਹੋਈ ਹੈ ਇਸ ਕਰਕੇ ਜਦੋਂ ਅਸੀਂ ਅਜਿਹੀ ਕੋਈ ਹਰਕਤ ਦੇਖਦੇ ਹਾਂ ਕਿਸੇ ਬੰਦੇ ਦੀ ਵੀ ਸਿੱਖ ਉੱਠ ਕੇ ਸਿੱਖਾਂ ਦੇ ਕਾਤਲਾਂ ਨਾਲ ਜਾ ਕੇ ਭਾਈਵਾਲੀ ਪਾਉਂਦਾ ਤਾਂ ਅਸੀਂ ਸਿਰਫ ਉਹਦੇ ਈਮਾਨ ਦੀ ਗੱਲ ਹੀ ਕਰਦੇ ਹਾਂ ਜਿਉਂ ਉਹ ਬਿਖ ਗਿਆ ਉਹਦੀ ਜ਼ਮੀਰ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਸੋ ਗੱਲ ਇੰਨੀ ਸਿੰਪਲ ਨਹੀਂ ਅੱਜ ਕਿਹੜੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਪ੍ਰੇਰਿਤ ਕਰਦੀਆਂ ਜਿਹਦੇ ਨਾਲ ਜਸਟੀਫਾਈ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੋਈ ਬਹੁਤ ਨੇਕ ਕਾਰਜ ਕਰ ਰਹੇ ਹਾਂ ਕਿਉਂਕਿ ਜੇ ਜ਼ੁਲਮ ਵੀ ਕਰਨਾ ਹੈ ਅੱਜ ਦੇ ਯੁੱਗ ਦੇ ਵਿੱਚ ਜੇ ਕੋਈ ਬਹੁਤ ਬੁਰਾ ਕੰਮ ਵੀ ਕਰਨਾ ਹੈ ਤਾਂ ਤੁਹਾਨੂੰ ਇਹ ਜਚਣਾ ਚਾਹੀਦਾ ਮੈਂ ਨੇਕ ਕੰਮ ਕਰ ਰਿਹਾ ਨਹੀਂ ਆਤਮਾ ਨੇ ਇਹਨਾਂ ਭਾਰ ਨਹੀਂ ਚੱਲਣਾ ਇਸ ਕਰਕੇ ਉਹਦੀ ਜਸਟੀਫਿਕੇਸ਼ਨ ਹੁੰਦੀ ਹੈ ਉਹਦੀ ਕਵਰ ਅਪ ਹੁੰਦੀ ਹੈ ਸੋ ਉਹ ਕਿਹੜੀ ਗੱਲ ਹੈ ਜਿਹਦੇ ਆਧਾਰ ਤੇ ਅੱਜ ਨਫ਼ਰਤ ਫਲਾਈ ਜਾਂਦੇ ਆ ਦੂਜਿਆਂ ਦੇ ਖਿਲਾਫ ਉਹ ਧਰਮ ਨਹੀਂ ਉਹ ਵਿਚਾਰਧਾਰਾ ਇੱਕ ਜਿਹੀ ਵਿਚਾਰਧਾਰਾ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਕੀਤੀ ਜਾਂਦੀ ਹੈ ਉਹਦਾ ਥਾਂ ਬਣਾਇਆ ਜਾਂਦਾ ਜਿਹਦੇ 'ਚ ਜਿਹੜਾ ਬੰਦਾ ਉਸ ਵਿਚਾਰਧਾਰਾ ਨਾਲ ਸਹਿਮਤ ਨਹੀਂ ਜਾਂ ਜਿਹਦਾ ਕਰਮ ਕੋਈ ਐਕਟ ਉਹਦੋਂ ਉਲਟ ਜਾ ਰਿਹਾ ਹੈ ਉਹਦੇ ਖਿਲਾਫ ਮਨ ਦੇ ਵਿੱਚ ਨਫ਼ਰਤ ਪੈਦਾ ਹੁੰਦੀ ਹੈ ਉਸ ਤੇ ਜ਼ੁਲਮ ਕੀਤਾ ਜਾਂਦਾ ਹੈ ਉਹਨੂੰ ਮਾਰਨਾ ਵੀ ਜਾਇਜ਼ ਸਮਝਿਆ ਜਾਂਦਾ ਕਿਉਂਕਿ ਇਤਿਹਾਸ ਚ ਇਹ ਕਦੇ ਨਹੀਂ ਹੋਇਆ ਦਰਬਾਰ ਸਾਹਿਬ ਤੇ ਹਮਲੇ ਹੋਏ ਨਪਹਿਲਾਂ ਵੀ ਪੰਜ ਹਮਲੇ 18ਵੀਂ ਸਦੀ ਚ ਪੁਰੋਸਲੀ ਹੋਏ ਨਾ ਪਰ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਰਿਹਾ ਹੋਵੇ ਤੇ ਉਹਦੇ ਵਿੱਚ ਫੌਜ ਦੇ ਵਿੱਚ ਵੀ ਤੇ ਸਿਵਲ ਅਫਸਰਾਂ ਚ ਵੀ ਸਿੱਖ ਸ਼ਾਮਲ ਹੋਣ ਜਿਹੜੀ ਸਰਗਰਮੀ ਨਾਲ ਉਹਦੇ ਵਿੱਚ ਸਹਿਯੋਗ ਕਰ ਰਹੇ ਹੋਣ ਜਿਹੜੀ ਗੱਲ ਕਦੇ ਕਲਪੀ ਵੀ ਨਹੀਂ ਸੀ ਜਾ ਸਕਦੀ ਕਿ ਕੋਈ ਸਿੱਖ ਆਪ ਦੇ ਗੁਰੂ ਦੇ ਘਰ ਤੇ ਹਮਲਾ ਕਰਨ ਲਈ ਤਿਆਰ ਹੋ ਜੂਗਾ ਤੇ ਹਮਲਾ ਵੀ ਕਿਸ ਕਿਸਮ ਦਾ ਜਿਸ ਕਿਸਮ ਦੀ ਪਲੈਨਿੰਗ ਨਾਲ ਕੀਤਾ ਗਿਆ ਜਿਸ ਕਿਸਮ ਦੀ ਫਰੇਵ ਜਿੰਨਾ ਉਹਦੇ ਵਿੱਚ ਵਰਤਿਆ ਗਿਆ ਜਿਸ ਕਿਸਮ ਦਾ ਜ਼ੁਲਮ ਕੀਤਾ ਗਿਆ ਜ਼ੁਲਮ ਨੂੰ ਢਾਕਣ ਕਰਨ ਵਾਸਤੇ ਜਿੰਨਾ ਫਿਰ ਝੂਠ ਬੋਲਿਆ ਗਿਆ ਉਹ ਸਾਰੇ ਕੁਛ ਚੋ ਬੰਦੇ ਉਹਨਾਂ ਦੇ ਨਾਲ ਚੱਲੇ ਇਹ ਗੱਲ ਕੋਈ ਛੋਟੀ ਨਹੀਂ ਤੇ ਸਾਡੇ ਕੋਲੇ ਇਹਦਾ ਕੋਈ ਕਨਵਿੰਸਿੰਗ ਆਨਸਰ ਹੋਣਾ ਚਾਹੀਦਾ ਜਵਾਬ ਹੋਣਾ ਚਾਹੀਦਾ ਕਿ ਇਹ ਗੱਲ ਕਿਉਂ ਵਾਪਰ ਗਈ ਜੇ ਅਸੀਂ ਇਹ ਕਹਤਾ ਕਿ ਉਹ ਬੰਦੇ ਬੜੇ ਜੀ ਇਮਾਨ ਦੇ ਕੱਚੇ ਸੀ ਕੱਲੀ ਇੰਨੀ ਗੱਲ ਨਹੀਂ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਨੂੰ ਉਧਰ ਲੈ ਗਈ ਅੱਜ ਵੀ ਅੱਜ ਵੀ ਸਾਡੇ ਨਾਲ ਜੋ ਕੁਝ ਵਾਪਰ ਰਿਹਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੀ ਕੌਮ ਇੱਕ ਪਾਸੇ ਹੈ ਕੌਮ ਦੇ ਵਿੱਚ ਬੜੀਆਂ ਵੰਡੀਆਂ ਪਈਆਂ ਕੋਈ ਆਰਐਸਐਸ ਨਾਲ ਜਾ ਕੇ ਰਲ ਰਿਹਾ ਹੈ ਕੋਈ ਕਾਂਗਰਸ ਨਾਲ ਲੜ ਰਿਹਾ ਹੈ। ਬਾਕੀ ਜਿਹੜੇ ਸਾਡੇ ਆਰਮਡ ਫੋਰਸਸ ਦੇ ਵਿੱਚ ਬੰਦੇ ਨੇ ਉਹ ਸਾਰੇ ਸਟੇਟ ਨਾਲ ਖੜੇ ਨੇ। ਸਿੱਖਾਂ ਦਾ ਕੋਈ ਵੀ ਕਾਜ ਆਵੇ, ਕੋਈ ਗੱਲ ਆਵੇ, ਉਹ ਹਮਲਾ ਕਰਨ ਲਈ, ਜ਼ੁਲਮ ਕਰਨ ਲਈ ਪੂਰੇ ਤਿਆਰ ਹੋ ਜਾਂਦੇ ਆ। ਸੋ ਇਸ ਕਰਕੇ ਅੱਜ ਜਿਹੜੀ ਆਪਾਂ ਗੱਲ ਕਰ ਰਹੇ ਆਂ, ਜਿਹੜੀ ਇੱਕ ਕਿਤਾਬ ਲਿਖਣੀ ਪਈ ਤੀਜੇ ਕੱਲੂਕਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ। ਪਹਿਲੇ ਕੱਲੂਕਾਰਿਆਂ ਵੇਲੇ ਇਹ ਗੱਲ ਦੀ ਲੋੜ ਨਹੀਂ ਸੀ। ਉੱਥੇ ਗਿਆਨ ਦਾ ਰੋਲ ਸਿਧਾਂਤ ਦਾ ਰੋਲ ਬਹੁਤਾ ਨਹੀਂ ਸੀ ਉਹ ਇੱਕ ਧਾਰਮਕ ਨਾਫਰਤ ਤੇ ਬੈਰ ਵਿਰੋਧ ਸੀ ਜਿਹੜਾ ਪ੍ਰਗਟ ਹੋਇਆ ਇੱਥੇ ਸਿੱਧੀ ਧਰਮ ਦੀ ਗੱਲ ਨਹੀਂ ਜੇ ਸਿੱਧੀ ਧਰਮ ਦੀ ਗੱਲ ਹੋਵੇ ਤਾਂ ਕਮਿਊਨਿਸਟ ਜਿਨ੍ਹਾਂ ਦਾ ਧਰਮ ਹੀ ਕੋਈ ਨਹੀਂ ਉਹ ਸਰਕਾਰ ਨਾਲ ਇਸ ਪੱਧਰ ਦੇ ਉੱਤੇ ਕੋਲਾਬੋਰੇਟ ਕਿਉਂ ਕਰਨ ਸਿੱਖਾਂ ਦਾ ਕਿੱਡਾ ਵੱਡਾ ਹਿੱਸਾ ਜਿਹਦਾ that way Hindu ਧਰਮ ਨਾਲ ਕੋਈ ਤਾਲੁਕ ਨਹੀਂ ਉਹ ਸਰਕਾਰਨ ਦੇ ਨਾਲ ਕਿਉਂ ਇਸ ਤਰ੍ਹਾਂ ਦੀ ਭਿਆਲੀ ਪਾਵੇ ਸੋ ਇਹ ਗੱਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹ ਕਿਹੜੀ ਗੱਲ ਸੀ ਇਸ ਕਿਤਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਫਰੋਲੋਗੇ ਕਿਤਾਬ ਨੂੰ ਤਾਂ ਗੱਲ ਇਹੀ ਕੀਤੀ ਗਈ ਹੈ ਕਿ ਇੱਕ ਪਾਸੇ ਹਥਿਆਰਾਂ ਦਾ ਰੋਲ ਹੁੰਦਾ ਹੈ ਕਿ ਕਿਸੇ ਇੱਕ ਵਰਗ ਨੇ ਦੂਜੇ ਵਰਗ ਨੂੰ ਦਬਾਉਣਾ ਹੈ ਉਤੇ ਦਹਿਸ਼ਤ ਪਾਉਣੀ ਹੈ ਤਾਂ ਉਹਦੀ ਆਰਮਡ ਮਾਈਟ ਉਹਦੀ ਹਥਿਆਰਬੰਦ ਤਾਕਤ ਕਿੰਨੀ ਹੈ ਫੌਜਾਂ ਖੜੀਆਂ ਕੀਤੀਆਂ ਜਾਂਦੀਆਂ ਪੁਲਿਸ ਖੜੀ ਕੀਤੀ ਜਾਂਦੀ ਆ ਆਰਮਡ ਬਾਕੀ ਜਿਹੜੇ ਪੈਰਾ ਮਿਲਟਰੀ ਫੋਰਸ ਸਾਰਾ ਇੱਕ ਜਿਵੇਂ ਪੂਰਾ ਪੈਰਾ ਫਰਨੇਲੀਆਂ ਹੁੰਦਾ ਹੈ ਕਾਨੂੰਨ ਦਾ ਵੀ ਡਰ ਤੇ ਹਥਿਆਰਬੰਦ ਤਾਕਤਾਂ ਦਾ ਡਰ ਇੱਕ ਪਾਸੇ ਇਕੱਲੇ ਇੰਨੇ ਨਾਲ ਅੱਜ ਲੋਕਾਂ ਨੂੰ ਦਵਾਇਆ ਨਹੀਂ ਜਾ ਸਕਦਾ ਅੱਜ ਦੇ ਯੁੱਗ ਚ ਸੋ ਇਹਦੇ ਵਿੱਚ ਇੱਕ ਗਿਆਨ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਕਿਤਾਬ ਫਰੋਲੋਗੇ ਤਾਂ ਪਹਿਲਾ ਚੈਪਟਰ ਇਹ ਹੈ ਗਿਆਨ ਗਲਬੇ ਦਾ ਸੰਦ ਨੌਲੇਜ ਟੂਲ ਆਫ ਡੋਮੀਨੇਸ਼ਨ ਵੀ ਗਿਆਨ ਟੂਲ ਕਿਵੇਂ ਬਣਦਾ ਸੰਦ ਕਿਵੇਂ ਬਣਦਾ ਹੈ ਦੂਜਾ ਚੈਪਟਰ ਹੈ ਸਿੱਖਾਂ ਦਾ ਗਿਆਨਾਤਮਕ ਕਤਲ ਸਾਨੂੰ ਕਤਲ ਸਿਰਫ ਜਸਮਾਨੀ ਦੇ ਸਦਾ ਇੱਕੋ ਦੀ ਹੋਰ ਡਾਈਮੈਂਸ਼ਨ ਵੀ ਹੈ ਸਾਡਾ ਕਿਸ ਤਰ੍ਹਾਂ ਦਾ ਕਤਲ ਹੈ ਕਤਲ ਹੋਇਆ ਸੋ ਇਹ ਜਿਹੜਾ ਗਿਆਨ ਦੀ ਗੱਲ ਹੈ ਇਈ ਵਾਰ ਸਾਨੂੰ ਲੱਗਣ ਲੱਗ ਜਾਂਦਾ ਜਦੋਂ ਇੱਕ ਕਿਤਾਬ ਆਈ ਕੁਝ ਥਾਵਾਂ ਦੇ ਉੱਤੇ ਬੰਦਿਆਂ ਨੇ ਕਿਹਾ ਜੀ ਇਹ ਕੀ ਥੋੜਾ ਜਿਹਾ ਵਿਸ਼ਾ ਔਖਾ ਹੈ ਕਿਉਂਕਿ ਮਨ ਦੇ ਵਿੱਚ ਖਊਆ ਬਣ ਗਿਆ ਵੀ ਸਿਧਾਂਤ ਜਦੋਂ ਸਿਧਾਂਤ ਸ਼ਬਦ ਸੁਣਦੇ ਆ ਸਾਨੂੰ ਇਹ ਲੱਗਦਾ ਵੀ ਇਹ ਗੱਲ ਥੋੜੀ ਜਿਹੀ ਔਖੀ ਹੈ ਇਹ ਅਸੀਂ ਖਾਮ ਖਾਦੀਆਂ ਬਣੀਆਂ ਹੋਈਆਂ ਗੱਲਾਂ ਕੋਈ ਐਡੀ ਐਡੀ ਔਖੀ ਨਹੀਂ ਬਣਾ ਦਿੱਤੀਆਂ ਗਈਆਂ ਵਿਦਵਾਨਾਂ ਨੇ ਕਿਸੇ ਸਿਧਾਂਤ ਦਾ ਕੰਮ ਕੁਝ ਕੁ ਬੰਦਿਆਂ ਦਾ ਕੰਮ ਹੈ ਦੂਜੇ ਲੋਕਾਂ ਨੂੰ ਤਾਂ ਕੋਈ ਜਿਹੀ ਸਮਝ ਨਹੀਂ ਸਮਝ ਆ ਸਕਦੀ ਹੈ ਬੜੀ ਸੌਖੀ ਸਮਝ ਆ ਸਕਦੀ ਹੈ ਕਿ ਗਿਆਨ ਕੀ ਹੁੰਦਾ ਹੈ ਗਿਆਨ ਦੀ ਰਚਨਾ ਕਿਵੇਂ ਹੁੰਦੀ ਹੈ ਤੇ ਫਿਰ ਉਹ ਕਿਹੋ ਜਿਹੇ ਬੰਦੇ ਸਿਰਜਦਾ ਗਿਆਨ ਬੰਦਾ ਜੋ ਹੈ ਉਹ ਕਿਸੇ ਗਿਆਨ ਦਾ ਹੀ ਸਿਰਜਿਆ ਹੋਇਆ ਆਪਾਂ ਕਹਿੰਦੇ ਨਾ ਆਹ ਬੰਦੇ ਦਾ ਆ ਨਜ਼ਰੀਆ ਆਹ ਬੰਦੇ ਦਾ ਆ ਕਰੈਕਟਰ ਹੈ ਉਹ ਕਰੈਕਟਰ ਹੋਰ ਕਿਤੋਂ ਉਸ ਤਰ੍ਹਾਂ ਨਹੀਂ ਸਿਰਜੇ ਜਾਂਦੇ ਉਹ ਹੈ ਕਿ ਤੁਸੀਂ ਕਿਸ ਕਿਸਮ ਦਾ ਗਿਆਨ ਹਾਸਲ ਕਰਦੇ ਹੋ ਇਹ ਜਮ ਬਹੁਤ ਸੌਖੇ ਤਰ੍ਹਾਂ ਆਪਾਂ ਗੱਲ ਸਮਝ ਨਹੀਂ ਹੋਵੇ ਜਦੋਂ ਅਸੀਂ ਕੋਈ ਇਮਾਰਤ ਉਸਾਰਦੇ ਆ ਬਿਲਡਿੰਗ ਉਸਾਰਦੇ ਆ ਉਹਦੇ ਜਿਹੜੇ ਬੇਸਿਕ ਜੁਨਟ ਹੈ ਜਿਹਨੂੰ ਅਸੀਂ ਬਿਲਡਿੰਗ ਮਟੀਰੀਅਲ ਕਹਿੰਦੇ ਆ ਇੱਟਾ ਸੀਮੈਂਟ ਉਹਦੇ ਨਾਲ ਬਿਲਡਿੰਗ ਖੜੀ ਹੁੰਦੀ ਹੈ ਇਸੇ ਤਰ੍ਹਾਂ ਗਿਆਨ ਦਾ ਵੀ ਇੱਕ ਬਿਲਡਿੰਗ ਮਟੀਰੀਅਲ ਹੈ ਕਿ ਕੋਈ ਵੀ ਗਿਆਨ ਹੈ ਉਹ ਕਾਦੇ ਆਸਰੇ ਬਣਦਾ ਉਹਦੇ ਚ ਕੁਝ ਸ਼ਬਦ ਕੁਝ ਸੰਕਲਪ ਕੁਝ ਕੈਟਾਗਰੀ ਜਿਹਨੂੰ ਕਹਿੰਦੇ ਨੇ ਅਕੈਡਮਿਕ ਫੀਲਡ ਵਿੱਚ ਇਨ ਪੰਜਾਬੀ ਚ ਸ਼੍ਰੇਣੀਆਂ ਕਹਿ ਸਕਦੇ ਆ ਅਸੀਂ ਕੁਝ ਟਰਮਾਂ ਵਰਤਦੇ ਆ ਕੋਈ ਸ਼ਬਦ ਵਰਤਦੇ ਆ ਹੁਣ ਸਾਰੀ ਗੱਲ ਸ਼ਬਦਾਂ ਦੀ ਖੇਡ ਹੈ ਸ਼ਬਦਾਂ ਦੇ ਖਾਸ ਅਰਥ ਹੁੰਦੇ ਆ ਜਦੋਂ ਅਸੀਂ ਉਹ ਸ਼ਬਦ ਵਰਤਦੇ ਆ ਤਾਂ ਸਾਡੇ ਮਨ ਚ ਉਹਨਾਂ ਦਾ ਇੱਕ ਸੰਕਲਪ ਬਣ ਜਾਂਦਾ ਕਿ ਆਹ ਸ਼ਬਦ ਦਾ ਮਤਲਬ ਆ ਹੁਣ ਅੱਜ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਆ ਦੋ ਸ਼ਬਦਾਂ ਦੀ ਜੀਤੇ ਸਾਡੀ ਸਾਰੀ ਕੌਮ ਦੀ ਤਕਦੀਰ ਖੜੀ ਹੈ ਇੱਕ ਦੇਸ਼ ਇੱਕ ਆਜ਼ਾਦੀ ਹਰ ਕੌਮ ਆਪਣਾ ਦੇਸ਼ ਚਾਹੂ ਹਰ ਕੌਮ ਆਜ਼ਾਦੀ ਚਾਹੂ ਉਹਦਾ ਦੇਸ਼ ਕੀ ਹੂ ਉਹਦੀ ਆਜ਼ਾਦੀ ਕੀ ਹੂ ਉਹ ਇਸ ਤੇ ਨਿਰਭਰ ਕਰਦਾ ਹੈ ਕਿ ਉਹਦੇ ਮਨ ਚ ਦੇਸ਼ ਤੋਂ ਮਰਾਦ ਕੀ ਹੈ ਤੇ ਆਜ਼ਾਦੀ ਤੋਂ ਭਾਵ ਕੀ ਹੈ ਅੱਜ ਆਜ਼ਾਦੀ ਦਾ ਸ਼ਬਦ ਇੱਕ ਸਰਪ੍ਰਬੰਧਤ ਬਣਾਤਾ ਦੁਨੀਆ ਦੇ ਵਿੱਚ ਯੂਨੀਵਰਸਲਾਈਜ਼ ਕਰਤਾ ਕਿ ਆਜ਼ਾਦ ਪੱਛਮ ਨੇ ਇੱਕ ਆਜ਼ਾਦੀ ਦਾ ਸੰਕਲਪ ਦੇਤਾ ਵੀ ਆਜ਼ਾਦੀ ਤੋਂ ਭਾਵ ਆ ਜਿਹਨੂੰ ਡੈਮੋਕਰੇਸੀ ਕਹਿੰਦੇ ਨੇ ਉਹ ਤੇ ਉਹੀ ਸੰਸਾਰ ਪੱਦਰ ਦੇ ਉੱਤੇ ਚੱਲ ਪ੍ਰਚਲਿਤ ਹੋ ਗਿਆ ਇਸ ਤਰੀ ਦੇਸ਼ ਦਾ ਜਦੋਂ ਅਸੀਂ ਦੂਜੇ ਦੇ ਦਿੱਤੇ ਹੋਏ ਸੰਕਲਪ ਗ੍ਰੈਂਡ ਕਰ ਲਾਂਗੇ ਤਾਂ ਸਾਡੀ ਆਪਦੀ ਮੌਲਿਕਤਾ オリਜੀਨੈਲਟੀ অথੈਂਟੀਸਿਟੀ ਉਹ ਨਹੀਂ ਰਹੂਗੀ ਅਸੀਂ ਉਹਦੇ ਮੁਤਾਬਕ ਢਲ ਜਾਾਂਗੇ ਇੱਥੇ ਆਪਾਂ ਜਿਹੜੀ ਗੱਲ ਸੋਚਣ ਵਾਲੇ ਅੱਜ ਕਿ ਕੀ ਇਹ ਜਿਹੜਾ ਸਾਨੂੰ ਗਿਆਨ ਦਿੱਤਾ ਗੁਰੂ ਸਾਹਿਬ ਨੇ ਗਿਆਨ ਪ੍ਰਵੰਧ ਦਿੱਤਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਜੀਤੇ ਉਹਨਾਂ ਨੇ ਦਸਾਂ ਜਾਮਿਆਂ 'ਚ ਅਮਲ ਕਰਕੇ ਠੋਸ ਉਦਾਹਰਨਾਂ ਦੇ ਕੇ ਉਹ ਗੱਲਾਂ ਸਥਾਪਿਤ ਕੀਤੀਆਂ ਅਸੀਂ ਸਿੱਧਾ ਉੱਥੋਂ ਲੈਣੀ ਹੈ ਜਾਂ ਕਿਸੇ ਹੋਰ ਗਿਆਨ ਤੋਂ ਲੈਣੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੋਂ ਹੋਰ ਆਪਦਾ ਜਿਹੜਾ ਹੈਗਾ ਪਬਲਿਕ ਜੀਵਨ ਜਾਂ ਜਨਤਕ ਜੀਵਨ ਉਹਦੇ ਮੁਤਾਬਕ ਜਿਉਣ ਦੀ ਕੋਸ਼ਿਸ਼ ਕਰਾਂਗੇ ਤਾ ਸਾਡੀ ਉਹ ਮੌਲਿਕਤਾ ਨਹੀਂ ਰਹਿਣੀ ਉਹ ਨਿਆਰਾਪਣ ਕਿਉਂਕਿ ਅਸੀਂ ਬਹੁਤ ਇਸ ਗੱਲ ਤੇ ਫਖਰ ਮਹਿਸੂਸ ਕਰਦੇ ਆ ਕਿ ਸਿੱਖ ਧਰਮ ਨਿਆਰਾ ਹੈ ਅਸੀਂ ਨਿਆਰਿਆਂ ਸੁਪੀਰੀਅਰ ਨਹੀਂ ਅਸੀਂ ਕਹਿੰਦੇ ਇਹ ਚ ਕੋਈ ਵੈਲਿਊ ਜਜਮੈਂਟ ਦੀ ਗੱਲ ਨਹੀਂ ਅਸੀਂ ਸੁਪੀਰੀਅਰ ਨਹੀਂ ਅਸੀਂ ਕਹਿੰਦੇ ਅਸੀਂ ਵੱਖਰੇ ਆਂ ਬਸ ਇਹ ਕੋਈ ਰੌਲੇ ਨਹੀਂ ਵੀ ਕੌਣ ਚੰਗਾ ਕੌਣ ਮਾੜਾ ਸਾਨੂੰ ਜੋ ਸਾਨੂੰ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਸਿਰਜਿਆ ਸੀ ਸਾਨੂੰ ਉਸ ਤਰ੍ਹਾਂ ਰਹਿਣ ਦਿਓ ਸਾਡੀ ਸਾਰੀ ਵਡਿਆਈ ਉਹਦੇ 'ਚ ਹੈ ਨਹੀਂ ਤਾਂ ਅਸੀਂ ਦੂਜਿਆਂ ਅਰਗੇ ਬਣ ਜਾਂਦੇ ਆ ਜੇ ਦੂਜੇ ਵਰਗੇ ਹੁੰਦੇ ਤਾਂ ਅਸੀਂ ਇੰਨੇ ਫਖਰ ਨਾਲ ਇੰਨੇ ਗੌਰਵ ਨਾਲ ਇੰਨੇ ਮਾਣ ਨਾਲ ਆਪਣੇ ਇਤਿਹਾਸ ਦੀ ਗੱਲ ਨਹੀਂ ਸੀ ਕਰ ਸਕਦੇ ਸਾਡਾ ਇਤਿਹਾਸ ਵੀ ਦੂਜਿਆਂ ਵਰਗਾ ਹੀ ਹੋਣਾ ਸੀ ਤੇ ਜੇ ਅਸੀਂ ਉਹ ਜਿਹਾ ਇਤਿਹਾਸ ਹਜ ਤਾ ਜਿਹੜਾ ਦੁਨੀਆ ਵਾਸਤੇ ਇੱਕ ਚਾਨਣ ਮਨਾ ਰਿਹਾ ਤਾਂ ਅਸੀਂ ਮਾਣ ਨੂੰ ਤੇ ਕਰ ਸਕਦੇ ਹਾਂ ਤਾਂ ਇਸ ਕਰਕੇ ਕਿ ਸਾਡਾ ਕੋਈ ਨਿਆਰਾਪਣ ਸੀ ਉਹ ਨਿਆਰਾਪਣ ਕਾਹਤੇ ਖੜਾ ਸੀ ਉਹਦਾ ਆਧਾਰ ਕੀ ਸੀ ਉਹ ਸਾਡੇ ਕਬਦੇ ਗਿਆਨ ਪ੍ਰਬੰਧ ਤੇ ਖੜਾ ਸੀ ਉਹ ਗਿਆਨ ਪ੍ਰਬੰਧ ਸਾਨੂੰ ਦਸਾਂ ਪਾਤਸ਼ਾਹੀਆਂ ਨੇ ਬਖਸ਼ਿਆ ਸੀ ਜਿਨੂੰ ਫਿਰ ਉਹਨਾਂ ਨੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ ਤਾਂ ਕਿ ਜਦੋਂ ਗੁਰੂ ਸਾਹਿਬ ਜਸਮਾਨੀ ਰੂਪ 'ਚ ਮੌਜੂਦ ਨਹੀਂ ਹੋਣਗੇ ਸਿੱਖਾਂ ਦਾ ਇੱਕ ਸਦੀਵੀ ਰਹਿਬਰ ਜਿਹੜਾ ਹਰ ਖੇਤਰ ਦੇ ਵਿੱਚ ਵਿਅਕਤੀਗਤ ਤੋਂ ਲੈ ਕੇ ਕੌਮੀ ਜੀਵਨ ਤੱਕ ਨਿੱਜੀ ਰਿਸ਼ਤਿਆਂ ਤੋਂ ਲੈ ਕੇ ਰਾਜਨੀਤੀ ਦੇ ਖੇਤਰ ਤੱਕ ਹਰ ਖੇਤਰ 'ਚ ਉੱਥੋਂ ਰੌਸ਼ਨੀ ਤੇ ਸੇਧ ਮਿਲੂ ਜਦ ਜਿੰਨਾ ਚਿਰ ਸਿੱਖ ਉੱਥੋਂ ਰੌਸ਼ਨੀ ਤੇ ਸੇਧ ਲਊ ਸਿੱਖ ਅਜਿੱਤ ਹੈ ਉੱਥੇ ਗਿਣਤੀ ਨਹੀਂ ਮੈਟਰ ਕਰਦੀ ਕਿ ਸਾਡੀ ਗਿਣਤੀ ਕਿੰਨੀ ਹੈ ਉਹਦੇ ਸਵਾ ਲੱਖ ਸੇ ਇੱਕ ਲੜਾਉਂਗਾਈ ਸਪਿਰਟ ਹੋਊਗੀ ਕੋਈ ਕੰਪਲੈਕਸ ਨਹੀਂ ਹੋ ਇਨਫਿਨਿਟੀ ਦਾ ਸਰੀਰਾਂ ਦੀ ਗੱਲ ਹੀ ਕੋਈ ਨਹੀਂ ਇਹ ਗੱਲ ਜਦੋਂ ਗਿਣਤੀਆਂ ਦਾ ਭੈ ਮੰਨਣ ਲੱਗ ਗਿਆ ਸਿੱਖ ਜਿਹਦਾ ਮਤਲਬ ਉਹ ਆਪਣੇ ਉਹ ਸੋਮੇ ਨਾਲ ਟੁੱਟ ਚੁੱਕਿਆ ਹੈ ਗਿਣਤੀਆਂ ਦੇ ਭੈ ਇੱਥ ਆਇਆ ਸਿੱਖ ਇਹ ਆਪਾਂ ਨੂੰ ਮੰਨ ਲੈਣਾ ਚਾਹੀਦਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੇ ਇਹੀ ਮਹਿਸੂਸ ਕੀਤਾ ਸੀ ਕਿ ਸਿੱਖ ਬਹੁ ਗਿਣਤੀ ਦਾ ਭੈ ਮੰਨੀ ਬੈਠਾ ਮਨ ਦੇ ਵਿੱਚ ਕਿਤੇ ਆ ਵੀ ਅਸੀਂ ਘੱਟ ਗਿਣਤੀ ਚਾਂ ਤੇ ਉਹ ਭੈ ਤੇ ਦਬਾਹੇ ਹੇਠ ਜਿਉਂ ਰਿਹਾ। ਉਹਦੇ ਚੋਂ ਕੱਢਣ ਵਾਸਤੇ ਉਹਨਾਂ ਨੇ ਉਹ جنگ ਲੜੀ ਦਰਬਾਰ ਸਾਹਿਬ ਦੀ ਰੱਖਿਆ ਲਈ। ਅੱਜ ਜੇ ਇੰਨਾ ਸਮਾਂ ਨਹੀਂ ਮੈਂ ਉਸ ਗੱਲ ਦੇ ਉੱਤੇ ਆਪਾਂ ਬਹੁਤ 1 ਘੰਟਾ 2 ਘੰਟੇ ਲੱਗ ਸਕਦੇ ਕਿ ਉਹ جنگ ਕੀ ਸੀ। ਅਸੀਂ ਕਈ ਵਾਰ ਬੜੇ ਸਰਸਰੀ ਨਾਦਰਾਂ ਨਾਲ ਗੱਲਾਂ ਨੂੰ ਛੱਡ ਜਾਂਦੇ ਜੀ ਦੇ ਅਰਥ ਬਾਡੂਗੇ। ਇੱਕ ਲਾਈਨ 'ਚ ਗੱਲ ਖਤਮ ਕਰਨੀ ਹੋਵੇ ਤਾਂ ਸੰਤ ਜਰਨੈਲ ਸਿੰਘ ਨੇ ਸਿੱਖਾਂ ਨੂੰ ਵੀ ਤੇ ਦੁਨੀਆਂ ਨੂੰ ਵੀ ਇਹ ਦਿਖਾਉਣਾ ਸੀ। ਕਿ ਜੰਗਾਂ ਸਰੀਰਾਂ ਨਾਲ ਨਹੀਂ ਲੜੀਆਂ ਜਾਂਦੀਆਂ। ਜੰਗਾਂ ਹਥਿਆਰਾਂ ਨਾਲ ਵੀ ਨਹੀਂ ਲੜੀਆਂ ਜਾਂਦੀਆਂ। ਜੰਗਾਂ ਰੂਹਾਂ ਦੇ ਜ਼ੋਰ ਨਾਲ ਲੜੀਆਂ ਜਾਂਦੀਆਂ। ਇਸ ਕਰਕੇ ਬਹੁਤ ਥੋੜੀ ਗਿਣਤੀ 'ਚ ਹੁੰਦੇ ਹੋਏ ਸਿੱਖਾਂ ਨੇ 18ਵੀਂ ਸਦੀ 'ਚ ਜਦੋਂ ਸਾਹ ਲੈਣ ਵਾਸਤੇ ਵੀ ਹਵਾ ਜ਼ਹਿਰੀਲੀ ਹੋਈ ਪਈ ਸੀ। ਕਿੱਡੀ ਕੁ ਗਿਣਤੀ ਸੀ ਉਦੋਂ ਸਿੱਖਾਂ ਦੀ ਪੈਰ-ਪੈਰ ਤੇ ਖਾਤਰੇ ਸਿਰਾਂ ਦੇ ਮੁੱਲ ਪੈ ਰਹੇ। ਰਹਿਣ ਨੂੰ ਕੋਈ ਟਿਕਾਣਾ ਨਹੀਂ। ਜੰਗਲਾਂ 'ਚ ਵਿਚਰ ਰਹੇ। ਨਾ ਭੈ ਮੰਨਿਆ। ਨਾ ਕਿਸੇ ਦੁਆ ਹੈ ਠਾਈ ਤੇ ਇੱਕ ਜਿਹੇ ਕਾਰਨਾਮੇ ਕੀਤੇ ਜਿਨੇ ਦੁਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੋ ਇਹ ਜਿਹੜੀ ਅਵਸਥਾ ਸਾਡੀ ਆਈ ਹੈ ਕਿ ਅਸੀਂ ਗਿਣਤੀਆਂ ਦਾ ਭੈ ਮੰਨਣ ਲੱਗ ਗਏ ਉਹ ਇਸ ਕਰਕੇ ਆਈ ਹੈ ਕਿ ਅਸੀਂ ਉੱਥੋਂ ਟੁੱਟ ਚੁੱਕੇ ਹਾਂ ਉਹਦੇ ਬੜਾ ਵਿਸਥਾਰ ਕੀਤਾ ਜਾ ਸਕਦਾ ਕਿੱਥੋਂ ਕਿੱਥੋਂ ਅਸੀਂ ਟੁੱਟੇ ਹਾਂ ਪਰ ਮੈਂ ਅੱਜ ਅੱਜ ਦੀ ਆਪਾਂ ਗੱਲਬਾਤ 'ਚ ਆਪਾਂ ਦੋ ਸ਼ਬਦਾਂ 'ਤੇ ਖੜਦੇ ਹਾਂ ਦੇਸ਼ ਤੇ ਆਜ਼ਾਦੀ ਕਿਉਂਕਿ ਜਦੋਂ ਭਾਰਤ ਦੀ ਆਜ਼ਾਦੀ ਦੀ ਡਾਈ ਸ਼ੁਰੂ ਹੋਈ ਤਾਂ ਸਿੱਖ ਸਭ ਤੋਂ ਮੂਰੇ ਅੱਗੇ ਆਏ ਕਿ ਅਸੀਂ ਦੇਸ਼ ਆਜ਼ਾਦ ਕਰਾਉਣਾ ਹੈ ਬਸ ਇੱਥੇ ਗੜਬੜ ਪਈ ਸੀ ਦੇਸ਼ ਤੇ ਆਜ਼ਾਦੀ ਦੋਹਾਂ ਦੇ ਅਰਥ ਅਬਦੇ ਭੁੱਲ ਗਏ ਸੀ ਉਹ ਆਜ਼ਾਦੀ ਦੇ ਅਰਥ ਜਿਹੜੇ ਉਸ ਮੌਕੇ ਸਮੇਂ ਨੇ ਪ੍ਰਚਲਿਤ ਕਰਤੇ ਤੇ ਦੇਸ਼ ਦੇ ਅਰਥ ਵੀ ਹੁਣ 1849 ਤੱਕ ਸਿੱਖਾਂ ਦਾ ਦੇਸ਼ ਕਿਹੜਾ ਸੀ ਸ਼ਾ ਮੁਹੰਮਦ ਜੰਗਨਾਮਾ ਲਿਖਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਹਿੰਦ ਤੇ ਪੰਜਾਬ ਦੋ ਅਲੱਗ ਅਲੱਗ ਐਂਟੀਟੀ ਜਾਂ ਦੋਹਾਂ ਦਾ ਜੰਗ ਹੋ ਰਿਹਾ ਉਸ ਤੋਂ ਬਾਅਦ ਵੀ ਪ੍ਰੋਫੈਸਰ ਮੋਹਨ ਸਿੰਘ ਕਪਤਾ ਲਿਖਦਾ 20ਵੀਂ ਸਦੀ ਦੇ ਵਿੱਚ ਆ ਕੇ ਵੀ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਉਹੀ ਪ੍ਰੋਫੈਸਰ ਮੋਹਨ ਸਿੰਘ ਦੇਸ਼ ਪਿਆਰ ਦੀ ਕਵਿਤਾ ਲਿਖਦਾ ਜਿਹੜੀ ਸਾਡੇ ਛੋਟੇ ਹੁੰਦੇ ਆ ਅਸੀਂ ਸਕੂਲਾਂ ਦੀਆਂ ਕਿਤਾਬਾਂ 'ਚ ਪੜ੍ਹੀ ਸੀ ਬਾਗਾਂ ਛੱਡਦੇ ਹੰਝੂਆਂ ਵਾਲੀਏ ਨਹੀਂ ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ਮੇਰੇ ਦੇਸ਼ ਤੇ ਬਣੀ ਐ ਭੀੜ ਭਾਰੀ ਟੁੱਟ ਪਏ ਨੇ ਬੈਰੀ ਪੰਜਾਬ ਉੱਤੇ ਪੰਜਾਬ ਦੀ ਰੱਖਿਆ ਲਈ ਮਰ ਰਹੇ ਨੇ ਪੰਜਾਬ ਦੇਸ਼ ਹੈ ਤੋਂ ਦੇਸ਼ ਤੋਂ ਭਾਵ ਦੇਸ਼ ਤੋਂ ਮਤਜੋਨਾਂ ਦਾ ਹੈਗਾ ਮੁਰਾਦ ਉਹ ਪੰਜਾਬ ਸੀ ਇਹ ਪੰਜਾਬ ਹਟ ਕੇ ਭਾਰਤ ਕਦੋਂ ਆ ਗਿਆ ਸਾਡੇ ਜਿਹਨ ਚ ਇਹ ਕਹਾਣੀ ਸਮਝਣੀ ਬਹੁਤ ਜ਼ਰੂਰੀ ਹੈ ਬਸ ਇੱਥੇ ਸਾਡੀ ਗੁਲਾਮੀ ਦਾ ਮੋਢ ਵਜ ਗਿਆ ਤੇ ਜਿੰਨਾ ਚਿਰ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਅਸੀਂ ਆਜ਼ਾਦੀ ਦੀਆਂ ਗੱਲਾਂ ਕਰੀ ਜਾਵਾਂਗੇ ਭਰਮ ਪਾਲੀ ਜਾਵਾਂਗੇ ਆਜ਼ਾਦੀ ਦੇ ਉਹਨਾਂ ਭਰਮਾਂ ਦਾ ਸਾਨੂੰ ਬੜੀ ਮਹਿੰਗੀ ਕੀਮਤ ਅਰਨੀ ਪਈ ਹੈ ਸਾਨੂੰ ਆਪਦਾ ਅਕਾਲ ਤਖਤ ਢਹਿ ਢੇਰੀ ਕਰਵਾਉਣਾ ਪਿਆ ਪਰ ਫੇਰ ਵੀ ਨਹੀਂ ਸਮਝੇ ਹਾਲਾਂਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਇਸ ਤੇ ਗੱਲ ਸਮਝ ਆ ਜਾਣੀ ਚਾਹੀਦੀ ਸੀ ਕਿ ਆਜ਼ਾਦ ਕੌਮਾਂ ਨਾਲ ਅਜਿਹਾ ਵਰਤਾਲਾ ਨਹੀਂ ਹੁੰਦਾ ਸੋ ਇਹ ਜਿਹੜੀ ਗੱਲ ਹੈ ਕਿ ਦੇਸ਼ ਭਾਰਤ ਕਦੋਂ ਬਣਿਆ ਜਦੋਂ ਅੰਗਰੇਜ਼ਾਂ ਨੇ ਇੱਥੇ ਆ ਕੇ ਸਾਰੇ ਦੇਸ਼ ਨੂੰ ਇੱਕ ਮੁਠ ਕਰ ਲਿਆ ਹੁਣ ਉਸੇ ਭਾਰਤ ਦੇ ਵਿੱਚ శ్రీలంਕਾ ਵੀ ਸੀ ਉਸੇ ਭਾਰਤ 'ਚ ਬਰਮਾ ਵੀ ਸੀ 1935 ਤੋਂ ਬਾਅਦ ਬਰਮਨ ਬਰਮਾ ਬਣ ਗਿਆ ਉਹਦਾ ਦੇਸ਼ ਬਦਲ ਗਿਆ ਇਸੇ ਭਾਰਤ ਚ ਆਪ ਜਿਹੜਾ ਅੱਜ ਪਾਕਿਸਤਾਨ ਆ ਉਹ ਵੀ ਇਸੇ ਵਿੱਚ ਸੀ ਜਿਹਦਾ ਮਤਲਬ ਦੇਸ਼ ਬਦਲਦੇ ਰਹਿੰਦੇ ਨੇ ਇਹ ਕੋਈ ਭਾਰਤ ਇਹ ਕੋਈ दैਵੀ ਰਚਨਾ ਨਹੀਂ ਕਿ ਰੱਬ ਨੇ ਇਸ ਭਾਰਤ ਸਿਰਜਤਾ ਜਿਹਾ ਇਹ ਤਾਂ ਮੌਕੇ ਦੀ ਜਿਹੜੀ ਹਕੂਮਤ ਹੈ ਕਿਹਨੇ ਕਿੰਨੇ ਇਲਾਕੇ ਤੇ ਕਬਜ਼ਾ ਕਰ ਲਿਆ ਉਹਨੂੰ ਆਪਦਾ ਦੇਸ਼ ਕਹਤਾ ਉਹਨਾਂ ਨੇ ਸੋ ਸਿੱਖ ਦਾ ਜਿਹੜਾ ਸਾਰਾ ਸਬੰਧ ਆ ਇੱਕ ਆਤਮਕ ਰਿਸ਼ਤਾ ਉਹ ਪੰਜਾਬ ਨਾਲ ਜੁੜਿਆ ਹੋਇਆ ਉਹਦੇ ਦੋ ਕਾਰਨ ਨੇ ਇੱਕ ਤਾਂ ਇਹ ਕਿ ਪੰਜਾਬ ਖਾਲਸੇ ਦੀ ਜਨਮ ਭੂਮੀ ਹੈ ਖਾਲਸੇ ਦੀ ਸਿਰਜਣਾ ਪੰਜਾਬ ਦੀ ਧਰਤੀ ਤੇ ਹੋਈ ਦੂਜੀ ਗੱਲ ਗੁਰੂ ਸਹਿਬਾਨ ਨੇ ਦਸਾਂ ਪਾਤਸ਼ਾਹੀਆਂ ਚ ਜੋ ਕੰਮ ਕੀਤਾ ਇੱਕ ਨਵਾਂ ਸਮਾਜ ਨਵਾਂ ਮਨੁੱਖ ਸਿਰਜ ਕੇ ਦਿਖਾਉਣਾ ਸੀ ਉਹਨੂੰ ਕਰਮ ਖੇਤਰ ਆਪਦਾ ਉਹਨਾਂ ਨੇ ਪੰਜਾਬ ਬਣਾਇਆ ਹੁਣ ਅੱਜ ਸਾਨੂੰ ਕਈ ਵਾਰ ਕੁਰਾਹੇ ਪਾਉਣ ਵਾਸਤੇ ਭਲੇਖਿਆਂ ਚ ਪਾਉਣ ਵਾਸਤੇ ਇਹ ਕਿਹਾ ਜਾਂਦਾ ਕਿ ਗੁਰੂ ਸਾਹਿਬ ਦਾ ਤਾਂ ਕੋਈ ਦੇਸ਼ ਨਹੀਂ ਸੀ ਜੀ ਉਹ ਤਾਂ ਸਾਰੇ ਨਾ ਕੱਲਾ ਪੰਜਾਬ ਨਹੀਂ ਸੀ ਉੱਥੇ ਸਾਰੇ ਹਿੰਦੁਸਤਾਨ ਚੋਂ ਤਾਂ ਘੁੰਮੇ ਸਿੰਧੋਸਤਾਨ ਜਗਾ ਜਗਾ ਗਏ ਇਸ ਕਰਕੇ ਉਹਨਾਂ ਨੇ ਤਾਂ ਕਦੇ ਇਸ ਤਰ੍ਹਾਂ ਦੀ ਸੌੜੀ ਆਪਦੇ ਆਪ ਨੂੰ ਤੰਗ ਦਾਇਰੇ ਚ ਬੜਿਆ ਹੀ ਨਹੀਂ ਪਰ ਅਸੀਂ ਕਹਿੰਦੇ ਐਸੀ ਗੱਲ ਨੂੰ ਹੋਰ ਅੱਗੇ ਲੈ ਕੇ ਜਾਓ ਹਿੰਦੁਸਤਾਨ ਤੋਂ ਬਾਹਰ ਵੀ ਉਹ ਮੱਕੇ ਮਦੀਨੇ ਤੱਕ ਗਏ ਬਗਦਾਦ ਤੱਕ ਗਏ ਤਿੱਬਤ ਤੱਕ ਗਏ ਫਿਰ ਉਹ ਭਾਰਤ ਦੇਸ਼ ਉਹਨਾਂ ਦਾ ਕਿਵੇਂ ਹੋ ਗਿਆ ਫਿਰ ਤਾਂ ਇਹ ਮੰਨੋ ਕਿ ਜੋ ਜੋ ਹਕੀਕਤ ਹੈ ਕਿ ਉਹ ਜਗਤਗੁਰੂ ਸੀਗੇ ਉਹਨਾਂ ਦਾ ਜਿਹੜਾ ਉਦੇਸ਼ ਸੀ ਸਾਰੀ ਮਾਨਵਤਾ ਦਾ ਭਲਾ ਸਰਬੱਤ ਦਾ ਭਲਾ ਸਮੁੱਚੀ ਮਾਨਵਤਾ ਦਾ ਬਾਬੇ ਤਾਰੇ ਚਾਰ ਚੱਕ ਜਿੱਥੋਂ ਅਸੀਂ ਉਹਨਾਂ ਨੂੰ ਜਗਤਗੁਰੂ ਕਹਿੰਦੇ ਆ ਉਹ ਕਿਸੇ ਦੇਸ਼ ਦੇ ਗੁਰੂ ਨਹੀਂ ਸੀ ਪਰ ਫਿਰ ਵੀ ਪੰਜਾਬ ਨਾਲ ਇੱਕ ਉਹਨਾਂ ਦਾ ਖਾਸ ਰਿਸ਼ਤਾ ਜੁੜ ਗਿਆ ਕਿ ਇੱਥੇ ਜੋ ਵੀ ਸਿਰਜਣਾ ਕੀਤੀ ਉਹਨਾਂ ਨੇ ਉਹ ਪੰਜਾਬ ਦੀ ਧਰਤੀ ਤੇ ਕੀਤੀ ਜੋ ਜੰਗਾਂ ਹੋਈਆਂ ਜੋ ਇਤਿਹਾਸ ਸਿਰਜਿਆ ਗਿਆ ਉਹ ਫਿਰ ਪੰਜਾਬ ਦੇ ਵਿੱਚ ਹੀ ਸਿਰਜਿਆ ਗਿਆ ਇਹ ਠੀਕ ਹੈ ਕਿ ਅੱਜ ਸਾਨੂੰ ਕੋਈ ਸਿਗਲੀਗਰ ਸਿੱਖ ਕੋਈ ਕਿਤੇ ਦੂਰ ਦੂਰ ਤੱਕ ਬੈਠੇ ਮਿਲ ਜਾਣਗੇ ਦੱਖਣ ਦੇ ਵਿੱਚ ਬੈਠੇ ਵੀ ਸਿੱਖ ਮਿਲ ਜਾਣਗੇ ਕਿਉਂਕਿ ਗੁਰੂ ਸਾਹਿਬ ਨੇ ਜਿੱਥੇ ਵੀ ਪ੍ਰਚਾਰ ਕੀਤਾ ਉਹਨਾਂ ਨੇ ਉਹ ਪ੍ਰਭਾਵ ਕਬੂਲ ਲਿਆ ਪਰ ਤੁਸੀਂ ਇੱਕ ਗੱਲ ਸੋਚੋ ਕਿ ਉਦੋਂ ਬਾਅਦ 18ਵੀਂ ਸਿੱਧਾ ਜੋ ਸਾਰਾ ਇਤਿਹਾਸ ਹੈ ਉਹ ਸਿੱਖਾਂ ਦੇ ਵਰਗ ਕਿੱਧਰ ਗਏ ਉਹਨਾਂ ਦਾ ਰੋਲ ਉਹਦੇ ਵਿੱਚ ਕੀ ਹੈ ਉਹ ਕਿਵੇਂ ਮਾਰਜਨ ਤੇ ਚਲੇ ਗਏ ਸੋ ਜਿੱਥੇ ਕਰਮ ਆਪਦਾ ਕਰਮ ਖੇਤਰ ਬਣਾਇਆ ਗੁਰੂ ਸਾਹਿਬ ਨੇ ਇੱਥੇ ਉਹਨਾਂ ਨੇ ਨਵੀਂ ਸਿਰਜਣਾ ਕਰਕੇ ਦਿਖਾਈ ਇਹ ਠੀਕ ਹੈ ਕਿ ਉਹਦੇ ਪ੍ਰਭਾਵ ਦੂਰ ਤੱਕ ਪੈਣ ਗਏ ਗੁਰੂ ਨਾਨਕ ਸਾਹਿਬ ਤੋਂ ਮੱਕੇ ਮਦੀਨੇ ਤਿੱਬਤ ਬਗਦਾਦ ਤੱਕ ਲੋਕ ਕੈਲ ਹੋਏ ਹੁੰਦੇ ਨੇ ਹਮੇਸ਼ਾ ਹੀ ਅਸੀਂ ਅੱਜ ਇੱਥੇ ਬੈਠ ਕੇ ਇੱਕ ਉਦਾਹਰਨ ਸਿਰਜ ਦਿੰਨੇ ਆ ਐਡਮਿੰਟਨ 'ਚ ਬੈਠੇ ਉਹਦਾ ਦੂਰ ਤੱਕ ਪ੍ਰਭਾਵ ਪਊਗਾ ਉਹ ਗੱਲ ਵੱਖਰੀ ਹੈ ਸੋ ਅਸੀਂ ਜੋ ਚੀਜ਼ ਆਪਦੀ ਬਚਾਉਣੀ ਸੀ ਉਹਦਾ ਸਬੰਧ ਪੰਜਾਬ ਨਾਲ ਹੈ ਸੋ ਇੱਕ ਤਾਂ ਜਿਹੜੀ ਸਾਡੇ ਇਹ ਫਰਕ ਪੈ ਗਿਆ ਕਿ ਅਸੀਂ ਦੇਸ਼ ਜਿਹੜਾ ਪੰਜਾਬ ਦੀ بجائے ਇਹ ਬਣ ਗਿਆ ਕਿ ਭਾਰਤ ਸਾਡਾ ਦੇਸ਼ ਇਹ ਜਿਹਨ 'ਚ ਪੱਕਾ ਬਿਠਾਤਾ ਦੂਜੀ ਗੱਲ ਆਜ਼ਾਦੀ ਸਿੱਖ ਬੜੇ ਸਰਗਰਮੀ ਨਾਲ ਜੋਸ਼ ਖਰੋਸ਼ ਨਾਲ ਅੱਗੇ ਆਏ ਕਿ ਅਸੀਂ ਦੇਸ਼ ਦੀ ਆਜ਼ਾਦੀ ਲਈ ਲੜਨਾ ਹੈ ਚੰਗਾ ਜਜ਼ਬਾ ਗੁਰੂ ਸਾਹਿਬ ਨੇ ਭਰਿਆ ਆਜ਼ਾਦੀ ਲਈ ਪਰ ਇਹ ਉੱਥੇ ਕਿਸੇ ਨੇ ਨਾ ਸੋਚਿਆ ਕਿ ਜੋ ਆਜ਼ਾਦੀ ਦੇ ਅਰਥ ਉਹਦੋਂ ਦਿੱਤੇ ਜਾ ਰਹੇ ਸੀ ਕੀ ਗੁਰੂ ਸਾਹਿਬ ਦਾ ਉਦੇਸ਼ ਉਹ ਆਜ਼ਾਦੀ ਸੀ ਗੁਰੂ ਸਾਹਿਬ ਨੇ ਬੜਾ ਸਪਸ਼ਟ ਕੀਤਾ ਕਿ ਮਨੁੱਖ ਨੂੰ ਮੁਕੰਮਲ ਤੌਰ ਤੇ ਆਜ਼ਾਦ ਕਰਨਾ ਕੋਈ ਵੀ ਵਿਅਕਤੀ ਆਜ਼ਾਦ ਮੁਕੰਮਲ ਤੌਰ ਤੇ ਉਦੋਂ ਹੋਊ ਜਦੋਂ ਉਹ ਨਿਰਭੈ ਤੋਂ ਭੈ ਤੋਂ ਮੁਕਤ ਹੋ ਜੂ ਡਰਦਿਨ ਜਿਉਂ ਰਹਾ ਬੰਦਾ ਕੀ ਮੁਕਤ ਹੋ ਸਕਦਾ ਹੈ ਆਜ਼ਾਦ ਹੋ ਸਕਦਾ ਸੋ ਆਜ਼ਾਦੀ ਦਾ ਅਰਥ ਸਿਰਫ ਤਨ ਦੀ ਆਜ਼ਾਦੀ ਨਹੀਂ ਸੀ ਗੁਰੂ ਸਾਹਿਬ ਜਦੋਂ ਆਜ਼ਾਦੀ ਦੀ ਗੱਲ ਕਰਦੇ ਸੀ ਤਾਂ ਉਹਦੇ ਵਿੱਚ ਤਨ ਦੀ ਆਜ਼ਾਦੀ ਦੇ ਨਾਲ ਉਹ ਨਾਲ ਆਤਮਾ ਦੇ ਬੰਧਨ ਵੀ ਤੋੜਨੇ ਸੀ ਨਾਲ ਜਿਹੜੇ ਸਾਨੂੰ ਜਕੜੀ ਰੱਖਦੇ ਵਿਸ਼ੇਵਕਾਰ ਮੋਹ ਪਿਆਰ ਕਾਮ ਕ੍ਰੋਧ ਲੋਭ ਉਹ ਜੋ ਵੀ ਸਾਨੂੰ ਦੱਸਿਆ ਸਾਰਿਆਂ ਨੂੰ ਪਤਾ ਹੈ ਹੁਣ ਜਿਹੜੇ ਬੰਦੇ ਦੇ ਮਨ ਦੇ ਵਿੱਚ ਭੈ ਹੈ ਜਾਂ ਦੂਜੇ ਉੱਤੇ ਦਾਬਾ ਪਾਉਣ ਦੀ ਗਲਬਾ ਪਾਉਣ ਦੀ ਹੱਬਸ ਪਈ ਹੈ ਉਹਦੇ ਮਨ ਦੇ ਅੰਦਰ ਕੋਈ ਲਾਲਚ ਹੈ ਦਬੈਸ਼ ਹੈ ਨਫ਼ਰਤ ਹੈ ਉਹ ਆਜ਼ਾਦੀ ਦਾ ਸਮਰਥਕ ਕਿਵੇਂ ਹੋ ਜੂ ਉਹ ਤਾਂ ਦੂਜੇ ਨੂੰ ਗੁਲਾਮ ਬਣਾਊਗਾ ਜਾ ਕੇ ਦੂਜੇ ਨੂੰ ਦਬਾ ਕੇ ਰੱਖੂਗਾ ਦੂਜੇ ਨੂੰ ਭੈ ਦੇਊਗਾ ਸੋ ਅਸੀਂ ਤਾਂ ਜਿਹੇ ਮਨੁੱਖ ਸਿਰਜਨੇ ਸੀ ਜਿਹੇ ਹੀ ਸਿੱਖੇ ਸਿਰਜੇ ਸੀ ਗੁਰੂ ਸਾਹਿਬ ਨੇ ਜਿਹੜੇ ਫਿਰ ਲੋਕਾਂ ਦੀਆਂ ਬਹੁ ਬੇਟੀਆਂ ਜਾ ਕੇ ਛੜਾ ਕੇ ਆਉਂਦੇ ਸੀਗੇ ਕਿੰਨੀ ਤਾਕਤ ਹੈ ਹੱਥ ਦੇ ਵਿੱਚ ਕਿੱਡੀਆਂ ਕਿੱਡੇ ਦਲ ਬਣੇ ਹੋਏ ਨੇ ਹਥਿਆਰband ਜਿੱਥੋਂ ਤੱਕ ਜਾਂਦੇ ਨੇ ਕੋਈ ਬੈਰੀ ਮੂਰੇ ਅੜ ਨਹੀਂ ਸਕਦਾ ਪਰ ਕਿਤੇ ਵੀ ਜਾ ਕੇ ਗਲਬਾ ਨਹੀਂ ਸਥਾਪਿਤ ਕਰ ਰਹੇ ਕਿਸੇ ਨੂੰ ਲੁੱਟ ਨਹੀਂ ਰਹੇ ਕਿਸੇ ਨੂੰ ਡਰਾ ਨਹੀਂ ਰਹੇ ਕਿਸੇ ਨੂੰ ਧਮਕਾ ਨਹੀਂ ਰਹੇ ਤੁਸੀਂ ਕਿਸੇ ਬਦੂੜੀ ਪਾਤਸ਼ਾਹੀ ਦੀ ਕਿਤਾਬ ਪੜ੍ਹੀ ਹੋਵੇ ਉਹਦੇ 'ਚ ਦੇਖੋ ਕਿ ਮਰਹੱਟਿਆਂ ਨੇ ਬੰਗਾਲ ਵਿੱਚ ਜਾ ਕੇ ਜੋ ਕੁਝ ਕੀਤਾ ਉਹ ਪੜ੍ਹਿਆ ਨਹੀਂ ਜਾ ਸਕਦਾ ਵੀ ਇੰਨਾ ਜ਼ੁਲਮ ਵੀ ਕੋਈ ਕਰ ਸਕਦਾ ਉਹਨਾਂ ਦੇ ਹੱਥ 'ਚ ਵੀ ਹਥਿਆਰ ਆਏ ਸੀ ਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਹਥਿਆਰ ਚੁਕਾਇਆ ਹੀ ਉਦੋਂ ਜਦੋਂ ਇਹ ਗਰੰਟੀ ਹੋ ਗਈ ਕਿ ਇਹ ਹਥਿਆਰਾਂ ਦੀ ਦੁਰਵਰਤਤੋਂ ਨਹੀਂ ਹੋਊਗੀ ਜੰਗਾਂ ਪਹਿਲੇ ਪਾਤਸ਼ਾਹ ਵੀ ਲੜਦੇ ਸਾਰੇ ਹਰ ਪਾਤਸ਼ਾਹ ਹਰ ਕੁਝ ਕਰਨ ਦੇ ਸਮਰੱਥ ਸੀ ਪਹਿਲੇ ਪਾਤਸ਼ਾਹ ਵੀ ਜੰਗ ਲੜ ਸਕਦੇ ਸੀਗੇ ਉਹ ਵੀ ਹਥਿਆਰ ਚੁਕਾ ਸਕਦੇ ਸੀ ਪਰ ਨਹੀਂ ਅਜੇ ਸਿਰਜਣਾ ਕਰਨੀ ਸੀਗੀ ਉਹਨਾਂ ਰੂਹਾਂ ਦੀ ਕਿ ਜਦੋਂ ਉਹਨਾਂ ਦੇ ਹੱਥ 'ਚ ਹਥਿਆਰ ਆਉਣਗੇ ਤਾਂ ਉਹਨਾਂ ਦੀ ਦੁਰਵਰਤੋਂ ਨਹੀਂ ਹੋਊਗੀ ਕਿਸੇ ਨੂੰ ਦਬਾਉਣ ਵਾਸਤੇ ਕਿਸੇ ਨੂੰ ਲੁੱਟਣ ਵਾਸਤੇ ਕਿਸੇ ਨੂੰ ਸਤਾਉਣ ਵਾਸਤੇ ਨਹੀਂ ਹੋਊਗੀ ਉਹ ਬਚਾਉਣ ਵਾਸਤੇ ਹੋਊਗੀ ਸੋ ਇਹ ਅਰਥ ਸਾਨੂੰ ਦਿੱਤੇ ਆਜ਼ਾਦੀ ਦੇ ਕਿ ਜੇ ਅਜਿਹੇ ਆਜ਼ਾਦ ਮਨੁੱਖ ਤੇ ਜਦੋਂ ਅਜਿਹੇ ਆਜ਼ਾਦ ਮਨੁੱਖ ਇਕੱਠੇ ਹੋਣਗੇ ਉਹੀ ਆਜ਼ਾਦ ਸਮਾਜ ਹੋ ਦੂਜਾ ਸਮਾਜ ਕਿਵੇਂ ਆਜ਼ਾਦ ਹੋ ਸਕਦਾ ਹੈ ਜਿੱਥੇ ਇੱਕ ਦੂਜੇ ਦੇ ਖਿਲਾਫ ਨਫ਼ਰਤਾਂ ਪਾਲੀਆਂ ਜਾ ਰਹੀਆਂ ਹਨ ਸ਼ਾਸ਼ਾਂ ਰਚੀਆਂ ਜਾ ਰਹੀਆਂ ਐ ਦਵਾਇਆ ਜਾ ਰਿਹਾ ਉਥੇ ਉਹਨੂੰ ਤੁਸੀਂ ਯਾਦ ਕਿਵੇਂ ਕਹਿਦੇ ਹੋ ਸੋ ਇਹ ਬੜੀ ਸੋਚਣ ਵਾਲੀ ਤੇ ਬੜੀ ਮਹੱਤਵਪੂਰਨ ਗੱਲ ਹੈ ਕਿ ਸਾਨੂੰ ਇੰਨਾ ਕੁਝ ਦੇ ਕੇ ਉਹਨਾਂ ਨੇ ਉਦਾਹਰਨਾਂ ਆਪ ਸਿਰਜ ਕੇ ਆਜ਼ਾਦੀ ਦੇ ਅਰਥ ਦੱਸੇ ਸੀ ਕਿ ਆਜ਼ਾਦੀ ਦਾ ਭਾਵ ਆ ਹੈ ਨਿਰਭਾਉ ਤੇ ਨਿਰਬੈਰ ਜਦੋਂ ਹਰ ਕਿਸਮ ਦੀ ਮਨ ਵਿੱਚੋਂ ਖਤਮ ਹੋਗੀ ਉਹੀ ਬੰਦੇ ਫਿਰ ਉਸ ਤਰ੍ਹਾਂ ਦਾ ਸਮਾਜ ਸਿਰਜ ਸਕਣਗੇ ਉਹ ਸਮਾਜ ਸਿਰਜ ਕੇ ਵੀ ਦਿਖਾਇਆ ਉਹ ਰਾਜ ਵੀ ਸਿਰਜ ਕੇ ਦਿਖਾਇਆ ਮਹਾਰਾ ਰਣਜੀਤ ਸਿੰਘ ਦਾ ਰਾਜ ਸਾਬ ਨੂੰ ਪਤਾ ਹੈ ਕਿ ਐਡੀ ਘੱਟ ਗਿਣਤੀ ਮੇਰੇ ਖਿਆਲ ਸਾਇਦ 10 ਜਾਂ 11% ਸੀ ਉਦੋਂ ਜਾਂ 9% ਜੇ ਜਿਹੜਾ ਵੱਡਾ ਪੰਜਾਬ ਰਾਜ ਦਾ ਸੀਗਾ ਉਹ ਲੋਕਾਂ ਨੂੰ ਕਿਵੇਂ ਮਕਬੂਲ ਹੋ ਗਿਆ ਕਿਸੇ ਵਿਰੋਧੀ ਨੇ ਵੀ ਇੱਕ ਵੀ ਗੱਲ ਦਰਜ ਨਹੀਂ ਕੀਤੀ ਜਿੱਥੋਂ ਇਹ ਲੱਗੇ ਕਿ ਉਹਨੇ ਲੋਕਾਂ ਦੇ ਉੱਤੇ ਕੋਈ ਜ਼ੁਲਮ ਕੀਤੇ ਹੋ ਇੱਕ ਵੀ ਉਦਾਹਰਨ ਉਹਨੇ ਕਿਸੇ ਪੱਛਮ ਦੇ ਲੋਕਾਂ ਤੋਂ ਨਹੀਂ ਸਿੱਖਿਆ ਇਹ ਵੀ ਜਹੂਰੀਅਤ ਕੀ ਹੁੰਦੀ ਹੈ ਉਹਨ ਤਾਂ ਜੋ ਗੁਰੂ ਸਾਹਿਬ ਨੇ ਦਿੱਤਾ ਸੀਗਾ ਉਹਨੇ ਗੁਰਬਾਣੀ ਦੇ ਵਿੱਚੋਂ ਸੁਤੇ ਸਿੱਧੇ ਅਰਥ ਗ੍ਰਹਿਣ ਕੀਤੇ ਸੀ ਕਿ ਸਿੱਖ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਇਹ ਗੱਲਾਂ ਸੀ ਸਾਡੀ ਸਾਡੀਆਂ ਬਲੱਖਣ ਸਾਡਾ ਨਿਆਰਾਪਣ 18ਵੀਂ ਸਦੀ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਜਦੋਂ ਸਿੱਖਾਂ ਦੀ ਤਾਕਤ ਵਧੀ ਲਾਹੌਰ ਤੇ ਪਹਿਲੀ ਵਾਰ ਕਬਜ਼ਾ ਕੀਤਾ ਜਦੋਂ ਅਹਿਮਦ ਸ਼ਾਹ ਅਬਦਾਲੀ ਮੁੜ ਗਿਆ ਤੇ ਕੁਝ ਮਹੀਨੇ ਲਾਹੌਰ ਦੇ ਵਿੱਚ ਸਿੱਖਾਂ ਦਾ ਰਾਜ ਰਿਹਾ ਲੈਣਾ ਸਿੰਘ ਚੜਤ ਸਿੰਘ ਤੇ ਹੋਰ ਸਾਰੇ ਉਹ ਸਰਦਾਰਾਂ ਦਾ ਮੁੜ ਕੇ ਜਦੋਂ ਅਹਿਮਦ ਸ਼ਾਹ ਅਬਦਾਲੀ ਮੁੜ ਕੇ ਆਇਆ ਹਮਲਾ ਕਰਨ ਤਾਂ ਲਾਹੌਰ ਦੇ ਵਿੱਚੋਂ ਹਿੰਦੂਆਂ ਤੇ ਮੁਸਲਮਾਨਾਂ ਦਾ ਜਿਹੜੇ ਪਤਵੰਤੇ ਸੀ ਜਿਹਨੂੰ ਉਸੇ 엘ੀਟ ਕਹਿ ਦਿੰਦੇ ਆ ਉਹ ਇੱਕ ਡੈਲੀਗੇਸ਼ਨ ਲੈ ਕੇ ਬਾਹਰ ਜਾ ਕੇ ਜੇ ਲਾਹੌਰ ਤੋਂ ਬੜਿਆ ਵੀ ਨਹੀਂ ਸੀ ਉਹਨੂੰ ਜਾ ਕੇ ਉਹਨਾਂ ਨੇ ਫਰਿਆਦ ਕੀਤੀ ਕਿ ਬਾਕੀ ਪੰਜਾਬ ਜੋ ਮਰਜ਼ੀ ਕਰ ਲੈ ਪਰ ਲਾਹੌਰ ਦੇ ਵਿੱਚ ਸਿੱਖਾਂ ਦੇ ਰਾਜ ਨੂੰ ਨਾ ਬਦਲੀ ਉੱਥੇ ਸਿੱਖਾਂ ਦਾ ਰਾਜ ਹੀ ਰਹਿਣ ਦੇ ਉਹ ਕਹਿੰਦੇ ਜਿੰਦਗੀ ਚ ਪਹਿਲੀ ਵਾਰ ਅਸੀਂ ਆਜ਼ਾਦੀ ਮਾਣੀ ਹੈ ਉਹ ਸਿੱਖ ਜਿਨ੍ਹਾਂ ਉੱਤੇ ਉਸ ਵਕਤ ਕੇ ਮੁਗਲਾਂ ਵੱਲੋਂ ਇੰਨੇ ਜ਼ੁਲਮ ਹੋ ਰਹੇ ਸੀ ਉਹ ਜਦੋਂ ਲਾਹੌਰ ਚ ਉਹਨਾਂ ਦੇ ਹੱਥ ਚ ਤਾਕਤ ਆਈ ਤਾਂ ਉਹਨਾਂ ਬੰਦਿਆਂ ਨੇ ਆਪ ਕਿਹਾ ਕਿ ਈਦ ਦੇ ਮੌਕੇ ਸਾਨੂੰ ਜਿਵੇਂ ਇਹਨਾਂ ਨੇ ਤੋਹਫੇ ਦਿੱਤੇ ਤੇ ਜਿਵੇਂ ਪਿਆਰ ਜਿ ਦਿਖਾਇਆ ਵੀ ਇਹ ਤਾਂ ਸਾਨੂੰ ਕਦੇ ਵੀ ਨਹੀਂ ਸੀ ਮਿਲਿਆ ਹੁਣ ਇਹ ਗੁਣ ਕਿਹਨੇ ਭਰੇ ਜਦੋਂ ਅਸੀਂ ਸੇਧ ਪ੍ਰੇਰਨਾ ਗੁਰੂ ਗ੍ਰੰਥ ਸਾਹਿਬ ਤੋਂ ਸਾਡੇ ਜੀਵਨ ਦੇ ਹਰ ਖੇਤਰ 'ਚ ਅਸੀਂ ਉੱਥੋਂ ਗ੍ਰਹਿਣ ਕਰਦੇ ਸੀ ਆਪਦੇ ਮਨ ਪਿੱਛੇ ਨਹੀਂ ਸੀ ਚੱਲਦੇ ਮਨ ਤਾਂ ਬੜੀ ਗੁਰੂ ਸਾਹਿਬ ਨੇ ਇਹੇ ਕਈ ਸੇ ਗੱਲਾਂ ਤੁਹਾਨੂੰ ਵੱਧ ਲਿਆ ਸੀ ਮਨ ਜਿੱਤਿਆ ਜਗ ਜੀਤ ਮਨ ਪਿੱਛੇ ਨਹੀਂ ਜਾਣਾ ਕਾਬੂ ਕਰਨਾ ਹੈ ਉਹਨਾਂ ਸਾਰੀਆਂ ਜੋ ਵੀ ਸਾਡੇ ਪ੍ਰਵਿਰਤੀਆਂ ਇਸ ਤਰ੍ਹਾਂ ਦੀਆਂ ਉਠਦੀਆਂ ਤਾਂ ਹੀ ਉਹ ਉਦਾਰਨ ਕਾਇਮ ਕਰ ਸਕੇ ਸੀ ਤੋ ਮੈਂ ਹੈਰਾਨ ਹੁੰਨਾ ਕਿ ਬਹੁਤ ਕੁਝ ਲਿਖਿਆ ਗਿਆ ਮਹਾਰਾਜ ਜੀ ਸਿੰਘ ਬਾਰੇ ਪਰ ਕਿਤੇ ਇੱਕ ਵੀ ਘਟਨਾ ਕਿਉਂਕਿ ਜਦੋਂ ਹੱਥ 'ਚ ਤਾਕਤਾਈ ਉਦੋਂ ਆਈ ਜਦੋਂ ਅਸੀਂ ਹਜ਼ਾਰਾਂ ਦੀ ਗਿੰਟ ਕਤਲ ਹੋ ਚੁੱਕੇ ਸੀ ਬਹੁਤ ਬੁਰੀ ਤਰ੍ਹਾਂ ਸਭ ਨੂੰ ਪਤਾ ਹੈ ਕਿ ਲਾਹੌਰ ਦੇ ਨਕਸ਼ ਚੌਂਕ 'ਚ ਕਿਵੇਂ ਸਾਡੀਆਂ ਜੋ ਸਿੱਖ ਮਾਵਾਂ ਸੀ ਉਹਨਾਂ ਦੇ ਗਲਾਂ 'ਚ ਬੱਚਿਆਂ ਦੇ ਹਾਰ ਪਾਏ ਗਏ ਜਾਂ ਬਰਸ਼ਾਂ ਦੇ ਨੋਕਾਂ ਤੇ ਉਹਨਾਂ ਦੇ ਬੱਚੇ ਟੰਗੇ ਗਏ ਸਾਰਾ ਕੁਝ ਹੋਇਆ ਹੁਣ ਇਹ 'ਚ ਕਿੰਨੀ ਪੜਕਾਹਟ ਹੋ ਸਕਦੀ ਹੈ ਕਿ ਜਦੋਂ ਸਾਡੇ ਹੱਥ 'ਚ ਰਾਜ ਆਇਆ ਤਾਸੀਂ ਬਦਲਾ ਲਵਾਂਗੇ ਇੱਕ ਵੀ ਘਟਨਾ ਕਿਤੇ ਬਦਲੇ ਦੀ ਨਾ ਹੋਣੀ ਜਦੋਂ ਗੱਲਾਂ ਇੰਨੀਆਂ ਤਾਜ਼ਾ ਪਈਆਂ ਸੀ ਅੱਜ ਅਸੀਂ ਦੇਖੋ ਕਿਵੇਂ ਅੱਜ ਸਾਡਾ ਬਿਹਾਰ ਕੀ ਹੈ ਇਹ ਸੀ ਸਾਡੀ ਜਿਹੜੀ ਬਲਖਣਤਾ ਤੇ ਉਹਦਾ ਕਾਰਨ ਇਹ ਸੀ ਕਿ ਅਸੀਂ ਸੇਦ ਉੱਥੋਂ ਲੈਂਦੇ ਸੀ ਸੋ ਇਸ ਕਰਕੇ ਇਹ ਇਹ ਗੜਬੜ ਕਦੋਂ ਹੋਈ ਕਿ ਅਸੀਂ ਉਹ ਗੱਲਾਂ ਭੁੱਲ ਕੇ ਆਜ਼ਾਦੀ ਦੇ ਅਰਥ ਵੀ ਭੁੱਲ ਗਏ ਦੇਸ਼ ਦੇ ਅਰਥ ਵੀ ਭੁੱਲ ਗਏ ਕੁਰਬਾਨੀਆਂ ਕੀਤੀਆਂ ਮਰੇਆਂ ਤੂੰ ਬਾਰ-ਬਾਰ ਗਿਣਾਉਂਦੇ ਵੀ ਆ ਵੀ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਪਰ ਉਹਨਾਂ ਕੁਰਬਾਨੀਆਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਦੋਂ ਤੁਸੀਂ ਆਪਦੇ ਰਾਹ ਤੋਂ ਤਾਂ ਭਟਕ ਗਏ ਜਿਸ ਰਾਹ ਗੁਰੂ ਨੇ ਪਾਇਆ ਸੀ ਉਹ ਛੱਡ ਕੇ ਕਿਸੇ ਹੋਰ ਰਾਹ ਪੈ ਗਏ ਉਹਤੇ ਤੁਸੀਂ ਉਹਨਾਂ ਤੇ ਆਸਾਨ ਜਿਤਾਉ ਜਾ ਕੇ ਕੋਈ ਜਿਵੇਂ ਹੈਰਾਨੀ ਵਾਲੀ ਗੱਲ ਹੁੰਦੀ ਆ ਵੀ ਇਸ ਤਰ੍ਹਾਂ ਵੀ ਸਾਨੂੰ ਤੇਨੂੰ ਉਮੀਦ ਨਹੀਂ ਸੀ ਇਹ ਗੱਲ ਨਹੀਂ ਸੀ ਸੋ ਇਹ ਜਿਹੜਾ ਇੱਥੇ ਮੈਂ ਗੱਲ ਜਿਹੜੀ ਕੀਤੀ ਐ ਗਿਆਨ ਦੀ ਗੱਲ ਵੀ ਇਸ ਤਰ੍ਹਾਂ ਉਹ ਟੂਲ ਬਣਦਾ ਫਿਰ ਉਹ ਸੰਧ ਬਣਦਾ ਹੈ ਗਲਬੇ ਦਾ ਜਦੋਂ ਤੁਸੀਂ ਆਪਦਾ ਗਿਆਨ ਛੱਡ ਕੇ ਕਿਸੇ ਹੋਰ ਦਾ ਗਿਆਨ ਗ੍ਰਹਿਣ ਕਰ ਲੈਨੇ ਹੋ ਇਹ ਕੰਮ ਕੀਤਾ ਜਾਂਦਾ ਹੈ ਬੜੇ ਸਟਰਲ ਢੰਗ ਨਾਲ ਉਹਦਾ ਨਤੀਜਾ ਕੀ ਹੁੰਦਾ ਜਾ ਕੇ ਹੁਣ ਜੇ ਮੈਂ ਦੇਸ਼ ਦੀ ਮੈਂ ਗੱਲ ਕਰਦਾ ਕਿ ਜਦੋਂ ਭਾਰਤ ਦੇਸ਼ ਸਮਝ ਲਿਆ ਨੰਬਰ 1 ਜਿਸ ਵਿਚਾਰਤਾ ਰਾਜੋ ਇਹ ਗੱਲ ਨਿਕਲੀ ਦੇਸ਼ ਵਾਲੀ ਉਹੀ ਵਿਚਾਰਤਾ ਰਾ ਇਹ ਕਹਿੰਦੀ ਹੈ ਕਿ ਜਿਹੜਾ ਦੇਸ਼ ਭਗਤੀ ਆ ਜਾਂ ਨੈਸ਼ਨਲਿਜ਼ਮ ਜਾਂ ਰਾਸ਼ਟਰਵਾਦ ਇਹ ਸੁਪਰੀਮ ਵਰ ਚ ਸਭ ਤੋਂ ਵੱਡੀ ਗੱਲ ਇਹ ਆ ਦੇਸ਼ ਤੋਂ ਉੱਤੇ ਕੋਈ ਨਹੀਂ ਹਰ ਨਾਗਰ ਤੋਂ ਨਾਗਰਿਕ ਤੋਂ ਜਿਹੜਾ ਵੀ ਸਿਟੀਜ਼ਨ ਆ ਉਸ ਦੇਸ਼ ਦਾ ਉਹ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਉਹਦੀ ਪਹਿਲੀ ਵਫਾਦਾਰੀ ਦੇਸ਼ ਨਾਲ ਹੈ ਧਰਮ ਨਾਲ ਨਹੀਂ ਆਪਦੀ ਜਮਾਤ ਨਾਲ ਨਹੀਂ ਜਾਤ ਨਾਲ ਨਹੀਂ ਉਹਦੀ ਜਿਹੜੀ ਸਭ ਤੋਂ ਵੱਡੀ ਆਈਡੈਂਟੀਟੀ ਆ ਪਛਾਣ ਆ ਉਹ ਆ ਦੇਸ਼ ਵਾਲੀ ਅਸੀਂ ਭਾਰਤੀ ਸੋ ਇਹ ਕਿਹਾ ਜਾਂਦਾ ਵੀ ਤੁਸੀਂ ਇਹ ਪ੍ਰਵਾਨ ਕਰਵਾਇਆ ਜਾਂਦਾ ਹੈ ਕਿ ਪਹਿਲਾਂ ਮੈਂ ਭਾਰਤੀ ਆ ਫਿਰ ਮੈਂ ਸਿੱਖਾਂ ਜਾਂ ਹਿੰਦੂਆਂ ਜਾਂ ਮੁਸਲਮਾਨਾਂ ਜਾਂ ਸਾਈ ਹੁਣ ਜਦੋਂ ਅਸੀਂ ਇਹ ਗੱਲ ਪ੍ਰਵਾਨ ਕਰ ਲਈ ਵੀ ਪਹਿਲਾਂ ਮੈਂ ਭਾਰਤੀ ਆ ਫਿਰ ਮੈਂ ਸਿੱਖਾਂ ਤੇ ਜੇ ਭਾਰਤੀ ਹੋਣ ਕਰਕੇ ਜਾਂ ਭਾਰਤੀ ਦਿਸਣ ਕਰਕੇ ਜਾਂ ਭਾਰਤ ਮੰਗ ਕਰਦਾ ਕਿ ਸਿੱਖਾਂ ਤੇ ਹਮਲਾ ਕੀਤਾ ਜਾਵੇ ਕਿਉਂਕਿ ਸਿੱਖਾਂ ਤੋਂ ਭਾਰਤ ਨੂੰ ਖਤਰਾ ਹੈ ਜੇ ਇਹ ਚਚਾ ਚਾ ਦਿੱਤਾ ਜਾਵੇ ਕਿ ਇੱਕ ਧਰਮ ਤੋਂ ਦੇਸ਼ ਨੂੰ ਖਤਰਾ ਹੈ ਤਾਂ ਉਹ ਧਰਮ ਦੇ ਖਿਲਾਫ ਨਫ਼ਰਤ ਪੈਦਾ ਹੋ ਜਾਂਦੀ ਹੈ ਕਿਉਂਕਿ ਤੁਸੀਂ ਇਹ ਮੰਨ ਲਿਆ ਕਿ ਦੇਸ਼ ਉੱਪਰ ਹੈ ਧਰਮ ਇਹ ਤਾਂ ਕੋਈ ਸਮਾਂ ਸੀ ਜਦੋਂ ਧਰਮ ਲਈ ਲੜਨਾ ਤੇ ਧਰਮ ਲਈ ਮਰਨਾ ਬਹੁਤ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ ਤੇ ਧਰਮ ਲਈ ਸ਼ਹੀਦ ਹੋਏ ਲੋਕ ਪੂਜਨੀਕ ਸਮਝੇ ਜਾਂਦੇ ਸੀ ਫਿਰ ਸਮੇਂ 'ਚ ਤਬਦੀਲੀ ਆਈ ਕਿ ਧਰਮ ਲਈ ਨਹੀਂ ਕਿਸੇ ਵਿਚਾਰਧਾਰਾ ਲਈ ਲੜਨਾ ਸਭ ਤੋਂ ਵੱਡੀ ਗੱਲ ਹੈ। ਅਸਲੀ ਸ਼ਹੀਦ ਉਹ ਹੀ ਤੇ ਧਰਮ ਲਈ ਲੜਨ ਵਾਲੇ ਉਹ ਇੱਕ ਤੰਗ ਨਾਜ਼ਰ ਤੇ ਸੌੜੇ ਫਿਰਕੂ ਕਹਿ ਲੋ, ਕੱਟੜ ਕਹਿ ਲੋ, ਬੜੇ ਸ਼ਬਦ ਘੜਤੇ। ਸੋ ਸਾਡੇ ਸਾਹਮਣੇ ਸ਼ਹਾਦਤ ਦੇ ਅਰਥ ਵੀ ਉਹ ਬਣਾਤੇ। ਤੇ ਉਹਦਾ ਸਭ ਤੋਂ ਵੱਡਾ ਬਿੰਬ ਸਾਨੂੰ ਸਿਰਜ ਕੇ ਦੇਤਾ ਸ਼ਹੀਦ ਭਗਤ ਸਿੰਘ। ਵੀ ਜਿਹੜਾ ਧਰਮ ਤੋਂ ਉੱਪਰ ਉੱਠ ਕੇ ਇੱਕ ਵਿਚਾਰਧਾਰਾ ਲਈ ਸ਼ਹੀਦ ਹੋਇਆ। ਪਹਿਲਾਂ ਸਾਡੇ ਵਾਸਤੇ ਜਿਹੜਾ ਸ਼ਹਾਦਤ ਦਾ ਬਿੰਬ ਸੀ ਉਹ ਪੰਚਮ ਪਾਤਸ਼ਾਹ ਸੀ ਸ਼ਹੀਦਾਂ ਦੇ ਸਰਤਾਜ ਸ਼ਹੀਦੇ ਆਜ਼ਮ ਉਹ ਉਹ ਸਾਡੇ ਮਨਾਂ 'ਚੋਂ ਲੱਥ ਗਿਆ ਅਸੀਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਬਣ ਗਏ ਇਹ ਨਹੀਂ ਕਿ ਸ਼ਹੀਦ ਭਗਤ ਸਿੰਘ 'ਚ ਕੋਈ ਕਮਜ਼ੋਰੀ ਸੀ ਜਾਂ ਕੋਈ ਊਣਟਾਈ ਸੀ ਗੱਲ ਬਿਲਕੁਲ ਵੱਖੋ ਵੱਖਰੀ ਹੈ ਉਹ ਇੱਕ ਵਿਚਾਰਤਾਰਾ ਲਈ ਸ਼ਹੀਦ ਹੋਇਆ ਉਹ ਵਿਚਾਰਤਾਰਾ ਸਾਡੇ ਲਈ ਗੁਲਾਮੀ ਦੇ ਸੰਗਲ ਬਣੇਨ। ਦੇਸ਼ ਲਈ, ਰਾਸ਼ਟਰਵਾਦ ਲਈ ਵੀ ਦੇਸ਼ ਉੱਪਰ ਹੈ। ਧਰਮ ਉਦੋਂ ਹੀਟਾਂ ਜਦੋਂ ਧਰਮ ਕਿਤੇ ਉਹ ਝੜਕਾ ਬਣਦਾ ਤਾਂ ਉਹ ਧਰਮ ਤੇ ਹਮਲਾ ਬੋਲਿਆ ਜਾ ਸਕਦਾ। ਦਰਬਾਰ ਸਾਹਿਬ ਤੇ ਹਮਲਾ ਕਿਉਂ ਹੋਇਆ? ਬੜੀ ਸੌਖੀ ਜੀ ਸਿੰਪਲ ਜੀ ਗੱਲ ਹੈ ਜਿਹੜੀ ਹਰ ਸਿੱਖ ਸਮਝ ਸਕਦਾ। ਆਮ ਤੌਰ ਤੇ ਜੋ ਪ੍ਰੈਸ ਵਿੱਚ ਬਣਾਇਆ ਗਿਆ ਜੋ ਜਸਪਾਲ ਸਿੰਘ ਨੇ ਵੀ ਦੱਸਿਆ ਜੋ ਜੋ ਤੁਹਾਨੂੰ ਦੱਸਿਆ ਜਾਂਦਾ ਉਹ ਗੱਲ ਸੱਚੀ ਨਹੀਂ ਹੁੰਦੀ ਜੋ ਜਚਾ ਦਿੱਤੀ ਜਾਂਦੀ ਹੈ ਦੱਸਿਆ ਇਹ ਗਿਆ ਕਿ ਦਰਬਾਰ ਸਾਹਿਬ ਦੇ ਵਿੱਚ ਕੁਝ ਅਜਿਹੀਆਂ ਹਰਕਤਾਂ ਹੋ ਰਹੀਆਂ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਜਿਹੀਆਂ ਕਾਰਵਾਈਆਂ ਕਰ ਰਹੇ ਸੀ ਜੀਤੋਂ ਦੇਸ਼ ਨੂੰ ਖਤਰਾ ਸੀ ਮੌਜੂਦਾ ਮਾਨਾ ਕਾਰਵਾਈਆਂ ਸੀ ਗੈਰ ਕਾਨੂੰਨੀ ਸੀ ਹੁਣ ਜਦੋਂ ਕਿਸੇ ਚੀਜ਼ ਨੂੰ ਅਸੀਂ ਗੈਰ ਕਾਨੂੰਨੀ ਕਹਿੰਦੇ ਹਾਂ ਉਹ ਕਾਨੂੰਨ ਕਿਹਦਾ ਸਿਰਜਿਆ ਹੋਇਆ ਜਿਹਨੂੰ ਅਸੀਂ ਕਹਿਣਾ ਵੀ ਉਹ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਉਹ ਕਾਨੂੰਨ ਬੰਦਿਆਂ ਦੇ ਸਿਰਜੇ ਹੋਏ ਨੇ ਰੱਬ ਨੇ ਤਾਂ ਸਿਰਜ ਕਿ ਨਹੀਂ ਭੇਜਦੇ ਕੋਈ ਸਿਮਾਗ ਬੈਠੇ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਰਾਜ ਕਰਨਾ ਹੈ ਉਹਨਾਂ ਨੇ ਸੰਵਿਧਾਨ ਬਣਾ ਲਿਆ ਕਾਨੂੰਨ ਬਣਾ ਲਏ ਕਾਦੇ ਵਾਸਤੇ ਕਿ ਅਸੀਂ ਆਪਦਾ ਗਲਬਾ ਕਿਵੇਂ ਕਾਇਮ ਰੱਖਣਾ ਉਹ ਕਾਨੂੰਨ ਕਾਨੂੰਨਾਂ ਦੇ ਸੰਗਲ ਸਾਡੇ ਗਲਾਂ 'ਚ ਪਾਤੇ ਤੇ ਇਹ ਬਣ ਗਿਆ ਕਿ ਜੇ ਇਹ ਕਾਨੂੰਨ ਟੁੱਟ ਗਿਆ ਬਸ ਦੇਸ਼ ਦੇ ਖਿਲਾਫ ਬਹੁਤ ਵੱਡਾ ਕੋਈ ਗੁਨਾਹ ਹੋ ਗਿਆ ਇਸ ਕਰਕੇ ਉਹ ਨਫ਼ਰਤ ਪੈਦਾ ਹੋ ਜੂ ਕਿ ਇਹ ਤਾਂ ਬੰਦਾ ਬਹੁਤ ਗੜਬੜ ਕਰ ਰਿਹਾ ਹੈ ਦੇਸ਼ ਦੇ ਕਾਨੂੰਨ ਨੂੰ ਤੋੜ ਰਿਹਾ ਹੈ ਸੰਵਿਧਾਨ ਨੂੰ ਤੋੜ ਰਿਹਾ ਹੈ ਪਵਿੱਤਰਤਾ ਦੇ ਅਰਥ ਬਦਲ ਗਏ ਸਾਡੇ ਲਈ ਧਰਮ ਪਵਿੱਤਰ ਸੀ ਤੇ ਧਰਮ ਦਾ ਗ੍ਰੰਥ ਪਵਿੱਤਰ ਸੀ ਉਹਦੀ ਜਗ੍ਹਾ ਕੀ ਹੋ ਗਿਆ ਸੰਵਿਧਾਨ ਪਵਿੱਤਰ ਹੋ ਗਿਆ ਈਵਨ ਹੁਣ ਤਾਂ ਇਹ ਵੀ ਲਿਆਂਦਾ ਉਹਨਾਂ ਨੇ ਕਿ ਪਾਸਪੋਰਟ ਵੀ ਪਵਿੱਤਰ ਹੈ ਹਾਂ ਜਿਹੜਾ ਕਸ਼ਮੀਰ ਦਾ ਆਗੂ ਹੈ ਗਲਾਨੀ ਕੀ ਸ਼ਹੀਦ ਹਾਂ ਸ਼ਹੀਦ ﺍﻟशाह ਗਲਾਨੀ ਉਹਨੇ ਜਦੋਂ ਉਹ ਉਹ ਆਪਣੇ ਆਪ ਨੂੰ ਭਾਰਤੀ ਨਹੀਂ ਕਹਿੰਦਾ ਉਹ ਕਹਿੰਦਾ ਮੈਂ ਕਸ਼ਮੀਰੀ ਆ ਕਸ਼ਮੀਰ ਦੀ ਆਜ਼ਾਦੀ ਦਾ ਸਮਰਥਕ ਹੈ ਅਰਬ ਦੇ ਵਿੱਚ ਜਾਣਾ ਸੀਗਾ ਸਾウਦੀ ਅਰਬੀਆ ਨੂੰ ਪਾਸਪੋਰਟ ਦੀ ਲੋੜ ਸੀ ਪਾਸਪੋਰਟ ਵਾਸਤੇ ਜਦੋਂ ਅਪਲਾਈ ਕਰੋਗੇ ਤਾਂ ਨੈਸ਼ਨੈਲਿਟੀ ਇੰਡੀਅਨ ਭਰਨੀ ਪਊ ਤੇ ਉਹਨੂੰ ਫਿਰ ਉਹਦਾਂ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਵੀ ਹੁਣ ਤਾਂ ਮੰਨ ਗਿਆ ਤੂੰ ਮੈਂ ਇੰਡੀਅਨ ਆ ਉਹ ਕਹਿੰਦਾ ਨਹੀਂ ਇਹ ਟੈਕਨੀਕਲ ਗੱਲ ਹੈ ਇੱਕ ਚੈਨਲ ਤੇ ਡਿਸਕਸ਼ਨ ਹੋਈ ਟਾਈਮਜ਼ ਨਾਓ ਤੇ ਜਿਹਦੇ ਤੋਂ ਦਾ ਐਂਕਰ ਅਰਨ ਗੋਸਵਾਮੀ ਉਹਨੇ ਸਿੱਧਾ ਕਿਹਾ ਇਹ ਤਾਂ ਹੱਦ ਹੀ ਐ ਏਦੋਂ ਵੱਡੀ ਦੇਸ਼ ਦੇ ਖਿਲਾਫ ਗੱਲ ਕੀ ਹੋ ਸਕਦੀ ਐ ਉਹ ਕਹਿੰਦਾ ਪਾਸਪੋਰਟ ਐ ਇਹ ਕੋਈ ਕਾਨੂੰਨੀ ਗੱਲ ਨਹੀਂ ਇਹ ਸੇਕਰਡ ਡਾਕੂਮੈਂਟ ਐ ਸੋ ਸੇਕਰਡਨੈਸ ਦੇ ਵੀ ਅਰਥ ਬਦਲਤੇ ਹੁਣ ਸੇਕਰਡ ਵਾਸਤੇ ਤਾਂ ਬੰਦਾ ਮਰੂਗਾ ਨਾ ਜਦੋਂ ਸਾਨੂੰ ਇਹ ਲੱਗਦਾ ਸੀ ਵੀ ਧਰਮ ਸੇਕਰਡ ਐ ਧਰਮ ਦਾ ਗ੍ਰੰਥ ਸੇਕਰਡ ਐ ਤਾਂ ਅਸੀਂ ਉਹਦੇ ਪਿੱਛੇ ਮਰਦੇ ਸੀ ਜਦੋਂ ਇਹ ਬਣ ਗਿਆ ਕਿ ਦੇਸ਼ ਸੇਕਰਡ ਐ ਤੇ ਦੇਸ਼ ਦਾ ਸੰਵਿਧਾਨ ਤੇ ਦੇਸ਼ ਦਾ ਕਾਨੂੰਨ ਉਸ ਇੱਕੜਾ ਤਾਂ ਉਹਦੇ ਪਿੱਛੇ ਮਰਨ ਲੱਗ ਜਾਂਗੇ ਆ ਖੇਡ ਵਰਤਾਈ ਜਿਹਦੇ ਪਿੱਛੇ ਉਹ ਸਾਰੇ ਮਰਨ ਦੇ ਅਰਥ ਵੀ ਬਦਲ ਗਏ ਸ਼ਹਾਦਤ ਦੇ ਅਰਥ ਵੀ ਬਦਲ ਗਏ ਸੋ ਇਹ ਜਿਹੜੀ ਸਾਰੀ ਵਾਪਰੀ ਗੱਲ ਜਿੱਥੇ ਆ ਕੇ ਜਿੱਥੇ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਕੱਲੀ ਧਰਮ ਦੇ ਆਧਾਰ ਤੇ ਨੰਗਰ ਚਿੱਟੇ ਰੂਪ ਚ ਲੜਾਈ ਹੁੰਦੀ ਜੇ ਇਹ ਕਿਹਾ ਜਾਂਦਾ ਕਿ ਸਿੱਖਾਂ ਤੋਂ ਹਿੰਦੂਆਂ ਨੂੰ ਖਤਰਾ ਤਜਰੂਰੀ ਨਹੀਂ ਸੀ ਕਿ ਸਿੱਖਾਂ ਦਾ ਇੱਕ ਵਰਗ ਉਹਨਾਂ ਦੇ ਨਾਲ ਰਲਦਾ ਇਹ ਨਹੀਂ ਕਿਹਾ ਦੇਸ਼ ਤੋਂ ਖਤਰਾ ਕਿਹਾ ਸੋ ਜਿਹੜਾ ਉਹਨਾਂ ਨੇ ਰਾਸ਼ਟਰਵਾਦ ਦੀ ਵਿਚਾਰਧਾਰਾ ਲਿਆਂਦੀ ਉਹ ਹਿੰਦੂ ਤਬ ਦੀ ਇੱਕ ਵੱਖਰਾ ਰੂਪ ਹੈ ਵੱਧ ਛਲਾਵੇ ਭਰਿਆ ਧੋਖੇ ਭਰਿਆ ਜੋ ਸਿੱਧਾ ਕਹਿਣ ਇਸ ਤਾਂ ਹਿੰਦੂ ਰਾਸ਼ਟਰ ਬਣਾਉਣਾ ਹੈ ਕਹਿੰਦੇ ਆ ਉਹਨਾਂ ਵਿੱਚੋਂ ਕੁਝ ਬੰਦੇ ਪਰ ਉਹ ਉਹ ਉਹਨਾਂ ਕਾਰਗਰ ਨਹੀਂ ਹੋ ਸਕਦਾ ਉਹਦੇ ਨਾਲ ਮੁਸਲਮਾਨ ਕਿਵੇਂ ਰਲਣਗੇ ਈਸਾਈ ਕਿਵੇਂ ਰਲਣਗੇ ਸਿੱਖ ਕਿਵੇਂ ਰਲਣਗੇ ਸੋ ਇਹ ਇੱਕ ਵਿਚਾਰਧਾਰਾ ਲਿਆਂਦੀ ਹੈ ਨੈਸ਼ਨਲਿਜ਼ਮ ਦੀ ਤੇ ਅਸੀਂ ਉਹਦੇ ਹੀ ਲਈ ਹੋਂ ਲੱਥ ਗਏ ਆਜ਼ਾਦੀ ਦੀ ਲੜਾਈ ਲਈ ਸਿੰਘ ਸਭਾ ਲਹਿਰ ਚੋਂ ਅਕਾਲੀ ਲਹਿਰ ਨਿਕਲੀ ਪਰ ਉਹ ਸਿੰਘ ਸਭਾ ਲਹਿਰ ਦੀ ਕੰਟੀਨਿਊਟੀ ਨਹੀਂ ਸੀ ਉਹ ਤੋਂ ਡਿਪਾਰਚਰ ਸੀ ਸਿੰਘ ਸਭਾ ਲਹਿਰ ਕੀ ਸੀ ਕਿ ਸਾਡੀ ਪਛਾਣ ਨੂੰ ਖਤਰਾ ਹੈ ਉਹਦੇ ਸਾਹਮਣੇ ਦੋ ਦੁਸ਼ਮਣ ਸੀ ਇੱਕ ਪਾਸੇ ਅੰਗਰੇਜ਼ ਹਕੂਮਤ ਜਿਹੜੀ ਪੋਲੀਟੀਕਲ ਆਪਰੇਸ਼ਨ ਦਾ ਸਾਧਨ ਬਣ ਰਹੀ ਆ ਦਵਾ ਕੇ ਰੱਖ ਰਹੀ ਆ ਇੱਕ ਪਾਸੇ ਹਿੰਦੂ ਤਬਦਾਵਾਰ ਆਇਆ ਉਦੋਂ ਆਰੀਆ ਸਮਾਜ ਦੇ ਰੂਪ ਚ ਜਿਹੜੇ ਇਹ ਗੱਲ ਲੈ ਕੇ ਆਏ ਕਿ ਜਿਹੜੇ ਸਿੱਖ ਹੈ ਹਿੰਦੂ ਧਰਮ ਦੇ ਖਤਰਾ ਪਾਰਟ ਸੋ ਉਹਨਾਂ ਨੇ ਇਹ ਸੋਚਿਆ ਕਿ ਸਾਨੂੰ ਅੱਜ ਦੋ ਖਤਰੇ ਆ ਇੱਕ ਪਾਸੇ ਸਾਡੀ ਪਛਾਣ ਹੋਣ ਤੇ ਹਸਤੀ ਨੂੰ ਖਤਰਾ ਹੈ ਸਾਡੀ ਹੋਣ ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਵਿਦੇਸ਼ੀ ਹਕੂਮਤ ਹੈ ਜੀਤੋਂ ਸਾਡੀਆਂ ਕੁਝ ਆਜ਼ਾਦੀਆਂ ਨੂੰ ਖਤਰਾ ਤੇ ਇਹ ਹੀ ਉਹਨਾਂ ਦੀ ਸੋਚੀ ਵਿਚਾਰੀ ਚਤਨ ਸੇਧ ਸੀ ਕਿ ਐਸ ਮੌਕੇ ਸੀ ਸਭ ਤੋਂ ਪਹਿਲਾਂ ਆਪਣੀ ਹੋਂਦ ਤੇ ਹਸਤੀ ਬਚਾਉਣੀ ਹੈ ਜੇ ਅਸੀਂ ਉਹ ਵਿਚਾਰੀ ਤਾਂ ਸੇ ਆਜ਼ਾਦੀ ਲੈ ਲਾਂਗੇ ਤੇ ਜੇ ਉਹ ਵੀ ਗਵਾ ਲਈ ਤਾਂ ਉਹ ਆਜ਼ਾਦੀ ਲੈ ਕੇ ਵੀ ਅਸੀਂ ਕੀ ਕਰ ਲਾਂਗੇ ਬੜੀ ਸਪਸ਼ਟ ਸੀ ਉਹਨਾਂ ਦੀ ਇਹ ਸੇਧ ਸੋ ਉਹਨਾਂ ਵਾਸਤੇ ਪ੍ਰਾਇਮਰੀ ਜਿਹੜਾ ਸੀਗਾ ਕਨਸਰਨ ਉਹ ਸੀ ਆਪਣੀ ਹੋਂਦ ਬਖਰੀ ਹੋਂਦ ਆਪਣੀ ਬਲੱਖਣਤਾ ਆਪਣਾ ਨਿਆਰਾਪਣ ਬਚਾਉਣ ਦੀ ਅਕਾਲੀ ਲਹਿਰ ਆਈ ਸ਼ੁਰੂ ਤਾਂ ਹੋਈ ਇੱਥੋਂ ਹੀ ਮਹਾਂਤਾ ਦੇ ਖਿਲਾਫ ਗੁਰਦੁਆਰਾ ਲਹਿਰ ਚੱਲੀ ਚਾਬੀਆਂ ਦਾ ਮੋਰਚਾ ਜਿੱਤਿਆ ਜਦੋਂ ਗੁਰੂ ਦਰਬਾਰ ਸਾਹਿਬ ਦੀਆਂ ਚਾਬੀਆਂ ਉਹਨਾਂ ਨੂੰ ਸਿੱਖਾਂ ਦੇ ਹਵਾਲੇ ਕਰਨੀਆਂ ਪਈਆਂ ਪਹਿਲਾਂ ਉਹ ਅੰਗਰੇਜ਼ਾਂ ਨੇ ਆਪਦੇ ਮੈਨੇਜਰ ਨਿਯੁਕਤ ਕੀਤੇ ਹੁੰਦੇ ਸੀਗੇ ਚਾਬੀਆਂ ਦਾ ਮੋਰਚਾ ਜਿੱਤਿਆ ਤਾਂ ਮਹਾਤਮਾ ਗਾਂਧੀ ਨੇ ਤਾਰ ਭੇਜੀ ਸਿੱਖਾਂ ਨੂੰ ਕਿ ਤੁਸੀਂ ਇੱਕ ਗੁਰਦੁਆਰਾ ਆਜ਼ਾਦ ਕਰਵਾ ਲਿਆ ਹੁਣ ਵੱਡੇ ਗੁਰਦੁਆਰੇ ਵਾਸਤੇ ਦੀ ਆਜ਼ਾਦੀ ਲਈ ਸੰਘਰਸ਼ ਕਰੋ ਕਿਸੇ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਇਦੋਂ ਵੱਡਾ ਗੁਰਦੁਆਰਾ ਕੀ ਹੂਪਲਾ ਜਾਂ ਦੇਸ਼ ਨੂੰ ਗੁਰਦੁਆਰਾ ਕਿਹਾ ਜਾ ਸਕਦਾ ਵੀ ਗੁਰਦੁਆਰੇ ਦੇ ਅਰਥ ਇੰਨੇ ਸਸਤੇ ਹੋ ਗਏ ਇੰਨੇ ਬਲਗਰ ਹੋ ਗਏ ਉਸ ਗੁਰਦੁਆਰੇ ਚ ਜਿਹਨੂੰ ਅਸੀਂ ਗੁਰਦੁਆਰਾ ਕਹਨੇ ਆ ਦਰਬਾਰ ਸਾਹਿਬ ਕਹਨੇ ਆ ਉਹਦੇ ਚ ਤਾਂ ਬੜਾ ਕੁਝ ਹੈ ਜੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਿ ਜਦੋਂ ਦਰਬਾਰ ਸਾਹਿਬ ਜਾਣਿਓ ਪ੍ਰਕਰਮਾਂ ਦੇ ਉੱਤੇ ਸੰਭਲ ਸੰਭਲ ਕੇ ਕਦਮ ਰੱਖੋ ਕਿਉਂਕਿ ਇੱਕ ਇੱਕ ਸੱਲ ਅੱਗੇ ਏਠਾਂ ਸੈਂਕੜੇ ਸੈਂਕੜੇ ਸਿਰ ਚਨੇ ਪਏ ਤੋ ਉਹ ਜਿਹੜਾ ਸਾਡਾ ਗੁਰਦੁਆਰਾ ਸੀ ਜਿੱਥੋਂ ਸਾਨੂੰ ਸਾਰੀ ਸ਼ਕਤੀ ਪ੍ਰੇਰਨਾ ਤੇ ਆਤਮਿਕ ਸਾਨੂੰ ਇੱਕ ਪੂਰੀ ਜੀਵਨ ਮਿਲਦਾ ਸੀਗਾ ਉਹਦੀ ਬਜਾਏ ਮਤਲਬ ਇੰਨਾ ਬਲਗਰੇਾਈਜ਼ ਕਰਤਾ ਕਿ ਦੇਸ਼ ਉਹ ਤੋਂ ਵੱਡਾ ਉਹਨੂੰ ਵੀ ਇੱਕ ਗੁਰਦੁਆਰਾ ਵੱਡਾ ਮੈਂ ਹੈਰਾਨ ਹੋਇਆ ਹੁਣ ਜਦੋਂ ਦੁਬਾਰਾ ਪੜ੍ਹਦਿਆਂ ਸਾਰਾ ਇਤਿਹਾਸ ਕਿ ਕਿਸੇ ਨੂੰ ਇਹ ਗੱਲ ਖਟਕੀ ਨਾ ਤੇ ਕਿੰਨੀ ਆਰਾਮ ਨਾਲ ਕਿੰਨੀ ਮੌਜ ਦੇ ਨਾਲ ਉਹ ਸਾਰੇ ਕੁਝ ਨੂੰ ਲਹਿਰ ਦਾ ਰੁਖ ਮੋੜ ਕੇ ਦੇਸ਼ ਦੀ ਆਜ਼ਾਦੀ ਦੇ ਰਾਹ ਪਾਤਾ ਸਿੱਖਾਂ ਨੂੰ ਆਜ਼ਾਦੀ ਦੇ ਰਾਹ ਪੈਣਾ ਆਜ਼ਾਦੀ ਲਈ ਲੜਨਾ ਕੋਈ ਮਾੜੀ ਗੱਲ ਨਹੀਂ ਸੀ ਲੜਨਾ ਚਾਹੀਦਾ ਸੀ ਸਾਰਿਆਂ ਨੂੰ ਲੜਨਾ ਚਾਹੀਦਾ ਸੀ ਮੁਸਲਮਾਨਾਂ ਨੂੰ ਵੀ ਹਿੰਦੂਆਂ ਨੂੰ ਵੀ ਈਸਾਈਆਂ ਨੂੰ ਵੀ ਸਿੱਖਾਂ ਨੂੰ ਵੀ ਪਰ ਉਹ ਤੋਂ ਪਹਿਲਾਂ ਬੈਠ ਕੇ ਕੁਝ ਗੱਲਾਂ ਨਤਾਰਨੀਆਂ ਚਾਹੀਦੀਆਂ ਸੀ ਕਿ ਕਿਹੋ ਜਿਹੀ ਆਜ਼ਾਦੀ ਹੋ ਤੇ ਕਿਹਦਾ ਉੱਥੇ ਕੀ ਸਥਾਨ ਹੋ ਉਹ ਹੁੰਦਾ ਇੱਕ ਸਾਂਝ ਬਣਾਉਣੀ ਸਾਂਝਾ ਮੋਰਚਾ ਸਾਂਝਾ ਫਰੰਟ ਬਣਾ ਕੇ ਲੜਨਾ ਮੁਸਲਮਾਨਾਂ ਨੂੰ ਕਿਉਂਕਿ ਉਹਨਾਂ ਕੋਲੇ ਜ਼ਿਆਦਾ ਚੇਤਨ ਆਗੂ ਸੀਗੇ ਪੜ੍ਹੇ ਲਿਖੇ ਸੀ ਜਨਾਬ ਵਰਗੇ ਉਹਨਾਂ ਨੇ ਤਾਂ ਇਹ ਗੱਲ ਝਟਪਾਪ ਲਈ ਕਿ ਜਿਹੜਾ ਇਹ ਇੰਡੀਅਨ ਨੇਸ਼ਨ ਦਾ ਸੰਕਲਪ ਲੈ ਕੇ ਆ ਰਹੇ ਹੈ ਕਿ ਅਸੀਂ ਭਾਰਤ ਦੀ ਕੌਮ ਸਿਰਜਣੀ ਹੈ ਤੇ ਜਦੋਂ ਕੌਮ ਦੀ ਗੱਲ ਆ ਉਹ ਤਾਂ ਕਲਚਰਲ ਯੂਨੀਫਾਰਮਿਟੀ ਦੀ ਮੰਗ ਕਰਦੀ ਹੈ ਵੀ ਸਾਰੇ ਜਿਹੜੇ ਕਲਚਰਲ ਡਿਫਰੈਂਸਸ ਹੈ ਸੁਹਾਗਾ ਫੇਰ ਦੇਾਂਗੇ ਇੱਕੋ ਹੀ ਸੱਭਿਆਚਾਰ ਹੋਊਗਾ ਤੇ ਉਹ ਸੱਭਿਆਚਾਰ ਦੇ ਉੱਤੇ ਬਹੁ ਗਿਣਤੀ ਦੇ ਸੱਭਿਆਚਾਰ ਦੀ ਮੋਹਰ ਲੱਗੀ ਹੋਊ ਮੁਸਲਮਾਨਾਂ ਨੂੰ ਤੇ ਲੱਗਿਆ ਕਿ ਉਹਦੇ ਚ ਸਾਡੀ ਹੋਂਦ ਕਿੱਥੇ ਹੋਊਗੀ ਇਸ ਕਰਕੇ ਉਹਨਾਂ ਨੇ ਆਪਦਾ ਬਕਾਇਦਾ ਪ੍ਰੋਗਰਾਮ ਲਿਆਂਦਾ ਏਜੰਡਾ ਲਿਆਂਦਾ ਉਹ ਤੇ ਖੜ ਕੇ ਗੱਲ ਕਰਦੇ ਸੀ ਵੀ ਆਜ਼ਾਦੀ ਤੋਂ ਬਾਅਦ ਦੱਸੋ ਤੁਸੀਂ ਰਾਜ ਦੀ ਵੰਤਰ ਕੀ ਹੋਊਗੀ ਉਹ ਤੇ ਗੱਲ ਕਰੀਏ ਤਾਂ ਕਿ ਸਾਡੇ ਹਿੱਤ ਸੁਰੱਖਤ ਰਹਿ ਸਕਣ ਸਿੱਖਾਂ ਦੇ ਵਿੱਚੋਂ ਸੋਝੀ ਨਾ ਆਈ ਅੱਜ ਵੀ ਨਹੀਂ ਆਈ ਪ੍ਰਕਾਸ਼ ਸਿੰਘ ਬਾਦਲ ਕਿੰਨੀ ਢੀਠਤਾਈ ਨਾਲ ਹਮੇਸ਼ਾ ਹੀ ਕਹਿੰਦਾ ਹੈ ਵੀ ਭਾਜਪਾ ਨੂੰ ਸਾਡੀ ਜਿਹੜੀ ਸ਼ਰਤ ਹਮਾਇਤ ਹੈ ਉਹ ਬਿਨਾਂ ਸ਼ਰਤ ਵੀ ਸਾਡਾ ਸ਼ਰਤ ਹੀ ਕੋਈ ਨਹੀਂ ਜੀ ਇਹ ਤਾਂ ਕੋਈ ਗੁਲਾਮ ਤੇ ਗੋਲਾ ਵੀ ਨਹੀਂ ਕਹਿੰਦਾ ਗੋਲਾ ਵੀ ਨਹੀਂ ਕਹਿੰਦਾ ਹੁੰਦਾ ਵੀ ਤੁਹਾਡੇ ਕੋਈ ਮੰਗਾ ਨਹੀਂ ਤੁਹਾਡੇ ਕੋਈ ਮਸਲੇ ਨਹੀਂ ਤੁਹਾਡੇ ਕੋਈ ਸਮੱਸਿਆਵਾਂ ਨਹੀਂ ਪਲਾ ਭਾਰਤ ਦੇ ਵਿੱਚ ਸੋ ਇਹ ਜਿਹੜੀ ਗੱਲ ਵਾਪਰੀ ਹੈ ਸਾਡੇ ਕਿ ਅਸੀਂ ਆ ਉਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਪੈ ਗਏ ਪਰ ਬਿਨਾਂ ਆਪਣੇ ਭਵਿੱਖ ਬਾਰੇ ਕੁਝ ਸੋਚਿਆ ਸੋ ਇਕੱਠੇ ਹੋ ਕੇ ਲੜਦੇ ਪਰ ਪਹਿਲਾਂ ਬਹਿ ਕੇ ਮੇਜ ਤੇ ਬਹਿ ਕੇ ਗੱਲਾਂ ਨਤਾਰੀਆਂ ਜਾਂਦੇ ਆ ਆਜ਼ਾਦੀ ਆਊਗੀ ਤਾਂ ਭਾਰਤ ਦੇ ਰਾਜ ਦੀ ਆ ਬਣਤਰ ਹੋਊਗੀ ਤੇ ਉਸ ਦੇ ਵਿੱਚ ਕਿਹੜੇ ਕਿਹੜੇ ਵਰਗ ਦੇ ਹਿੱਤ ਕਿਵੇਂ ਸੁਰੱਖਿਤ ਰੱਖੇ ਜਾਣਗੇ ਸੋ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੀ ਸਿੰਘ ਸਭਾ ਲਹਿਰ ਸੀ ਉਹਦੀ ਮਾਰਗ ਸੇਧ ਹੋਰ ਸੀ ਜਿਹੜੀ ਉਹ ਚੌਕਾਲੀ ਲਹਿਰ ਨਿਕਲੀ ਉਹਦੀ ਮਾਰਗ ਸੇਧ ਹੋਰ ਬਣ ਗਈ ਹੌਲੀ ਹੌਲੀ ਉੱਥੋਂ ਪਟਕ ਗਈ ਆਜ਼ਾਦ ਕਰਵਾਤਾ ਦੇਸ਼ ਆਜ਼ਾਦ ਕਰਾਉਂਦੇ ਜਿਹੜਾ ਪਹਿਲਾ ਇਨਾਮ ਮਿਲਿਆ ਉਹ ਸਾਰਿਆਂ ਨੂੰ ਪਤਾ ਜਦ ਜਰائم ਪੇਸ਼ਾਕਾਂ ਇੱਕਦਮ ਮੱਥੇ ਤੇ ਗੱਲ ਵੱਜੀ ਸਿੱਖਾਂ ਦੇ ਆ ਕੀ ਹੋ ਗਿਆ ਸਾਡੇ ਨਾਲ ਅਜੇ 48 ਦੀ ਗੱਲ ਹੀ ਹੈ ਵਿਜਾਦੀ ਮਿਲਦੀ ਹੀ ਆ ਗੱਲਾਂ ਹੋਣ ਲੱਗੀਆਂ ਵੀ ਤਾਂ ਜਰائم ਪੇਸ਼ਾਕਾਂ ਮੈਂ ਕਿਉਂਕਿ ਜੋ ਉਹਨਾਂ ਨੇ ਮਤਲਬ ਲੈਣਾ ਸੀ ਲੈ ਲਿਆ ਸੋ ਇਹ ਹਰਿਆਣੀ ਵਾਲੀ ਗੱਲ ਨਹੀਂ ਸੀ ਪਹਿਲਾਂ ਹੀ ਸਮਝਣਾ ਚਾਹੀਦਾ ਸੀ ਉਹਨਾਂ ਦੀ ਮਾਨਸਿਕਤਾ ਉਹਨਾਂ ਦੇ ਮਨੋਰਥ ਉਹਨਾਂ ਦੇ ਮਨਸੂਬੇ ਕੀ ਹੈ ਤੇ ਜੇ ਤੁਸੀਂ ਕਿਸੇ ਦੇ ਨਾਲ ਰਲ ਕੇ ਵੀ ਚੱਲਣਾ ਹੈ ਉਹਨੂੰ ਸਮਝਣਾ ਪਊ ਬਿਨਾ ਸਮਝੇ ਤੁਸੀਂ ਮਾਰ ਖਾ ਜਾਓਗੇ ਕਿਸਦੇ ਨਾਲ ਰਲ ਕੇ ਚੱਲਣਾ ਮਾੜੀ ਗੱਲ ਨਹੀਂ ਸਾਰੇ ਰਲ ਕੇ ਲੜ ਸਕਦੇ ਨੇ ਪਰ ਤੁਹਾਨੂੰ ਉਹਦਾ ਪਤਾ ਹੋ ਉਹਦੀ ਮਾਨਸਿਕਤਾ ਕੀ ਹੈ ਉਹਦੀ ਸੋਚ ਕੀ ਹੈ ਉਹ ਕੀ ਹਾਸਲ ਕਰਨਾ ਚਾਹੁੰਦਾ ਹੈ ਫਿਰ ਉਹਦੇ ਆਧਾਰ ਤੇ ਤੁਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਕੋਈ ਨਾ ਕੋਈ ਆਧਾਰ ਸਿਰਜ ਸਕਦੇ ਹੋ ਵੀ ਆਪਾਂ ਇਸ ਆਧਾਰ ਦੇ ਉੱਤੇ ਇਕੱਠੇ ਚੱਲੀਏ ਹੁਣੇ ਅੱਖਾਂ ਮੀਚ ਕੇ ਸਪੋਰਟ ਦੇ ਦੇਣੀ ਤੇ ਮੁੜ ਕੇ ਬਾਰ-ਬਾਰ ਮਿਹਣੇ ਦੇਈ ਜਾਣੇ ਤੁਸੀਂ ਸਾਡੇ ਨਾਲ ਆਹ ਕੀਤਾ ਵੀ ਸਾਡੇ ਨਾਲ ਧੋਖਾ ਹੋਇਆ ਜੀ ਸਾਡੇ ਨਾਲ ਆਹ ਵਾਅਦੇ ਕੀਤੇ ਸੀ ਸਾਡੇ ਨਾਲ ਵਾਅਦੇ ਨਹੀਂ ਨਿਭਾਏ ਬਿਛਾਰ ਦੇ ਨਾਲ ਧੋਖਾ ਠੱਗੇ ਗਏ ਅਸੀਂ ਹੁਣ ਠੱਗੇ ਜਾਣਾ ਤੇ ਠੱਗਣਾ ਇਹ ਇੱਕੋ ਹੀ ਚੀਜ਼ ਦੇ ਦੋ ਪਾਸੇ ਹੈ ਕੱਲਾ ਠੱਗਣ ਵਾਲਾ ਗੁਨਾਹਗਾਰ ਨਹੀਂ ਜਿਹੜਾ ਠੱਗਿਆ ਗਿਆ ਉਹ ਵੀ ਗੁਨਾਹਗਾਰ ਹੁੰਦਾ ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਕਿ ਜ਼ੁਲਮ ਕਰਨਾ ਕੱਲਾ ਪਾਪ ਨਹੀਂ ਜ਼ੁਲਮ ਸਹਿਣਾ ਵੀ ਪਾਪ ਹੈ ਚਲੋ ਇੱਕ ਵਾਰ ਹੋ ਗਈ ਹੁਣ ਕੋਈ ਬੰਦਾ ਮੇਲੇ 'ਚ ਜਾਂਦਾ ਉਹਦੇ ਜੇਬ ਕੱਟੀ ਜਾਂਦੀ ਹੈ ਜੇ ਤਾਂ ਇੱਕ ਵਾਰ ਜੇਬ ਕਟਾ ਕੇ ਸੰਭਲ ਗਿਆ ਮੁੜ ਕੇ ਮੈਂ ਜੇਬ ਨਹੀਂ ਕਟਾਉਂਗਾ ਫਿਰ ਤਾਂ ਠੀਕ ਹੈ ਉਹ ਸੋਚੀ ਆ ਗਈ ਜੋ ਬਾਰ ਬਾਰ ਜੇਬਾਂ ਕਟਾਈ ਜਾਂਦਾ ਤੇ ਬਾਰ ਬਾਰ ਮਿਹਣੇ ਦੇਈ ਜਾਂਦਾ ਫਿਰ ਆਪਾਂ ਨੂੰ ਕੀ ਕਹਾਂਗੇ ਸੋ ਅੱਜ ਵੀ ਸਿੱਖ ਇਸ ਤਰ੍ਹਾਂ ਹੀ ਕਰੀ ਜਾ ਰਹੇ ਇਹ ਗੱਲਾਂ ਕਿਉਂਕਿ ਸਮਝੀਆਂ ਨਹੀਂ ਗਈਆਂ ਨਤਾਰੀਆਂ ਨਹੀਂ ਗਈਆਂ ਡਿਸਕਸ ਨਹੀਂ ਕੀਤੀਆਂ ਗਈਆਂ ਤੇ ਗ੍ਰੈਂਡ ਨਹੀਂ ਕੀਤੀਆਂ ਗਈਆਂ ਇਸ ਕਰਕੇ ਉਹ ਗੱਲ ਅੱਜ ਵੀ ਵਾਪਰੀ ਜਾ ਰਹੀ ਹੈ ਇਵਨ ਜਿਹੜੀਆਂ ਧਿਰਾਂ ਬਾਦਲ ਦੇ ਖਿਲਾਫ ਲੜ ਰਹੀਆਂ ਨੇ ਦੇਸ਼ ਦੀ ਆਜ਼ਾਦੀ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਦੀਆਂ ਉਹ ਵੀ ਇਹੋ ਜਿਹਾ ਸਾਰਾ ਵਿਹਾਰ ਕਰ ਰਹੀਆਂ ਨੇ ਉਹਨਾਂ ਦਾ ਹਮਲ ਵੀ ਇਹੀ ਹੋ ਰਿਹਾ ਮਾੜੀ ਜੀ ਕਿਸੇ ਨੇ ਕੰਨ ਵਿੱਚ ਫੂਕ ਮਾਰਤੀ ਆ ਕੇ ਬਾਬਾ ਹਰਨਾਮ ਸਿੰਘ ਤੋਂ ਮਾਂ ਤੇ ਹੋਰ ਕਿੰਨੀਆਂ ਪੰਥਕ ਧਿਰਾਂ ਵੀ ਹੁਣ ਜਿਹੜੀ ਭਾਰਤ ਦੀ ਸਰਕਾਰ ਆ ਰਾਜਨਾਥ ਸਿੰਘ ਨਾਲ ਤੁਹਾਡੀ ਮੁਲਾਕਾਤ ਕਰਵਾ ਦਿੰਨੇ ਆ ਉਹ ਤੁਹਾਡੀਆਂ ਮੰਗਾਂ ਮੰਨਣ ਨੂੰ ਤਿਆਰ ਫਟਾਫਟ ਦੌੜ ਲੱਗੀ ਭੱਜ ਕੇ ਦਿੱਲੀ ਜਾਵੜੇ ਉਹਦੇ ਨਾਲ ਮੀਟਿੰਗ ਹੋਈ ਤੇ ਆ ਕੇ ਬਿਆਨ ਦਿੱਤਾ ਵੀ ਬਸ ਕੁਝ ਦਿਨਾਂ ਦੇ ਅੰਦਰ ਅੰਦਰ ਸਾਡੀਆਂ ਮੰਗਾਂ ਉਹ ਮੰਨ ਲੈਣਗੇ। ਉਸ ਤੋਂ ਬਾਅਦ ਕੀ ਹੋਇਆ ਕੁਛ ਨਹੀਂ। ਜਦੋਂ ਮਰਜ਼ੀ ਬਰਗਲਾ ਕੇ ਕੋਈ ਲੈ ਜਾਓ ਵੀ ਅਸੀਂ ਆਹ ਕਰਵਾ ਦਿੰਨੇ ਆ ਕੋਈ ਵਿਚੋਲਾ ਆ ਜਾਂਦਾ ਉਹਦੀ ਤੁਰ ਜਾਂਦੇ ਕਿਉਂਕਿ ਉਹ ਚੇਤਨਾ ਸਾਡੇ ਵਿੱਚ ਪੈਦਾ ਨਹੀਂ ਹੋਈ। ਉਥੋਂ ਅਸੀਂ ਠੜਕੇ ਆ। ਸੋ ਇਸ ਗੱਲ ਕਰਕੇ ਜਿਹੜਾ ਮੈਂ ਅਕਸਰ ਵਾਰ-ਵਾਰ ਇਸ ਗੱਲ ਨੂੰ ਐਮਫਸਾਈਜ਼ ਕਰਦਾ ਕਿ 1984 ਜੂਨ 1984 ਜਨ ਨਵੰਬਰ 1984 ਜਨੂ 1984 ਦਾ ਕੱਲੂ ਕਾਰਾ ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਇਹਨੂੰ ਸਮਝਣਾ ਇੱਕ ਪੱਖ ਤਾਂ ਇਹ ਹੈ ਵੀ ਸਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ ਉਹਦਾ ਦੁੱਖ ਹੈ ਪਰ ਦੁੱਖ ਵੀ ਸਾਨੂੰ ਕੁਝ ਸਿਖਾ ਕੇ ਜਾਂਦਾ ਹੈ ਹਮੇਸ਼ਾ ਹੀ ਸਾਨੂੰ ਦ੍ਰਿਸ਼ਟੀ ਇਹ ਹੀ ਦਿੱਤੀ ਗਈ ਹੈ ਕਿ ਦੁੱਖ ਵੀ ਜ਼ਿੰਦਗੀ 'ਚ ਜ਼ਰੂਰੀ ਹੈ ਸੁੱਖ ਦੁੱਖ ਦੋਵੇਂ ਚੱਲਦੇ ਆ ਜ਼ਰੂਰੀ ਤਾਂ ਹੈ ਕਿ ਉਹ ਤੁਹਾਨੂੰ ਤੁਹਾਡੀ ਜਿਹੜੀ ਸੋਚ ਦੇ ਉੱਤੇ ਕੁਝ ਗੱਲਾਂ ਜੰਮ ਚੁੱਕੀਆਂ ਹੁੰਦੀਆਂ ਨੇ ਜਾਂ ਤੁਹਾਡੀ ਬਿਰਤੀ ਦੇ ਉੱਤੇ ਕੁਝ ਅਹੀਆਂ ਗੱਲਾਂ ਹਾਜ਼ਮ ਹੋ ਜਾਂਦੀਆਂ ਜਾਂ ਇੱਕ ਲੋ ਵੀ ਦੁੱਖ ਤੁਹਾਨੂੰ ਪਿਉਰੀਫਾਈ ਵੀ ਕਰਦਾ ਹੈ ਦੁੱਖ ਆਉਣਾ ਬੰਦੇ ਦੀ ਜ਼ਿੰਦਗੀ ਜਰੂਰ ਬਹੁਤ ਜ਼ਰੂਰੀ ਜੇ ਸੁੱਖ ਹੀ ਸੁੱਖ ਆਵੇ ਤਾਂ ਹੋ ਮਨਮੁਖੀ ਬਣਿਆ ਰਹੂਗਾ ਸੋ ਇਹ ਦੁੱਖ ਸਾਡੇ ਵਾਸਤੇ ਹੈ ਬਹੁਤ ਵੱਡਾ ਸਦਮਾ ਵੀ ਹੈ ਪਰ ਇਹ ਬਹੁਤ ਵੱਡਾ ਟੀਚਰ ਵੀ ਇੱਥੋਂ ਅਸੀਂ ਬਹੁਤ ਕੁਝ ਦੇਖ ਸਕਦੇ ਹਾਂ ਜਿਹੜੇ ਦੁਸ਼ਮਣ ਬਾਰੇ ਅਸੀਂ ਭੁਲੇਖਿਆਂ 'ਚ ਪਏ ਰਹੇ ਉਹ ਸਾਰੇ ਭੁਲੇਖੇ ਇਥੋਂ ਨਿਕਲ ਸਕਦੇ ਹਨ। ਆਪਦੇ ਆਪ ਬਾਰੇ ਅਸੀਂ ਜੋ ਭੁਲੇਖਿਆਂ 'ਚ ਪਏ ਰਹੇ ਸਾਡੇ ਆਪ ਦੇ ਭੁਲੇਖੇ ਵੀ ਨਿਕਲ ਸਕਦੇ ਹਨ। ਅਸੀਂ ਕਿੱਥੋਂ ਗਲਤ ਸੀ? ਸਾਡੀਆਂ ਕਮਜ਼ੋਰੀਆਂ ਵੀ ਉਗਾੜ ਕੇ ਸਾਹਮਣੇ ਲਿਆਂਦੀਆਂ। 1984 ਨੇ। ਸੋ ਅੱਜ ਅਸੀਂ ਕੁਝ ਵੀ ਕਰਨਾ ਹੈ ਤਾਂ ਅਸੀਂ 84 ਨੂੰ ਉਸ ਤਰ੍ਹਾਂ ਦੇਖੀਏ ਜਿਵੇਂ ਡਾਕਟਰ ਗੁਰਪ੍ਰਗਤ ਸਿੰਘ ਨੇ ਲਿਖਿਆ ਸੀ ਕਿ ਇਸ ਜ਼ਖਮ ਨੂੰ ਸੂਰਜ ਬਣਨ ਦਿਓ। ਕੱਲਾ ਜ਼ਖਮ ਹੈ ਰਿਸੀ ਜਾਵੇ ਉਹ ਨਸੂਰ ਬਣ ਜੂ ਦੁੱਖ ਹੀ ਦੁੱਖ ਦੇਉ ਤੇ ਜੇ ਉਹ ਜ਼ਖਮ ਸੂਰਜ ਬਣ ਗਿਆ ਫਿਰ ਉਹ ਜ਼ਖਮ ਨਹੀਂ ਰਹਿਣਾ ਉਹ ਤੁਹਾਨੂੰ ਰੋਸ਼ਨੀ ਦੇਉ ਉਹ ਸੂਰਜ ਕਿਵੇਂ ਬਣ ਸਕਦਾ ਬਸ ਆ ਗੱਲ ਆ ਸਾਡੇ ਵਾਸਤੇ ਉਹਨੂੰ ਆਪਾਂ ਸਮਝ ਸਕਦੇ ਆ ਕਿ ਲੜਾਈ ਹੋਈ ਦਰਬਾਰ ਸਾਹਿਬ ਦੀ ਇੱਕ ਪਾਸੇ ਹਮਲਾਵਰ ਫੌਜਾਂ ਇੱਕ ਪਾਸੇ ਦੀ ਰੱਖਿਆ ਕਰਨ ਵਾਲੇ ਹੁਣ ਆਪਾਂ ਇਹ ਸਮਝ ਲਈਏ ਕਿ ਉਹ ਕੌਣ ਕੌਣ ਰੱਖਿਆ ਕਰਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਵਾਸਤੇ ਜਿਨ੍ਹਾਂ ਦਾ ਸਭ ਕੁਝ ਗੁਰੂ ਨੂੰ ਸਮਰਪਿਤ ਹੈ ਤੇ ਗੁਰੂ ਤੋਂ ਪਰੋਨਾ ਵਾਸਤੇ ਹੋਰ ਕੋਈ ਚੀਜ਼ ਨਹੀਂ ਉਹ ਗੁਰੂ ਵਾਸਤੇ ਜਿਉਂ ਰਹੇ ਤੇ ਗੁਰੂ ਵਾਸਤੇ ਮਰ ਰਹੇ ਹਮਲਾ ਕਰਨ ਵਾਲੇ ਉਹ ਹੈ ਜਿਨ੍ਹਾਂ ਵਾਸਤੇ ਦੇਸ਼ ਸਭ ਕੁਝ ਹੈ ਉਹਨਾਂ ਦਾ ਸਾਰਾ ਈਮਾਨ ਸਭ ਕੁਝ ਦੇਸ਼ ਨਾਲ ਜੁੜਿਆ ਪਿਆ ਸੋ ਉਹ ਦੇਸ਼ ਵਾਸਤੇ ਲੜ ਰਹੇ ਨੇ ਦੂਜੇ ਗੁਰੂ ਵਾਸਤੇ ਲੜ ਰਹੇ ਹਮਲੇ ਤੋਂ ਬਾਅਦ ਜਰਨੈਲਾਂ ਦਾ ਜਦੋਂ ਇਹਨਾਂ ਨੂੰ ਨੁਕਸਾਨ ਹੋਇਆ ਭਾਰਤੀ ਫੌਜ ਦਾ ਤਾਂ ਉਹਨਾਂ ਨੇ ਉਹਦੀ ਕੋਈ ਸਫਾਈ ਦੇਣੀ ਸੀ ਤੇ ਉਹਨਾਂ ਨੇ ਸਫਾਈ ਇਹ ਦਿੱਤੀ ਕਿ ਸਾਨੂੰ ਖੁਫੀਆ ਏਜੰਸੀਆਂ ਨੇ ਗੁੰਮਰਾਹ ਕੀਤਾ ਸਾਨੂੰ ਦੱਸਿਆ ਨਹੀਂ ਅੰਦਰ ਕਿੰਨੇ ਬੰਦੇ ਆ ਕਿੰਨੇ ਹਥਿਆਰ ਹੈ ਇਹ ਬਿਲਕੁਲ ਝੂਠ ਹੈ ਹੁਣ ਤਾਂ ਸਾਰੇ ਡਾਕੂਮੈਂਟ ਬਾਹਰ ਆ ਗਏ ਕਿ ਇਕੱਲਾ ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਨਹੀਂ ਬਰਤਾਨੀਆਂ ਦੀ ਜਿਹੜੀ ਸਭ ਤੋਂ ਵੱਡੀ ਖੁਫੀਆ ਏਜੰਸੀ ਹੈ ਉਹਨਾਂ ਨੇ ਪੂਰੀ ਰਿਪੋਰਟ ਆਪਦੇ ਅੰਦਰ ਬੰਦੇ ਭੇਜ ਕੇ ਇਹਨਾਂ ਨੂੰ ਦੇਤੀ ਸੀ ਕਿ ਅੰਦਰ ਕਿੰਨੇ ਬੰਦੇ ਹਨ ਤੇ ਕਿੰਨੇ ਹਥਿਆਰ ਹੁਣ ਬੰਦਿਆਂ ਦੀ ਗਿਣਤੀ ਤਾਂ ਪਤਾ ਲੱਗ ਜੂ ਤੁਹਾਨੂੰ ਹਥਿਆਰਾਂ ਦਾ ਵੀ ਪਤਾ ਲੱਗ ਜੂ ਪਰ ਜਿਹੜੀ ਮੈਂ ਵਿਥੋਂ ਗੱਲ ਸ਼ੁਰੂ ਕੀਤੀ ਸੀ ਕਿ ਜੰਗ ਸਰੀਰਾਂ ਨਾਲ ਨਹੀਂ ਜੰਗ ਹਥਿਆਰਾਂ ਨਾਲ ਨਹੀਂ ਉਹ ਰੂਹਾਂ ਦੇ ਜੋਰ ਨਾਲ ਲੜੀ ਜਾਂਦੀ ਹੈ ਉਹ ਰੂਹ ਦੇ ਜੋਰ ਦਾ ਕਿਵੇਂ ਪਤਾ ਲਾਲੂ ਕੋਈ ਖੋਫੀਆ ਏਜੰਸੀ ਉਹਨਾਂ ਨੂੰ ਕੀ ਪਤਾ ਕਿ ਜਦੋਂ ਸਿੱਖ ਦੇ ਅੰਦਰ ਗੁਰੂ ਦਾ ਪਿਆਰ ਪੈਦਾ ਹੁੰਦਾ ਪ੍ਰਗਟ ਹੁੰਦਾ ਤਾਂ ਉਹਦੀ ਸ਼ਕਤੀ ਕੀ ਬਣ ਜਾਂਦੀ ਹੈ ਉਹ ਤਾਂ ਦੇਸ਼ ਦੀ ਖਾਤਰ ਲੜਨ ਵਾਲੇ ਸਵਾਰਥਾਂ ਪਿੱਛੇ ਦੇਸ਼ ਕੀ ਆ ਸਵਾਰਥ ਜੁੜਿਆ ਹੋਇਆ ਹੈ ਉਹਨਾਂ ਨੂੰ ਰੁਤਬੇ ਦੀਆਂ ਦੇਣ ਤਰੱਕੀਆਂ ਦੀਆਂ ਦੀਆਂ ਤਨਖਾਹਾਂ ਦੀਆਂ ਇੱਥੇ ਕੁਝ ਵੀ ਨਹੀਂ ਇਹ ਸਭ ਕੁਝ ਖਤਮ ਹੈ ਗੁਰੂ ਦੇ ਸਾਹਮਣੇ ਬਸ ਸਿਰਫ ਗੁਰੂ ਲਈ ਸੋਚ ਰਹੇ ਆ ਗੁਰੂ ਲਈ ਜਿਉਂ ਰਹੇ ਆ ਗੁਰੂ ਲਈ ਮਰ ਰਹੇ ਆ ਕੋਈ ਦੁਨਿਆਵੀ ਕੋਈ ਪਦਾਰਥ ਕਿਤੇ ਲਾਲਚੀ ਕੋਈ ਨਹੀਂ ਹੁਣ ਇਹ ਖੁਫੀਆ ਏਜੰਸੀਆਂ ਇਹਨਾਂ ਗੱਲਾਂ ਦਾ ਕਿਵੇਂ ਅੰਦਾਜ਼ਾ ਲਾ ਲੈਣਗੀਆਂ ਸੋ ਇਹ ਹੈ ਜਿਹੜਾ ਸਾਡਾ ਅੱਜ ਸਾਰੇ ਥਾਵਾਂ ਦੇ ਉੱਤੇ ਸਾਨੂੰ ਪ੍ਰਗਟ ਹੋ ਰਿਹਾ ਹੈ ਕਿ ਜਦੋਂ ਅਸੀਂ ਆਪਣੇ ਉਹ ਆਪਣੇ ਗਿਆਨ ਪ੍ਰਬੰਧ ਨੂੰ ਛੱਡ ਕੇ ਇੱਕ ਬਗਾਨਾ ਗਿਆਨ ਪ੍ਰਬੰਧ ਜਿਹਨੂੰ ਇਹ ਸਮਝ ਲਿਆ ਕਿ ਉਹ ਉੱਤਮ ਹੈ ਕਿਉਂਕਿ ਸਾਡੇ ਮਨਾਂ ਦੇ ਵਿੱਚ ਇਹ ਵਾਰਤਾ ਇੱਕ ਸਿਧਾਂਤ ਲਿਆਂਦਾ ਬਕਾਇਦਾ ਜਿਹਨੂੰ ਕਹਿੰਦੇ ਨੇ ਪ੍ਰੋਗਰੈਸਿਵਿਸਟ 뷰 ਆਫ ਹਿਸਟਰੀ ਕਿ ਇਤਿਹਾਸ ਹਮੇਸ਼ਾ ਅੱਗੇ ਨੂੰ ਵਿਕਾਸ ਕਰ ਰਿਹਾ ਹੈ ਬਰਬਰਤਾ ਤੋਂ ਬਾਰਬਰੀਅਨਿਜ਼ਮ ਤੋਂ ਸਿਵਲਾਈਜ਼ੇਸ਼ਨ ਵੱਲ ਨੂੰ ਆਇਆ ਸਮਾਜ ਇੱਕ ਪੂਰਾ ਸਿਧਾਂਤ ਹੈ ਉਹਨਾਂ ਦਾ ਜਿਵੇਂ ਡਾਰਵਿਨ ਦੀ ਥਿਉਰੀ ਆਫ ਇਵੋਲੂਸ਼ਨ ਹੈ ਕਿ ਕਿ ਮਿਹੌਲੀ-ਮਿਹੌਲੀ ਜਿਹੜੇ ਜੀਵ ਉਹ ਵਿਕਾਸ ਕਰਦੇ ਸਰਵਾਈਵਲ ਆਫ ਦੀ ਫਿਟੈਸ ਜਿਉਂਦਾ ਉਹ ਰਹੂਗਾ ਜਿਹੜਾ ਸਮੇਂ ਅਨੁਸਾਰ ਢਲ ਜੂ ਬਾਕੀ ਸਾਰੇ ਐਕਸਟਿੰਕਟ ਖਤਮ ਹੋ ਜਾਣਗੇ ਇਸੇ ਤਰ੍ਹਾਂ ਉਹ ਇਹ ਕਹਿੰਦੇ ਨੇ ਕਿ ਪਹਿਲਾਂ ਮੱਧ ਯੋਗ ਦੇ ਵਿੱਚ ਧਰਮ ਅਗਵਾਈ ਕਰਦਾ ਸੀਗਾ ਤੇ ਅੱਜ ਸਾਡੇ ਕੋਲੇ ਬਹੁਤ ਰੌਸ਼ਨ ਖਿਆਲ ਆ ਗਏ ਅਨਲਾਈਟਨਮੈਂਟ ਦੇ ਵਿੱਚੋਂ ਉਹਨਾਂ ਨੇ ਬਕਾਇਦਾ ਸਿਧਾਂਤ ਸਿਰਜਿਆ ਤੇ ਜਿਹਦੇ ਨਾਲ ਹੈ ਕਿ ਅੱਜ ਦਾ ਜਿਹੜਾ ਉੱਤਮ ਗਿਆਨ ਹੈ ਉਹ ਪੱਛਮ ਨੇ ਜੋ ਸਿਰਜਤਾ ਉਹ ਹੈ ਬਾਕੀ ਜਿਹੜੇ ਗਿਆਨ ਸੀਗੇ 18ਵੀਂ ਸਦੀ ਦੇ ਮੱਧ ਯੁੱਗ ਦੇ ਉਹ ਪਿਛਲੇ ਸਮੇਂ ਦੇ ਸੀ ਉਹ ਉਸ ਮੌਕੇ ਠੀਕ ਸੀ ਅੱਜ ਉਹ ਆਊਟਮੋਡੇਡ ਹੋ ਗਏ ਅੱਜ ਉਹਨਾਂ ਦੀ ਕੋਈ ਉਪਯੋਗਤਾ ਨਹੀਂ ਸੋ ਅੱਜ ਉਹਨੂੰ ਆਪਦੇ ਨਿੱਜੀ ਜੀਵਨ ਤੱਕ ਰੱਖ ਲਓ ਪਾਠ ਕਰ ਲਓ ਮੱਥਾ ਟੇਕ ਲਓ ਗੁਰੂ ਗ੍ਰੰਥ ਸਾਹਿਬ ਅੱਗੇ ਪਰ ਜਿਹੜਾ ਜੀਵਨ ਚ ਸੇਧ ਲੈਣੀ ਹੈ ਤੁਹਾਡਾ ਕੋਈ ਵੀ ਕਰਮ ਉਹ ਦੇਸ਼ ਦੇ ਸੰਵਿਧਾਨ ਤੋਂ ਦੇਸ਼ ਦੇ ਜੋ ਕਾਇਦੇ ਕਾਨੂੰਨ ਹੈ ਜੋ ਦਸਤੂਰ ਉਹ ਸਿਰਜ ਦਿੱਤੇ ਨੇ ਵੀ ਉਹਨਾਂ ਤੇ ਹੋਊਗਾ ਸੋ ਜਦੋਂ ਅਸੀਂ ਇਹ ਪ੍ਰਵਾਨ ਕਰ ਲਿਆ ਕਿ ਇਹ ਸਾਡਾ ਇਨਫੀਰੀਅਰ ਹੈ ਤੇ ਸਾਡੇ ਕੋਲ ਕੋਈ ਉੱਤਮ ਗਿਆਨ ਆ ਗਿਆ ਤਾਂ ਸਾਡਾ ਸਾਰਾ ਕੁਝ ਉਧਰ ਨੂੰ ਚੱਲ ਪਿਆ ਉਹਦੇ ਵਿੱਚੋਂ ਜੋ ਅੱਜ ਸਾਡੀ ਦਸ਼ਾ ਹੋਈ ਪਈ ਹੈ ਉਹ ਸਭ ਦੇ ਸਾਹਮਣੇ ਹੈ ਅੱਜ ਤੁਸੀਂ ਜੋ ਵਿਆਹ ਕਰਦੇ ਆਂ ਅਸੀਂ ਮੇਰਾ ਖਿਆਲ ਹੈ ਕਿ ਉੱਥੋਂ ਸਾਡਾ ਸਭ ਕੁਝ ਨੰਗਾ ਪ੍ਰਗਟ ਹੋ ਜਾਂਦਾ ਹੈ ਸਾਡਾ ਬਣ ਕੀ ਗਿਆ ਹੈ ਕਿੰਨੀ ਬਿਸ਼ਰਮੀ ਦੀ ਲੈਵਲ ਦੇ ਉੱਤੇ ਮਤਲਬ ਉੱਥੇ ਜੋ ਆਰ ਨਾਚ ਗਾਣੇ ਹੁੰਦੇ ਨੂੰ ਕਿਸ ਕੋਈ ਮੌਕਾ ਹੁੰਦਾ ਸੀ ਜੇ ਪਿੰਡ ਦੇ ਵਿੱਚ ਲਾਊਡ ਸਪੀਕਰ ਵੀ ਵੱਜਦਾ ਸੀ ਤਾਂ ਪਰਿਵਾਰ ਇਕੱਠਾ ਆਉਂਦੀ ਸੀ ਬੈਠ ਸਕਦਾ ਹੁੰਦਾ। ਜਦ ਬਜ਼ੁਰਗ ਉੱਠ ਕੇ ਪਾਸੇ ਚਲੇ ਜਾਂਦੇ ਸੀ ਜਾਂ ਮਾਵਾ ਪੈਣਾ ਇਕੱਠੇ ਬਹਿ ਕੇ ਹਾਲਾਂਕਿ ਉਹ ਗੀਤ ਤੇ ਅੱਜ ਦੇ ਗੀਤਾਂ ਦਾ ਬੜਾ ਫਰਕ ਹੈ। ਅੱਜ ਮੈਂ ਤਾਂ ਹੈਰਾਨ ਹੁੰਨਾ ਜਦੋਂ ਕਿਤੇ ਦੇਖਦਾ ਵੀ ਕਿਵੇਂ ਮੂਰਲੀਆਂ ਕੁਰਸੀਆਂ ਤੇ ਐਣ ਚਿੱਟੀਆਂ ਦਾੜ੍ਹੀਆਂ ਵਾਲੇ ਬਜ਼ੁਰਗ ਕਿਵੇਂ ਝਾਕ ਰਹੇ ਕਿਵੇਂ ਮਾਨ ਰਹੇ ਸਾਰਾ ਪਰਿਵਾਰ ਬੈਠਾ ਦਾਦੇ ਤੋਂ ਲੈ ਕੇ ਪੋਤਿਆਂ ਪੋਤੀਆਂ ਤੱਕ ਕੋਈ ਸ਼ਰਮ ਨਹੀਂ ਰਹੀ। ਭੁੱਖ ਦਾ ਕੋਈ ਹੱਦ ਬੰਨ੍ਹਣਾ ਹੀ ਨਹੀਂ ਰਿਹਾ। ਦਿਖਾਵਾ, ਖਰਚੇ ਇਹ ਆਤਮਿਕ ਕੰਗਾਲੀ ਦਾ ਪ੍ਰਦਰਸ਼ਨ ਆ। ਤੇ ਗੁਰੂ ਸਾਹਿਬ ਨੇ ਸਾਨੂੰ ਇੱਕੋ ਹੀ ਮੀਰੀ ਬਖਸ਼ੀ ਸੀ ਆਤਮਿਕ ਹੋਰ ਤਾਂ ਕੁਝ ਵੀ ਨਹੀਂ ਸੀ। ਉਹੀ ਸਾਡੀ ਬਲਖਣਤਾ ਸੀ, ਉਹੀ ਸਾਡਾ ਨਿਆਰਾਪਨ ਸੀ, ਉਹੀ ਸਾਡਾ ਮਾਣ ਸੀ। ਤੇ ਜੇ ਅਸੀਂ ਆਤਮਿਕ ਤੌਰ ਤੇ ਕੰਗਾਲ ਹੋ ਕੇ ਪਦਾਰਥਕ ਤੌਰ ਤੇ ਖੁਸ਼ਹਾਲ ਹੋ ਜਾਈਏ। ਫਿਰ ਕੀ? ਫੇਰ ਅਸੀਂ ਇਹ ਕਹੀਏ ਵੀ ਅਸੀਂ ਅਜੀਬ ਅਸੀਂ ਗੁਰੂ ਦੇ ਸਿੱਖਾਂ ਇਹ ਤੋਂ ਵੱਡਾ ਦਮ ਬੈ ਤੋਂ ਵੱਡਾ ਝੂਠ ਹੋਰ ਕੋਈ ਨਹੀਂ ਹੋ ਸਕਦਾ ਇਹ ਮੰਨਣਾ ਪਉ ਸੰ ਆਪਣੇ ਅੰਦਰ ਝਾਕਣਾ ਪਉ ਕੱਲਾ ਦੁਸ਼ਮਣ ਦੇ ਖਿਲਾਫ ਨਹੀਂ ਦੁਸ਼ਮਣ ਨੂੰ ਵੀ ਸਮਝਣਾ ਨਾਲ ਆਪਦੇ ਆਪ ਨੂੰ ਵੀ ਸਮਝਣਾ ਹੈ ਤੇ ਗੁਰੂ ਸਾਹਿਬ ਨੇ ਸਾਨੂੰ ਲੜਨ ਦੀ ਇੱਕ ਜਾਂਚ ਸਕਾਈ ਹੈ ਕਿ ਸਿਰਫ ਬਾਹਰਲੇ ਖਿਲਾਫ ਨਹੀਂ ਲੜਨਾ ਅੰਦਰਲੇ ਖਿਲਾਫ ਵੀ ਲੜਨਾ ਉਸ ਲੜਾਈ 'ਚ ਆਪ ਵੀ ਕੁੰਦਨ ਬਣਨਾ ਬਣਿਆ ਬੰਦੇ ਆਪਦੀ ਆਤਮਾ ਤੇ ਵੀ ਜੋ ਕੁਝ ਤੁਹਾਡੇ ਪਏ ਗਿਆ ਭਾਰ ਉਹ ਖੋਟ ਵੀ ਅੰਦਰੋਂ ਕੱਢਣਾ ਹੈ। ਉਹਨੂੰ ਵੀ ਨਿਰਮਲ ਕਰਨਾ ਹੈ। ਇਕੱਲੇ ਦੁਸ਼ਮਣ ਦੇ ਖਿਲਾਫ ਨਹੀਂ ਬਾਹਰ ਲੜ ਸਾਰੇ ਲੋਕ ਲੜਦੇ ਨੇ ਦੁਸ਼ਮਣਾਂ ਦੇ ਖਿਲਾਫ ਤਾਂ ساری ਦੁਨੀਆ ਦੇ ਲੋਕ ਲੜ ਰਹੇ ਵੱਡੀਆਂ ਜਿੱਤਾਂ ਵੀ ਹਾਸਲ ਕਰ ਰਹੇ ਨੇ। ਇੱਥੇ ਜਿੱਤ ਦੇ ਅਰਥ ਵੀ ਹੋਰ ਆ ਜਿਵੇਂ ਪਹਿਲਾਂ ਕਿਹਾ ਸੀ। ਇੱਥੇ ਦੇਸ਼ ਦੇ ਅਰਥ ਵੀ ਹੋਰ ਆ, ਇੱਥੇ ਆਜ਼ਾਦੀ ਦੇ ਅਰਥ ਵੀ ਹੋਰ ਆ, ਇੱਥੇ ਸ਼ਹਾਦਤ ਦੇ ਅਰਥ ਵੀ ਹੋਰ ਆ ਤੇ ਇੱਥੇ ਜਿੱਤ ਦੇ ਅਰਥ ਵੀ ਹੋਰ ਆ। ਇਸ ਜਿੱਤ ਦੇ ਵਿੱਚ ਤੁਹਾਡੇ ਆਪਦੇ ਮਨ ਦੇ ਉੱਤੇ ਵੀ ਜਿੱਤ ਕਰਨੀ ਆ। ਆਪਦੇ ਮਨ ਨੂੰ ਵੀ ਜਿੱਤਣਾ ਹੈ। ਜੇ ਤੁਸੀਂ ਮਨ ਨੂੰ ਨਹੀਂ ਜਿੱਤ ਸਕੇ ਦੂਜੀ ਜਿੱਤ ਦਾ ਕੋਈ ਅਰਥ ਨਹੀਂ ਬਣ ਜਾਂਦਾ ਸੋ ਇਹ ਜਿਹੜਾ ਹੈਗਾ ਸਾਡੇ ਸਾਹਮਣੇ ਅੱਜ ਜੋ ਸਥਿਤੀ ਪੈਦਾ ਹੋਗੀ ਉਹ ਇੱਥੋਂ ਅਸੀਂ ਸਮਝ ਸਕਦੇ ਹਾਂ ਤੇ ਜਿਹੜੇ ਬੰਦੇ ਮੈਨੂੰ ਜਗਾ ਜਗਾ ਦੇ ਉੱਤੇ ਕਿਉਂਕਿ ਬੰਦੇ ਮੈਂ ਜਿੱਥੇ ਵੀ ਜਾਂਨਾ ਇੱਕ ਗੱਲ ਤਾਂ ਹੈ ਕਿ ਜੋ ਸਾਡੀ ਅੱਜ ਹਾਲਤ ਬਣ ਚੁੱਕੀ ਹੈ ਉਹਦੇ ਬਾਰੇ ਚਿੰਤਤ ਬਹੁਤ ਬੜਾ ਫਿਕਰ ਲੱਗਿਆ ਪਿਆ ਦੱਸੋ ਜੀ ਇਹਦਾ ਇਹਦਾ ਕੁਝ ਹੋਊ ਕਿ ਨਹੀਂ ਹੋਊ ਇਹ ਤਾਂ ਇੰਨੀ ਗੱਲ ਚੰਗੀ ਹੈ ਨਹੀਂ ਤਾਂ ਗਣ ਆਪਾਂ ਕੀ ਲੈਣਾ ਇੱਥੇ ਵਧੀਆ ਆਪਦਾ ਚੰਗੇ ਘਰ ਬਣੇ ਨੇ ਚੰਗੇ ਖਾ ਪੀ ਰਹੇ ਆ ਸੋਹਣੀ ਕਮਾਈ ਹੈ ਇਹਦੇ باوجود ਜੋ ਕੁਝ ਵਾਪਰ ਰਿਹਾ ਹੈ ਕੌਮ ਦਾ ਕੀ ਬਣ ਰਿਹਾ ਹੈ ਪੰਜਾਬ ਦਾ ਕੀ ਬਣ ਰਿਹਾ ਹੈ ਇੱਕ ਚਿੰਤਾ ਮਨ 'ਚ ਹੈਗੀ ਹੈ ਜੀ ਫਿਰ ਉਹ ਪੁੱਛਦੇ ਨੇ ਕੀ ਬਣੂ ਜੀ ਉਹ ਜਦੋਂ ਪੁੱਛਦੇ ਨੇ ਉਹ ਸਾਰਾ ਜੋ ਉਹਨਾਂ ਦੀ ਇੱਕ ਅਪਰੋਚ ਹੈ ਉਹਦੇ ਵਿੱਚ ਉਹ ਗੱਲ ਝਲਕਦੀ ਹੈ ਕਿ ਉਹ ਨਾ ਕੋਈ ਜਿਵੇਂ ਕੋਈ ਗਿੱਧੜ ਸਿੰਘ ਜੀ ਵੀ ਛੇਤੀ ਕੀਤਿਆਂ ਕੁਝ ਹੋ ਜਾਏਗਾ ਕਿਉਂ ਕਿਉਂਕਿ ਉਹ ਜਵਾਬ ਆਪਦੇ ਮਨ ਤੋਂ ਭਾਲਦੇ ਗੁਰੂ ਤੋਂ ਨਹੀਂ ਗੁਰੂ ਨੇ ਰਾਹ ਦੱਸਿਆ ਹੋਇਆ ਵੀ ਜਦੋਂ ਇਹ ਹਾਲਤ ਬਣ ਜੇ ਤਾਂ ਫਿਰ ਉਹ ਚ ਕੀ ਕਰਨਾ ਹੈ ਕੰਗਾਲੀ ਆਤਮਿਕ ਹੋ ਗਈ ਸਾਡੀ ਤੇ ਅਸੀਂ ਭਾਲੀਏ ਰਾਹ ਕੋਈ ਹੋਰ ਵੀ ਸਾਨੂੰ ਉੱਥੇ ਹੀ ਕੰਮ ਕਰਨਾ ਪਊਗਾ ਜਾ ਕੇ ਉਸ ਗਰੀਬੀ ਤੋਂ ਉਸ ਪਤਨ ਤੋਂ ਮੁਕਤ ਹੋਣਾ ਪਊ ਫਿਰ ਸਭ ਕੁਝ ਹੋ ਜੂ ਜੇ ਅਸੀਂ ਉਹ ਕੁਝ ਨਾ ਕੀਤਾ ਸਾਡੇ ਹੱਥ ਜੇ ਰਾਜ ਵੀ ਆ ਗਿਆ ਉਸ ਰਾਜ ਦੇ ਕੋਈ ਅਰਥ ਨਹੀਂ ਇੱਥੇ ਮੈਂ ਤੁਹਾਡੇ ਨਾਲ ਇੱਕ ਉਦਾਹਰਨ ਸਾਂਝੀ ਕਰਨਾ ਚਾਹੁੰਦਾ ਜਿਹੜਾ ਮੈਂ ਬਾਕੀ ਥਾਵਾਂ ਤੇ ਵੀ ਬੋਲਦਾ ਹੁੰਦਾ ਕਿ ਅਸ਼ਫਾਕ ਉੱਲਾਖਾਂ ਹੋਇਆ ਕਕੋਰੀ ਕਾਂਢ ਦਾ ਸ਼ਹੀਦ ਰਾਮ ਪ੍ਰਸਾਦ ਬਿਸਮਲ ਦਾ ਨਾਂ ਤੁਸੀਂ ਸਾਰੇ ਜਾਣਦੇ ਹੋਵੋਗੇ ਸ਼ਹੀਦ ਭਗਸੂਰਿਆਂ ਤੋਂ ਤਿੰਨ ਚਾਰ ਸਾਲ ਪੰਜ ਸਾਲ ਪਹਿਲਾਂ ਸ਼ਹੀਦ ਹੋ ਗਏ ਸੀ ਕਕੋਰੀ ਕਾਂਢ ਦੇ ਵਿੱਚ ਰਾਮ ਪ੍ਰਸਾਦ ਬਿਸਮਲ ਪੱਕਾ ਆਰੀਆ ਸਮਾਜੀ ਸੀ ਉਹਦਾ ਬਹੁਤ ਪਿਆਰਾ ਦੋਸਤ ਸੀ ਮੁਸਲਮਾਨ ਅਸ਼ਫਾਕ ਉੱਲਾਖਾਂ ਉਹ ਵੀ ਉਹਨਾਂ ਦੇ ਗਰੁੱਪ ਚ ਰਲਿਆ ਇੱਕੋ ਹੀ ਮੁਸਲਮਾਨ ਰਲਿਆ ਸੀ ਉਹਨੂੰ ਵੀ ਫਾਂਸੀ ਹੋਈ ਰਾਮ ਪ੍ਰਸਾਦ ਬਿਸਮਿਲ ਨੂੰ ਵੀ ਹੋਈ ਦੋਹਾਂ ਨੇ ਆਪਣੀਆਂ ਮਾਮਾਂ ਨੂੰ ਪੱਤਰ ਲਿਖੇ ਫਾਂਸੀ ਤੋਂ ਪਹਿਲਾਂ ਜਿੰਮੇ ਲਿਖਦਾ ਬੰਦਾ ਆਪਣੀਆਂ ਸਾਰੀਆਂ ਭਾਵਨਾਵਾਂ ਪ੍ਰਗਟ ਕਰਦਾ ਹੈ ਉਹ ਦੋਹੇ ਪੱਤਰ ਤੁਸੀਂ ਕੰਪੇਅਰ ਕਰ ਲਓ ਦੋਵੇਂ ਚਿੱਠੀਆਂ ਉੱਥੋਂ ਤੁਹਾਨੂੰ ਸਾਰੀ ਗੱਲ ਸਾਫ਼ ਹੋ ਜੂ ਅਸ਼ਫਾਕ ਉੱਲਾਖਾਂ ਆਪਣੀ ਮਾਂ ਨੂੰ ਦਿਲਾਸਾ ਦੇ ਰਿਹਾ ਹੈ ਕਰਬਲਾ ਦੀ ਉਦਾਹਰਨ ਦੇ ਰਿਹਾ ਸਾਰਾ ਜਵਾਬ ਦਾ ਫਖਰ ਜੋਗ ਆ ਉਹ ਦੱਸ ਰਿਹਾ ਹੈ ਅਖੀਰ ਤੇ ਉਹਦੀ ਇੱਕ ਲਾਈਨ ਹੈ ਜਿੱਥੇ ਉਹ ਆਪਣੀ ਮਾਂ ਨੂੰ ਸਮਝਾ ਰਿਹਾ ਵੀ ਅਸੀਂ ਕਾਦੇ ਵਾਸਤੇ ਲੜ ਰਹੇ ਹਾਂ ਉੱਥੇ ਉਹ ਕਹਿੰਦਾ ਕਿ ਸਤਾਂ ਮਨੁੱਖਾਂ ਨੂੰ ਬਰਾਬਰ ਕਰਨ ਵਾਸਤੇ ਮਨੁੱਖੀ ਬਰਾਬਰੀ ਉਹਦੇ ਵਾਸਤੇ ਲੜ ਰਹੇ ਹਾਂ ਇਸ ਕਰਕੇ ਉਹ ਕਹਿੰਦਾ ਵੀ ਹੇ ਖੁਦਾ ਜਿੰਨਾ ਚਿਰ ਮੇਰੇ ਮਨ ਦੇ ਅੰਦਰ ਗਰੀਬੀ ਦਾ ਭਾਵ ਵਸਰ ਨਹੀਂ ਕਰਦਾ ਉਹਨਾਂ ਚਿਰ ਮੈਨੂੰ ਰਾਜ ਕਰਨ ਦਾ ਮੌਕਾ ਨਾ ਦੇਈ ਹੁਣ ਦੇਖੋ ਇਹ ਕਿਹੋ ਜੀ ਸਪਿਰਟ ਹੈ ਇਹ ਸ਼ੀਸ਼ੇ 'ਚ ਅਸੀਂ ਆਪਣੇ ਚਿਹਰੇ ਅੱਜ ਦੇਖੀਏ ਅਸੀਂ ਰਾਜ ਦੀਆਂ ਗੱਲਾਂ ਕਰ ਰਹੇ ਹਾਂ ਰਾਜ ਮੰਗ ਰਹੇ ਹਾਂ ਪਰ ਕੀ ਰਾਜ ਕਰਨ ਦੇ ਸਮਰੱਥ ਹਾਂ ਅਸੀਂ ਜੋ ਇਸ ਕਿਸਮ ਦਾ ਅਮਲ ਦਾ ਅੱਜ ਅਸੀਂ ਪ੍ਰਦਰਸ਼ਨੀ ਕਰ ਰਹੇ ਹਾਂ ਜੋ ਮੁਜ਼ਾਹਰਾ ਕਰ ਰਹੇ ਹਾਂ ਇੱਕ ਦੂਜੇ ਦੇ ਖਿਲਾਫ ਕਿਸ ਕਿਸਮ ਦੀਆਂ ਨਾਫਰਤ ਦੁਸ਼ੈ ਸਾੜਾ ਕਿੰਨੀ ਕਟਿਆ ਸੋਚ ਕਿਸ ਪੱਦਰ ਦੇ ਉੱਤੇ ਉਹ ਸਾਰੇ ਕੁਸ਼ ਚੋ ਜੇ ਸੀ ਰਾਜ ਲੈ ਲਿਆ ਜੇ ਸਾਡੇ ਹੱਥ ਚ ਤਾਕਤ ਆ ਗਈ ਅੱਜ ਉਹ ਉਹਦੀ ਵਰਤੋਂ ਕਿਵੇਂ ਹੋਊਗੀ ਕੀ ਅਸੀਂ ਫਖਰ ਕਰ ਸਕਾਂਗੇ ਉਹ ਤੇ ਅੱਜ ਮਹਾਰਾ ਰਣਜੀਤ ਸਿੰਘ ਦੇ ਰਾਜ ਦਾ ਨਾਂ ਅਸੀਂ ਜਿੰਨੇ ਫਖਰ ਨਾਲ ਲੈਣੇ ਆ ਕੀ ਅਸੀਂ ਉਹ ਕਰ ਸਕਾਂਗੇ ਇੱਥੇ ਕਈ ਬੰਦਿਆਂ ਨੂੰ ਬੜਾ ਝੋਰਾ ਲੱਗਿਆ ਰਹਿੰਦਾ ਜੀ ਜੇ 1992 ਦੇ ਵਿੱਚ ਦਾ ਬਾਈਕਾਟ ਨਾ ਕੀਤਾ ਹੁੰਦਾ ਤਾਂ ਪਤਾ ਨਹੀਂ ਅਸੀਂ ਕੀ ਕਰ ਲੈਂਦੇ ਪਤਾ ਹੈ ਅਸੀਂ ਕੀ ਕਰ ਲੈਂਦੇ ਅੱਜ ਅਸੀਂ ਬਹੁਤ ਸ਼ਰਮਸ਼ਾਰ ਹੋਏ ਹੁੰਦੇ ਹੁਣ ਤਾਂ ਅਸੀਂ ਰੋਂਣ ਜੋਗੇ ਤਾਂ ਹਾਂ ਕਿ ਦੁਸ਼ਮਣ ਨੇ ਸਾਡੇ ਨਾਲ ਆਹ ਕੀਤਾ ਤੇ ਜੋ ਸਾਡੀ ਆਤਮਿਕ ਅਵਸਥਾ ਅੱਜ ਹੈ ਉਦੋਂ ਵੀ ਸੀ ਤੇ ਜੇ ਸਾਡੇ ਹੱਥ 'ਚ ਉਦੋਂ ਰਾਜ ਆ ਗਿਆ ਹੁੰਦਾ ਉਹੀ ਕੁਝ ਹੋਣਾ ਸੀ ਜੋ ਅਸੀਂ ਹੁਣ ਅੱਜ ਦੇਖ ਰਹੇ ਹਾਂ ਆਪਦਾ ਅਮਲ ਸੋ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਇੱਕ ਰਾਜ ਇੱਕ ਸੇਧ ਦਿੱਤੀ ਹੋਈ ਹੈ ਰਾਜ ਲੈਣਾ ਪਰ ਕਿਵੇਂ ਲੈਣਾ ਉਹਦੇ ਸਮਰੱਥ ਹੋਣਾ ਹੈ ਪਹਿਲਾਂ ਇਸ ਵਾਸਤੇ ਤੁਸੀਂ ਦੇਖੋ ਆਪਣਾ ਇਤਿਹਾਸ ਵੀ ਦੇਖੋ ਕੁਝ ਪੜੋ ਅ ਪਿਛਲੇ ਦਿਨੀ ਮੈਨੂੰ ਇੱਕ ਲੇਖ ਮਿਲਿਆ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਕੌਮੀਅਤ ਬਾਰੇ ਉਹਨਾਂ ਨੇ ਬੜੀਆਂ ਗੱਲਾਂ ਅੱਜ ਤੋਂ 80 ਸਾਲ ਪਹਿਲਾਂ ਦਾ ਸ਼ਾਇਦ ਲਿਖਿਆ ਹੋਇਆ ਉਹ ਜਦੋਂ ਕੌਮੀਅਤ ਕੌਮੀਅਤ ਕੂਕ ਰਹੀ ਸੀ ਸਾਰੇ ਉਹਨਾਂ ਨੇ ਕਿਹਾ ਸੀ ਵੀ ਕੌਮੀਅਤ ਕੀ ਹੁੰਦੀ ਹੈ ਕਹਿੰਦੇ ਜਿੱਥੇ ਰੋਹਾਨੀ ਚਿੰਗਨੀ ਉੱਥੇ ਕੌਮੀਅਤ ਕੀ ਕਰੂਗੀ ਤੇ ਜੇ ਉਸ ਕੌਮੀਅਤ ਆਜ਼ਾਦ ਵੀ ਹੋ ਜਾਵੇ ਉਹ ਆਜ਼ਾਦੀ ਨਾਲ ਕੀ ਸਵਾਰ ਦੂਗੀ ਸੋ ਅਸੀਂ ਰੋਹਾਨੀਅਤ ਨਾ ਟੁੱਟ ਕੇ ਕੁਝ ਵੀ ਹਾਸਲ ਕਰ ਲਈਏ ਅਸੀਂ ਆਪਦੀਆਂ ਕੋਈ ਮਨ ਦੀਆਂ ਲਾਲਸਾਵਾਂ ਤਾਂ ਪੂਰੀਆਂ ਕਰ ਲਾਂਗੇ ਜੋ ਮਨ ਦੇ ਅੰਦਰ ਪਈਆਂ ਪਰ ਸ ਜੋ ਵੀ ਕਰਾਂਗੇ ਗੁਰੂ ਤੋਂ ਬੇਮੁਖੋ ਕੀ ਕਰਾਂਗੇ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਰੋਹਾਨੀਅਤ ਦੇ ਲੜ ਲਾਇਆ ਸੀ ਇਹੀ ਸੀ ਜੋ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਨਾ Hindu ਨਾ Musalman ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹਦੇ ਅਰਥ ਬਹੁ ਡੂੰਘੇ ਆ ਕਿ ਪੰਜਾਬ ਦਾ ਗੁਰੂਆਂ ਨਾਲ ਇੱਕ ਆਤਮਕ ਰਿਸ਼ਤਾ ਹੈ ਉਸ ਆਤਮਕ ਰਿਸ਼ਤੇ ਚ ਨਿਆਰਾ ਪਣਾ ਜਿਹੜੇ ਜਿਹੜੇ ਪੰਜਾਬ ਤੇ ਅਸੀਂ ਮਾਣ ਕਰਦੇ ਆ ਜਿੱਦੋਂ ਆਤਮਕ ਰਿਸ਼ਤਾ ਟੁੱਟ ਗਿਆ ਉਹਦੇ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਉਹ ਪੰਜਾਬ ਬਸੂਗਾ ਨਹੀਂ ਪੰਜਾਬ ਉੱਜੜ ਜਾ ਕਿਉਂਕਿ ਆਤਮਕ ਰਿਸ਼ਤੇ ਪਾਪ ਸਾਨੂੰ ਗੁਰੂਆਂ ਨੇ ਕੁਝ ਆਤਮਕ ਕੁਝ ਕਦਰਾਂ ਕੀਮਤਾਂ ਦਿੱਤੀਆਂ ਵੀ ਇੰਨਾ ਕਦਰਾਂ ਕੀਮਤਾਂ ਇੰਨਾ ਸਿਧਾਂਤਾਂ ਇੰਨਾ ਸੂਲਾਂ ਦੀ ਪਾਲਣਾ ਕਰਨੀ ਹੈ ਕੁਝ ਵੀ ਕਰਨਾ ਹੋਵੇ ਤੇ ਜੇ ਅਸੀਂ ਉਹ ਗੱਲਾਂ ਛੱਡ ਗਏ ਪਾ ਪੰਜਾਬ ਨਹੀਂ ਪੰਜਾਬ ਵਸਦਾ ਨਹੀਂ ਰਹਿ ਸਕਦਾ ਉੱਥੇ ਹਾਈਵੇ ਬਣ ਸਕਦੇ ਨੇ ਓਵਰ ਬ੍ਰਿਜ ਬਣ ਸਕਦੇ ਨੇ ਮਲਟੀਪਲੈਕਸ ਬਣ ਸਕਦੇ ਨੇ 에어ਪੋਰਟ ਬਣ ਸਕਦੇ ਨੇ ਸ਼ਹਿਰ ਗਾਂਹਾ ਬਣ ਸਕਦੀਆਂ ਜੋ ਕੁਝ ਪੱਛਮ ਨੇ ਸਿਰਜ ਲਿਆ ਪਰ ਉਹ ਪੰਜਾਬ ਗੁਰੂਆਂ ਦਾ ਪੰਜਾਬ ਨਹੀਂ ਹੋਊਗਾ ਸੋ ਇਸ ਕਰਕੇ ਬਹੁਤ ਕੁਝ ਦਾਤੇ ਲੱਗਿਆ ਸਾਡਾ ਅੱਜ ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਗੁਰੂ ਤੋਂ ਬੇਮਖੋਕੇ ਸੀ ਕੁਝ ਵੀ ਹਾਸਲ ਕਰ ਲਈਏ ਕੀ ਹੈ ਉਹ ਇਥੇ ਦਾ ਹਕੂਮਤਾਂ ਕੁਰਸੀਆਂ ਅਹੁਦਿਆਂ ਨੂੰ ਲੱਤਾਂ ਮਾਰਤੀਆਂ ਸਿੱਖਾਂ ਨੇ ਕਿ ਜੇ ਅਹੁਦਾ ਪ੍ਰਵਾਨ ਹੈ ਜਦੋਂ ਨਵਾਬੀ ਦੀ ਬਖਸ਼ਿਸ਼ ਜਦੋਂ ਪੇਸ਼ਕਸ਼ ਹੋਈ ਕਿ ਜੇ ਉਹ ਪ੍ਰਵਾਨ ਸਾਨੂੰ ਇੱਕ ਸ਼ਰਤ ਤੇ ਹੀ ਹੈ ਕਿ ਉਹਦੇ ਚ ਕਿਤੇ ਗੁਰੂ ਦੀ ਹਵੇਲ ਨਾ ਅਵੇਲ ਨਾ ਨਾ ਹੋਵੇ ਉਸ ਰਾਜਾ ਦੇ ਅੰਦਰ ਰਹਿੰਦੇ ਹੀ ਪ੍ਰਵਾਨ ਸਰਦਾਰ ਕਪੂਰ ਸਿੰਘ ਨੂੰ ਜਦੋਂ ਜੋਰ ਪਾਇਆ ਗਿਆ ਕਿ ਨਵਾਬੀ ਆਪਨ ਸਾਰਿਆਂ ਨੂੰ ਪਤਾ ਹੈ ਕਿ ਕੋਈ ਵੀ ਬਣ ਨੂੰ ਜਦੋਂ ਪੇਸ਼ਕਸ਼ ਆਈ ਉਹ ਕਹਿੰਨ ਤੂੰ ਬਣ ਉਹ ਕਹਿੰਦਾ ਤੂੰ ਬਣ ਕੋਈ ਲੈਣ ਨੂੰ ਤਿਆਰ ਨਹੀਂ ਸੀ ਅੱਜ ਖੌਂਦੇ ਆ ਇੱਕ ਦੂਜੇ ਤੋਂ ਇੱਕ ਦੂਜੇ ਨੂੰ ਮਾਰ ਕੇ ਖੌਂਦੇ ਨੇ ਉਸ ਪੱਟ ਸੀਗੀ ਅਖੀਰ ਨੂੰ ਸਰਦਾਰ ਕਪੂਰ ਸਿੰਘ ਦੇ ਉੱਤੇ ਸਹਿਮਤੀ ਹੋਈ ਵੀ ਤੁਹਾਨੂੰ ਲੈਣੀ ਪੈਣੀ ਹੈ ਤੇ ਇਹ ਸਾਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੋਊ ਉਹਨਾਂ ਨੇ ਕਿਹਾ ਸੀ ਦੋ ਸ਼ਰਤਾਂ ਮੇਰੀਆਂ ਫਿਰ ਮੈਂ ਨਵਾਬੀ ਕਬੂਲ ਕਰ ਲਵਾਂ ਨੰਬਰ 1 ਕਿ ਮੈਨੂੰ ਸੰਗਤ ਦੀ ਸੇਵਾ ਤੋਂ ਮਰਬਾਣਾ ਕੀਤਾ ਜਾਵੇ। ਨਵਾਬ ਬਣ ਕੇ ਹੀ ਮੈਂ ਪੱਖਾ ਚੱਲੂ ਤੇ ਜੁੱਤੀਆਂ ਦੀ ਸੇਵਾ ਕਰੂ ਸੰਗਤ ਦੀ। ਇਹ ਨਾ ਮੈਥੋਂ ਖੋਲਿਓ। ਦੂਜਾ ਇਹ ਸੀ ਕਿ ਨਵਾਬ ਨੂੰ ਜਾ ਕੇ ਨਜ਼ਰਾਨਾ ਲੈ ਕੇ ਭੇਟ ਕਰਨਾ ਪੈਂਦਾ ਸੀਗਾ ਬਾਦਸ਼ਾਹ ਦੇ ਦਰਬਾਰ 'ਚ। ਹਮੇਸ਼ਾ ਹੀ ਦਸਤੂਰ ਸੀ ਇਹ ਕਿ ਪੇਸ਼ ਹੁੰਦਾ ਬਾਦਸ਼ਾਹ ਅੱਗੇ। ਬਾਬਾ ਬਾਲਾ ਸਿੰਘ ਇਸ ਤਰ੍ਹਾਂ ਹੀ ਪੇਸ਼ ਹੁੰਦਾ ਰਿਹਾ। ਨਵਾਬ ਕਪੂਰ ਸਿੰਘ ਨੇ ਕਿਹਾ ਸੀ ਨਵਾਬੀ ਤਾਂ ਮਨਜ਼ੂਰ ਹੈ। ਮੈਂ ਕਦੇ ਵੀ ਬਾਦਸ਼ਾਹ ਦੇ ਦਰਬਾਰ 'ਚ ਨਹੀਂ ਜਾਣਾ। ਇਹੀ ਭਗਾਈ ਉਹਨਾਂ ਨੇ ਅੱਜ ਜਿਹੜੇ ਬੰਦਿਆਂ ਨੂੰ ਸਰਕਾਰ ਬਣਾਉਣ ਦਾ ਆਉਂਦਾ ਹੈ ਉਹ ਫਿਰ ਉਦਾਹਰਣ ਦਿੰਦੇ ਨੇ ਕਿ ਉਦੋਂ ਵੀ ਤਾਂ ਨਵਾਬੀ ਕਬੂਲ ਕਰ ਲਈ ਸੀ ਆਹ ਗੱਲ ਭੁੱਲ ਜਾਂਦੇ ਐ ਸਾਨੂੰ ਨਵਾਬੀ ਨਾਲ ਨਹੀਂ ਕੋਈ ਇਤਰਾਜ਼ ਪਰ ਉਹ ਪ੍ਰਵਾਨ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਜੋ ਪਾਤਸ਼ਾਹੀ ਬਖਸ਼ੀ ਕਿ ਅਕਾਲ ਪੁਰਖ ਤੋਂ ਬਿਨਾਂ ਅਸੀਂ ਹੋਰ ਕਿਸੇ ਦੁਨਿਆਵੀ ਤਾਕਤ ਅੱਗੇ ਨਹੀਂ ਝੁਕਣਾ ਇਹ ਬਹੁਤ ਵੱਡੀ ਗੱਲ ਸੀ ਇਤਾਂ ਹੀ ਪਹੁੰਚਾ ਸਕੇ ਸਿੱਖ ਜਦੋਂ ਉਸ ਆਤਮਿਕ ਅਵਸਥਾ ਤੇ ਪਹੁੰਚ ਗਏ ਸੀ ਜੇ ਮਨ ਚ ਲਾਲਚ ਪਿਆ ਡਰ ਪਿਆ ਜਾਂ ਹੋਰ ਇਹੀਆਂ ਪ੍ਰਵਿਰਤੀਆਂ ਪਈਆਂ ਫਿਰ ਉਹ ਤੁਹਾਡੇ ਚ ਇਹ ਜੇਰਾ ਇਹ ਹਿੰਮਤ ਨਹੀਂ ਆ ਸਕਦੀ ਕਿ ਅਸੀਂ ਕਿਸੇ ਦੁਨਿਆਵੀ ਚਾਗ ਤੱਕ ਗਏ ਨਹੀਂ ਚੁੱਕਣਾ ਸੋ ਇਸ ਤਰ੍ਹਾਂ ਸਾਨੂੰ ਸਿਰਜਿਆ ਸੀ ਮੇਰਾ ਖਿਆਲ ਹੈ ਕਿ ਸਮਾਂ ਬਹੁਤ ਹੋ ਗਿਆ ਹੈ ਤਕਰੀਬਨ ਘੰਟਾ ਹੋ ਗਿਆ ਹੈ ਵਿਚਾਰਾਂ ਇਹ ਆਪਾਂ ਦਿੰਨ ਭਰ ਲੱਗੇ ਰਹੀਏ ਹਫਤੇ ਭਰ ਲੱਗੇ ਰਹੀਏ ਗੱਲਾਂ ਹੈ ਹੀ ਇਸ ਤਰ੍ਹਾਂ ਦੀਆਂ ਇਹਨਾਂ ਦਾ ਅੰਤ ਕਦੇ ਵੀ ਨਹੀਂ ਹੋਣਾ ਮੇਰਾ ਖਿਆਲ ਹੈ ਕਿ ਹੁਣ ਜਿੰਨੀਆਂ ਕਾਪਾ ਵਿਚਾਰਾਂ ਕਰ ਲੀਆਂ ਕਿਉਂਕਿ ਮੇਰਾ ਜਿਹੜਾ ਸਾਰਾ ਯਤਨ ਹੈ ਕਿਤਾਬ ਲਿਖਣ ਦਾ ਹਰ ਕਿਤਾਬ ਮੇਰੀ 84 ਦੇ ਦਰਵਾਰੇ ਘੁੰਮ ਰਹੀ ਹੈ ਕਿਉਂਕਿ 84 ਨੇ ਸਾਨੂੰ ਬਹੁਤ ਕੁਝ ਦਿਖਾਉਣਾ ਹੈ ਕੁਝ ਵੀ ਲੇਖਣਾ ਹੈ ਉਹਦੀਆਂ ਬੜੀਆਂ ਪਰਤਾਂ ਪਈਆਂ ਬੜੀਆਂ ਤਹਿਾਂ ਪਈਆਂ ਕੋਈ ਵੀ ਤਹਿ ਚੁੱਕ ਲੋ ਉਹ ਸਾਡੇ ਵਾਸਤੇ ਵੀ ਸ਼ੀਸ਼ਾ ਹੈ ਉਹ ਕੱਲਾ ਕਰੋਧ ਜਾਂ ਗੁੱਸੇ ਚ ਆਉਣ ਦੀ ਗੱਲ ਨਹੀਂ ਕੀ ਸੀ ਉੱਠ ਕੇ ਨਾਰੇ ਮਾਰ ਲਏ ਉਹ ਤਾਂ ਬੜਾ ਕੁ ਸਾਨੂੰ ਆਪ ਨੂੰ ਵੀ ਦਿਖਾਉਂਦਾ ਸੋ ਇਹ 84 ਸਾਡੇ ਵਾਸਤੇ ਇੱਕ ਹਿਸਾਬ ਨਾਲ ਵਰਦਾਨ ਵੀ ਬਣਿਆ ਤੇ ਮਰਿ ਵਿੰਦਰਨਾਥ ਗੋਰ ਨੇ ਕਿਹਾ ਸੀ ਕਿ ਜੜਿਆਂ ਵਾਲਾ ਬਾਗ ਸਾਡੇ ਵਾਸਤੇ ਬਹੁਤ ਜ਼ਰੂਰੀ ਸੀ ਸੋ ਅਸੀਂ ਵੀ ਕਹਿ ਸਕਦੇ ਹਾਂ ਕਿ ਇੱਕ ਪੱਖ ਤਾਂ ਇਹਦਾ ਚਲੋ ਇਹ ਆ ਕਿ ਸਾਡੇ ਵਾਸਤੇ ਬੜੀ ਦੁਖਦਾਈ ਘਟਨਾ ਸੀਗੀ ਪਰ ਅਸੀਂ ਜਿਸ ਸਰਸਾਤਲ 'ਚ ਜਾ ਪਹੁੰਚੇ ਸੀ ਤੇ ਸਾਡੇ ਵਾਸਤੇ ਉਹ ਇੱਕ ਬਹੁਤ ਵੱਡਾ ਸ਼ੀਸ਼ਾ ਵੀ ਹੈ ਉਹਦੇ 'ਚੋਂ ਅਸੀਂ ਦੇਖਣਾ ਸੋ ਮਾਜੀ ਨੀ ਮੇਰੀਆਂ ਕਿਤਾਬਾਂ ਉਹ ਲੈ ਦੇ ਕੇ ਘੁੰਮ ਰਹੀਆਂ 84 ਦਵਾਲੇ ਤੇ ਕਿਉਂਕਿ ਸਾਨੂੰ ਇੱਥੋਂ ਹੀ ਮਿਲਣਾ ਜੋ ਕੁਝ ਵੀ ਮਿਲਣਾ ਸਾਨੂੰ ਆਬਦਬ ਵੀ ਇੱਥੋਂ ਦੇਸਣਾ ਤੇ ਸਾਨੂੰ ਰਾਹ ਵੀ ਇੱਥੋਂ ਦੇਸਣਾ ਸੋ ਇਸ ਕਰਕੇ ਜਿੰਨੀਆਂ ਕਿਤਾਬਾਂ ਹੁਣ ਆ ਚੁੱਕੀਆਂ ਅੱਗੇ ਪਤਾ ਨਹੀਂ 2 ਆਉਣ 3 ਆਉਣ ਮੈਨੂੰ ਅਜੇ ਕੋਈ ਪਤਾ ਨਹੀਂ ਕਿਉਂਕਿ ਪਹਿਲਾਂ ਮੈਂ ਕੁਝ ਵੀ ਮਿੱਥ ਕੇ ਨਹੀਂ ਹੁੰਦਾ ਪਤਾ ਨਹੀਂ ਲਿਖਦਿਆਂ ਲਿਖਦਿਆਂ ਕਿਹੜੀ ਪਰਤ ਉਧੜ ਪੈਣੀ ਹੈ ਤੇ ਪਰ ਜੋ ਵੀ ਗੱਲ ਹੋਊਗੀ ਉਹ 84 ਨੂੰ ਆਧਾਰ ਬਣਾ ਕੇ ਕੇਂਦਰ ਚ ਰੱਖ ਕੇ ਹੋਊ ਇਹਦੇ ਵਿੱਚੋਂ ਹੀ ਸਾਨੂੰ ਸਾਰਾ ਆਪ ਦਾ ਰਾਹ ਤੇ ਰੌਸ਼ਨੀ ਮਿਲਣੀ ਹੈ ਸੋ ਇਹਨੀ ਇੱਕ ਬੇਨਤੀਆਂ ਪ੍ਰਵਾਨ ਕਰੋ ਕਦੇ ਫੇਰ ਮੌਕਾ ਮਿਲਿਆ ਫੇਰ ਸਾਝ ਪਾਵਾਂਗੇ ਤੇ ਕਿਤਾਬ ਨੂੰ ਜਿਹੜੀ ਇਹ ਕਿਤਾਬ ਆ ਨੂੰ ਇਸ ਰੌਸ਼ਨੀ ਚ ਰੱਖ ਕੇ ਕਈਆਂ ਨੂੰ ਔਖੀ ਲੱਗ ਸਕਦੀ ਹੈ ਕਿ ਉਹ ਚ ਕੁਝ ਸ਼ਰਮ ਆਏ ਹੈ ਜੀਆਂ ਕੋਈ ਸ਼ਬਦ ਇਹ ਜੇ ਸ਼ਬਦਾਂ ਨੂੰ ਭੁੱਲ ਜੋ ਸ਼ਬਦ ਕੀ ਹੁੰਦੇ ਨੇ ਕੁਛ ਨਹੀਂ ਆਪਾਂ ਨੂੰ ਕੋਈ ਨਾਮ ਲੈਣਾ ਔਖਾ ਲੱਗਦਾ ਕਿਸੇ ਦਾ ਕਿ ਭੂਪ ਬਰਜਿੰਦਰ ਸਿੰਘ ਕਹਿਣਾ ਅਸੀਂ ਭੂਪਾ ਕਹਿ ਲੈਂਦੇ ਹਾਂ ਇਸ ਤਰ੍ਹਾਂ ਕੋਈ ਟਰਮ ਟਰਮ ਦੀ ਗੱਲ ਨਹੀਂ ਉਹਦੇ ਅਰਥ ਸਮਝੋ ਮਤਲਬ ਉਹਨੂੰ ਕੋਈ ਨਾਂ ਦੇ ਲੋ ਆ ਗੱਲ ਇੰਨੀ ਕਾ ਜਿਹੜੀ ਮੈਂ ਦੱਸੀ ਹੈ ਕਿ ਅਸੀਂ ਆਪਣੇ ਗਿਆਨ ਨਾਲ ਟੁੱਟ ਕੇ ਕਿਸੇ ਹੋਰ ਗਿਆਨ ਦੇ ਲੜ ਲੱਗ ਗਏ ਉਹਦਾ ਸੰਤਾਪ ਉਹਦੀ ਸਜ਼ਾ ਭੁਗਤ ਰਹੇ ਆ ਮਨ ਚ ਇਹ ਆ ਗਿਆ ਕਿ ਉਹ ਤਾਂ ਸਾਡੇ ਉਹ ਤਾਂ ਉਹ ਤਾਂ 18ਵੀਂ ਉਹ ਤਾਂ ਮੱਧ ਯੁੱਗ ਦੀਆਂ ਗੱਲਾਂ ਸੀ ਅੱਜ ਨਹੀਂ ਜੀ ਉਹ ਜ਼ਮਾਨਾ ਹੋਰ ਸੀ ਉਹ ਜ਼ਮਾਨਾ ਹੋਰ ਨਹੀਂ ਸੀ ਉਹ ਬੰਦੇ ਹੋਰ ਸੀ ਅਸੀਂ ਬੰਦੇ ਹੋਰ ਬਣ ਗਏ ਜ਼ਮਾਨਾ ਬੰਦਿਆਂ ਨਾਲ ਹੀ ਆ ਹੋਰ ਕੁਝ ਨਹੀਂ ਉਹ ਦੇਖੀਏ ਕਿ ਉਹ ਬੰਦੇ ਕੀ ਸੀ ਤੇ ਅਸੀਂ ਬੰਦੇ ਕੀ ਹਾਂ ਅਸੀਂ ਕਿਉਂ ਆ ਬਣ ਗਏ ਅਸੀਂ ਵੀ ਉਹੋ ਜਿਹੇ ਬਣ ਜਾਾਂਗੇ ਮੁੜ ਕੇ ਤੇ ਬਣਨਾ ਪੈਣਾ ਅਸੀਂ ਗੁਰੂ ਨੂੰ ਬੇਦਾਵਾ ਨਹੀਂ ਲਿਖ ਸਕਦੇ ਜੇ ਸਿੱਖ ਕਹਾਉਣਾ ਤਾਂ ਅਸੀਂ ਇੱਥੋਂ ਭੱਜ ਨਹੀਂ ਸਕਦੇ ਕਿੰਨਾ ਕੁ ਚਰਾਬ ਦੇ ਆਪ ਨੂੰ ਧੋਖਾ ਦੇਈ ਜਾਵਾਂਗੇ ਸੋ ਉਹਦੇ ਸਨ ਮੁਖ ਹੋਣਾ ਪੈਣਾ ਸਾਨੂੰ ਉਹਦੇ ਵਿੱਚੋਂ ਸਾਡੇ ਰਾਹ ਨਿਕਲਣੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ